ਓਕੇ ਹੈਲੋ एवरीवन ਪਹਿਲੇ ਤਾਂ ਵੈਲਕਮ ਹੈ ਸਾਰਿਆਂ ਦਾ ਇਸ ਸੈਗਮੈਂਟ 'ਚ ਜਿਹਦਾ ਨਾਮ ਹੈ ਹਾਂਜੀ ਇਹਦੇ ਵਿੱਚ ਕੀ ਹੁੰਦਾ ਕਿ ਮੈਂ ਡਿਫਰੈਂਟ ਡਿਫਰੈਂਟ ਪਰਸਨੈਲਿਟੀਆਂ ਦੇ ਕੋਲ ਜਾਣਾ ਤੇ ਗੱਲ ਕਰਦਾ ਉਹਨਾਂ ਦੇ ਨਾਲ ਟੌਪਿਕ ਕੁਝ ਵੀ ਹੁੰਦਾ ਜੋ ਸਾਡੀ ਰੀਅਲ ਲਾਈਫ ਦੇ ਵਿੱਚ ਹੋ ਰਿਹਾ ਜਾਂ ਜੋ ਕਰੰਟ ਸਾਡੇ ਨਾਲ ਬਾਹਰ ਵਾਪਰ ਰਿਹਾ ਉਹਦੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਤੇ ਫਿਲਹਾਲ ਅੱਜ ਮੈਂ ਆ ਗਿਆ ਡੈਡ ਕਪਲ ਦੋ ਦੇ ਕੋਲ ਦੋਨੇ ਮੇਰੇ ਕੋਲ ਨੇ ਥੈਂਕ ਯੂ ਫਸਟ ਆਫ ਆਲ ਵੈਲਕਮ ਥੈਂਕ ਯੂ ਬਾਜੀ ਥੈਂਕ ਯੂ ਐਂਡ ਅਸੀਂ ਹੁਣੇ ਹੀ ਮਿਲੇ ਸੀਗੇ ਜਿਹੜਾ ਫਾਰਮਰ ਪ੍ਰੋਟੈਸਟ ਚੱਲ ਰਿਹਾ ਸਾਰੇ ਜਾਣਦੇ ਆ ਜੇ ਕੋਈ ਇਸ ਵੇਲੇ ਕਿਸੇ ਦੀ ਜ਼ੁਬਾਨ ਤੇ ਕੋਈ ਗੱਲ ਹੈ ਤਾਂ ਉਹ ਇੱਕੋ ਹੀ ਹੈ ਕਿਸਾਨ ਫਾਰਮਰ ਪ੍ਰੋਟੈਸਟ ਤੇ ਇਹੀ ਗੱਲ ਕਰਨ ਵਾਲੇ ਆ ਸੀ ਜਦੋਂ ਉੱਥੇ ਮਿਲੇ ਤਾਂ ਅਸੀਂ ਥੋੜੇ ਦਿਨ ਰਹੇ ਵੀ ਉੱਥੇ ਐਕਸਪੀਰੀਅੰਸ ਲਿਆ ਤਾਂ ਉਹ ਹੀ ਐਕਸਪੀਰੀਅੰਸ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂਗੇ ਐਂਡ ਸ਼ੈਂਪੀਅਨ ਰਵਨੀਤ ਮੇਰੇ ਨਾਲ ਨੇ ਤਾਂ ਪਹਿਲੇ ਤਾਂ ਮੈਨੂੰ ਨਾ ਉੱਥੇ ਦੇਖ ਕੇ ਖੁਸ਼ੀ ਬੜੀ ਹੋਈ ਮੈਂ ਤਾਂ ਉਹਦਰ ਆਂਦੇ ਦੇਖ ਰਿਹਾ ਉਹਨਾਂ ਨੂੰ ਮਿਲਿਆ ਮੈਂ ਵੀ ਉਹੀ ਦੇਖਿਆ ਮੈਂ ਐਕਸਪੈਕਟਡ ਨਹੀਂ ਸੀਗਾ ਮੈਨੂੰ ਅਨਐਕਸਪੈਕਟਡ ਜਿਹਾ ਸੀਗਾ ਕਿ ਹਾਂ ਜੀ ਚਲੋ ਠੀਕ ਹੈ ਚਲੋ ਤੁਹਾਡਾ ਤਾਂ ਫੇਰ ਵੀ ਹੈਗਾ ਜਨਰਲੀ ਪਰ ਸਾਡਾ ਤਾਂ ਚਲੋ ਕੀ ਹੈ ਕਿ अनएक्सपेक्टेड ਜੀ ਜਗ੍ਹਾ ਤੇ ਮਿਲਣਾ ਨਾ ਇੱਕ ਇੱਕ ਅਲੱਗ ਤਰੀਕੇ ਦਾ ਹੋਰ ਹੈ ਬੰਦਾ ਯੂ ਆਰ ਆਲਸੋ ਅ ਪਾਰਟ ਆਫ ਜਰਨਲਿਜ਼ਮ ਲਾਈਕ ਤੁਸੀਂ ਆਪਣੀ ਵੀਡੀਓਜ਼ ਦੇ ਨਾਲ ਮੋਟੀਵੇਟ ਵੀ ਕਰਦੇ ਹੋ ਐਂਡ ਬਾਕੀ کافی سارے ਲੋਕੀ ਤੁਹਾਡੇ ਤੋਂ ਇਨਸਪਾਇਰ ਵੀ ਹੁੰਦੇ ਆ ਤਾਂ ਮੈਂ ਜਦੋਂ ਦੇਖਿਆ ਤੁਹਾਨੂੰ ਉੱਥੇ ਤਾਂ ਮੈਨੂੰ ਅੰਦਰੋਂ ਖੁਸ਼ੀ ਵੀ ਹੋਈ ਤਾਂ ਇੱਕ ਨਾ ਇਸ ਵੀਡੀਓ ਦਾ ਪਲਾਨ ਉਦੋਂ ਹੀ ਬਣ ਗਿਆ ਸੀਗਾ ਕਿ ਐਕਸਪੀਰੀਅੰਸ ਹੋ ਰਿਹਾ ਤੇ ਜਾ ਕੇ ਆਪਣਾ ਐਕਸਪੀਰੀਅੰਸ ਦੱਸਾਂਗੇ ਜ਼ਰੂਰ ਕਿਉਂਕਿ ਉੱਥੇ ਏਬਲ ਨਹੀਂ ਸੀਗਾ ਕਿ ਆਪਾਂ ਕੁਝ ਸ਼ੂਟ ਕਰ ਪਾਂਦੇ ਤਾਂ ਜਦੋਂ ਪਹਿਲੇ ਤੁਸੀਂ ਉੱਥੇ ਐਂਟਰ ਕੀਤੇ ਸਟੈਪ ਇਨ ਕੀਤੇ ਤੁਹਾਡੇ ਨਾਲ ਚਾਰ ਪੰਜ ਲੋਕ ਸੀਗੇ ਤੁਹਾਡੀ ਕੀ ਫੀਲ ਸੀ ਕਿ ਜਿਹੜੀ ਖਿੱਚ ਕੇ ਲੱਗੀ ਉੱਥੇ ਦੇਖੋ ਕਿਸਾਨਾਂ ਦੇ ਨਾਲ ਸਾਡੀ ਸਾਰਿਆਂ ਦੀ ਲਾਈਫ ਚ ਆਇਆ ਆਪਾਂ ਡਿਨਾਈ ਕਰੀਏ ਜਾਂ ਚਾਹੇ ਆਪਾਂ ਐਕਸੈਪਟ ਕਰੀਏ ਕਿਤੇ ਨਾ ਕਿਤੇ ਤਾਂ ਕੀ ਹਰ ਜਗ੍ਹਾ ਤੇ ਤੁਹਾਡੀ ਕਿਸਾਨਾਂ ਦੇ ਨਾਲ ਤਾਂ ਲਾਈਫ ਜੁੜੀ ਹੀ ਹੋਈ ਠੀਕ ਹੈ ਨਾ ਤੇ ਹੁਣ ਕਿਸਾਨਾਂ ਦੇ ਉੱਤੇ ਅਗਰ ਇਹ ਚੀਜ਼ ਆਈ ਆ ਆਪਣਾ ਸਾਡੀ ਸਰਕਾਰਾਂ ਕਹਿੰਦੀਆਂ ਕਿ ਆਪਾਂ ਆਮ ਇਨਸਾਨ ਲਈ ਇਹ ਕਰਦੇ ਪਏ ਆ ਆਮ ਇਨਸਾਨ ਨੂੰ ਦਿੱਕਤ ਹੁੰਦੀ ਪਈ ਆ ਆਮ ਇਨਸਾਨ ਉਹ ਆਮ ਇਨਸਾਨ ਡਿਫਾਈਨ ਆਮ ਇਨਸਾਨ ਉਹ ਆਮ ਇਨਸਾਨ ਹੈ ਕੋੜਾ ਠੀਕ ਹੈ ਆ ਜਿਹੜੇ ਕਿਸਾਨ ਪ੍ਰੋਟੈਸਟ ਕਰਦੇ ਪਏ ਇਹੀ ਦਾ ਉਹ ਆਮ ਇਨਸਾਨ ਆ ਸਾਡੇ ਵਰਗੇ ਆਮ ਇਨਸਾਨ ਆ ਜਿਹੜੇ ਠੀਕ ਹੈ ਜਿਹੜੇ ਨਈ ਸੱਤਾ ਦੇ ਵਿੱਚ ਬੈਠੇ ਹੋਏ ਆ ਠੀਕ ਹੈ ਇਹ ਇਹੀ ਲੋਕ ਆਮ ਇਨਸਾਨ ਆ ਜਿਨ੍ਹਾਂ ਲਈ ਇਹ ਕਰਦੇ ਪਏ ਹੋ ਜਿਹੜਾ ਸਾਡਾ ਜਿਹੜਾ ਐਕਸਪੀਰੀਅੰਸ ਹੈ ਉਹ ਜਲੰਧਰ ਤੋਂ ਹੀ ਸ਼ੁਰੂ ਹੋ ਗਿਆ ਜਦੋਂ ਆਪਾਂ ਇਹ ਤੋਂ ਜਰਨੀ ਸ਼ੁਰੂ ਕੀਤੀ ਠੀਕ ਹੈ ਬਾਏ ਅੱਜ ਜਾਂਦੇ ਹੋ ਟਰਾਲੀਜ਼ ਜਾ ਰਹੀਆਂ ਨੇ ਹਾਂ ਬਾਏ ਦਾ ਟਾਈਮ ਆਪਾਂ ਦੇਖਿਆ ਕਿ ਜਦੋਂ ਅ ਜਦੋਂ ਜਲੰਧਰ ਦਾ ਆਪਾਂ ਜਿਹੜਾ ਝੇੜੂ ਵਾਲਾ ਪੋਲਾ ਜਿੱਦਾਂ ਇਹ ਕ੍ਰੋਸ ਕੀਤਾ ਲੰਗਰ ਹੀ ਲੰਗਰ ਲੰਗਰ ਹੀ ਲੰਗਰ ਲੰਗਰ ਹੀ ਲੰਗਰ ਤੇ ਆਪਾਂ ਆਪਣੇ ਵਲੌਗ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਵੀ ਦੇਖੋ ਇੱਕ ਕਿਸਾਨ ਆ ਠੀਕ ਹੈ ਇਹ ਦੁਖੀ ਹੈ ਤਾਂ ਵੀ ਤੁਹਾਡਾ ਢੇਢੀ ਪਾਟ ਭਰ ਰਿਹਾ ਹਾਂ ਠੀਕ ਹੈ ਤੇ ਉੱਥੇ ਜਾ ਕੇ ਵੀ ਇਹੀ ਚੀਜ਼ ਆਪਾਂ ਦੇਖਦੇ ਪਏ ਸੀਗਾ ਕਿ ਅ ਇਸ ਗੱਲ ਤੋਂ ਨਾ ਮਨ ਇੱਕ ਗੱਲ ਵੀ ਯਾਦ ਆਈ ਇੱਕ ਬਾਬਾ ਜੀ ਦੀ ਵੀਡੀਓ ਵੀ ਆਈ ਸੀਗੀ ਉਹ ਕਹਿੰਦੇ ਸੀਗੇ ਕਿ ਮੀਡੀਆ ਵਾਲੇ ਨੂੰ ਕਿ ਸਾਡੀ ਖਬਰ ਜਿੱਦਾਂ ਦੀ ਮਰਜ਼ੀ ਲਾ ਦਿਓ ਪਰ ਪਹਿਲੇ ਪ੍ਰਸ਼ਾਦਾ ਛੱਕੇ ਜਾਓ ਹਾਂ ਮਤਲਬ ਤੁਸੀਂ ਫੀਲ ਲੈ ਸਕਦੇ ਆ ਕਿ ਐਨੇ ਉੱਥੇ ਉੱਥੇ ਤਾਂ ਦੇਖੋ ਜਾਤੀ ਦੁਸ਼ਮਣੀ ਕਿਸੇ ਦੀ ਵੀ کہیں ਨਾ ਨਹੀਂ ਹੈਗੀ ਠੀਕ ਹੈ ਨਾ ਹੁਣ ਤੁਸੀਂ ਅਗਰ ਕਿਸੇ ਦੇ ਉੱਤੇ ਇਹ ਇਹ ਚੀਜ਼ ਜੜੀ ਹੁਣ ਮੈਂ ਕਹਿਣ ਜਾ ਰਿਹਾ ਇਹ ਕਾਫੀ ਬਾਰ ਇਹ ਅੱਗੇ ਵੀ ਆਈ ਹੈ ਕਾਫੀ ਸਾਰੇ ਇੰਟਰਵਿਊਜ਼ ਦੇ ਵਿੱਚ ਆਪਾਂ ਜਦੋਂ ਫਾਰਮਰਸ ਦੇ ਉੱਤੇ ਆਪਾਂ ਗੱਲ ਵੀ ਕੀਤੀ ਉਹਨਾਂ ਨੇ ਵੀ ਇਹੀ ਕਿਹਾ ਕਿ ਜੁੜੀ ਸਾਡਾ ਢਿੱਡ ਭਰਿਆ ਹੋਇਆ ਹੈ ਸਾਨੂੰ ਨਹੀਂ ਚਾਹੀਦੀ ਕੋਲ ਲੋੜ ਤੇ ਤੁਸੀਂ ਕਿਉਂ ਦੇਖ ਰਹੇ ਹੋ ਸਾਨੂੰ ਠੀਕ ਹੈ ਸਰਕਾਰ ਇਹ ਕਹਿੰਦੀ ਕਿ ਇਹ ਫਾਰਮਰਸ ਦੇ ਹਿੱਤ ਦੇ ਵਿੱਚ ਹੈਗੇ ਆ ਕਿ ਫਾਰਮਰ ਨੂੰ ਪੜਕਾਇਆ ਜਾ ਰਿਹਾ ਬਟ ਇਹ ਗੱਲ ਹੈਗੀ ਹੈ ਕਿ ਉਹਨਾਂ ਦੇਖੋ ਫਾਰਮ ਹਰ ਬੰਦੇ ਨੂੰ ਆਪਣੇ ਕੰਮ ਦਾ ਪਤਾ ਹੁੰਦਾ ਉਹਨੂੰ ਪਤਾ ਹੈ ਕਿ ਮੈਂ ਕਿਦਾਂ ਕੰਮ ਕਰਨਾ ਹੈ ਅਗਰ ਉਹਨਾਂ ਨੂੰ ਪ੍ਰੈਜ਼ੈਂਟ ਸਿਚੁਏਸ਼ਨ ਦੇ ਨਾਲ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਤੁਸੀਂ ਅਗਰ ਜਾਣ ਕੇ ਉਹਨਾਂ ਤੇ ਕੋਈ ਲਾਅ ਬਣਾ ਕੇ ਥੋਪੋਗੇ ਤਾਂ ਕੋਈ ਵੀ ਐਕਸੈਪਟ ਨਹੀਂ ਕਰੇਗਾ ਇਹ ਡੈਮੋਕ੍ਰੇਸੀ ਕਾਹੀ ਰਹਿ ਗਈ ਡੈਮੋਕ੍ਰੇਸੀ ਰਹਿਣੀ ਹੈ ਕਹਿੰਦੇ ਸਾਨੂੰ ਚਾਹੀਦੀ ਨਹੀਂ ਤੇ ਕਿਉਂ ਦੇ ਰਹੇ ਹੋ ਹਾਂ ਬਸ ਸਹੀ ਕਮੈਂਟ ਕਰੀ ਮੈਂ ਤੁਹਾਡੀ ਸੈਲਰੀ ਡਬਲ ਕਰ ਰਹੀ ਹਾਂ ਕਹਿੰਦੇ ਸਾਨੂੰ ਨਹੀਂ ਚਾਹੀਦੀ ਕਿਉਂ ਦੇ ਰਹੇ ਸਾਨੂੰ ਨਹੀਂ ਚਾਹੀਦੀ ਠੀਕ ਹੈ ਉਹ ਆਪਣੇ ਉਹਦੇ ਵਿੱਚ ਜਾ ਗਿਆ ਹੁਣ ਕੀ ਹੈ ਕਿ ਫਾਰਮਰਸ ਦੇ ਨਾਲ ਉੱਥੇ ਬੈ ਕੇ ਉੱਥੇ ਗੱਲ ਕਰਕੇ ਨਾ ਫੇ ਤੁਹਾਨੂੰ ਸਾਰੇ ਜਣੇ ਸਾਨੂੰ ਵੀ ਕਾਫੀ ਸਾਰੇ ਆਪਣਾ ਵੀਡੀਓਜ਼ ਦੇ ਵਿੱਚ ਕਮੈਂਟਸ ਆਉਂਦੇ ਏਦਾਂ ਏਦਾਂ ਨਹੀਂ ਹੁੰਦਾ ਕਿ ਆਪਾਂ ਪੜਦੇ ਨਹੀਂ ਕਮੈਂਟਸ ਆਪਾਂ ਪੜਦੇ ਆ ਕੋਈ ਕਈ ਮਾੜੇ ਵੀ ਕਰਦੇ ਆ ਵਧੀਆ ਵੀ ਕਰਦੇ ਆ ਬਟ ਜਦੋਂ ਹੁਣ ਲੋਕੀ ਸਾਨੂੰ ਕਮੈਂਟ ਕਰਦੇ ਪਏ ਕਿ ਵੀ ਦੀਸ ਆਰ ਦਾ ਰਿਚ ਫਾਰਮਰ ਦੇ ਆਰ ਪ੍ਰਟੈਂਡਿੰਗ ਟੂ ਬੀ ਫਾਰਮਰਸ ਠੀਕ ਆ ਆਪਾਂ ਫਾਰਮਰਸ ਨਹੀਂ ਹੈਗੇ ਠੀਕ ਹੈ ਨਹੀਂ ਹੈਗੇ ਮੈਂ ਆਈ ਐਕਸੈਪਟ ਇਟ ਕਿ ਆਪਾਂ ਫਾਰਮਰਸ ਨਹੀਂ ਹੈਗੇ ਬਟ ਸਾਡੀ ਲਾਈਵਸ ਕਿਤੇ ਨਾ ਕਿਤੇ ਫਾਰਮਰਸ ਦੇ ਨਾਲ ਜੁੜੀਆਂ ਤੇ ਆਪਾਂ ਉਸ ਪ੍ਰੋਟੈਸਟ ਦੇ ਵਿੱਚ ਜਾ ਕੇ ਉਹਨਾਂ ਦਾ ਹੌਸਲਾ ਵਜ਼ਾਈ ਕਰਦੇ ਪਏ ਠੀਕ ਹੈ ਇੱਕ ਉਹ ਹੌਸਲਾ ਹੌਸਾਈ ਹੋਣੀ ਚਾਹੀਦੀ ਹੈ ਅੱਛਾ ਜਦੋਂ ਆਪਾਂ ਉੱਥੇ ਪਹਿਲੇ ਦਿਨ ਆਪਾਂ ਉੱਥੇ ਸਟੈਪ ਇਨ ਕੀਤਾ ਹੂੰ ਪਹਿਲਾਂ ਤਾਂ ਇੱਕ ਹੁੰਦਾ ਨਾ ਕਿ ਅ ਅਪਾਂ ਸਾਨੂੰ ਸਾਡੀ ਲਾਈਫਸ ਦੇ ਵਿੱਚ ਤੋਂ ਤੁਹਾਡੇ ਲਾਈਫ ਦੇ ਵਿੱਚ ਸਾਡੀ ਲਾਈਫ ਦੇ ਵਿੱਚ ਵੀ ਸਾਡੇ ਚਲੋ ਪੁਰਾਣੇ ਬਜ਼ੁਰਗਾਂ ਨੇ ਲੜਾਈਆਂ ਦੇਖੀਆਂ ਬਟ ਆਪਾਂ ਆਪਣੇ ਹੋਂਦ ਦੇ ਵਿੱਚ ਕੋਈ ਐਸੀ ਬਲੈਕ ਫਰਸਟ ਟਾਈਮ ਹੈਗਾ ਇਹ ਪ੍ਰੋਟੈਸਟ ਉਹ ਇੱਕ ਉੱਥੇ ਜਿੱਦਾਂ ਜੈਸ ਹਸਾਬ ਦੀ ਉੱਤੇ ਪੁਲਿਸ ਐਂਟੀ ਰਾਈਟ ਪੁਲਿਸ ਆਰਮੀ ਲੱਗੀ ਹੋਈ ਆ ਉਹ ਇੱਕ ਨਾ ਜਿੱਦਾਂ ਅ ਪੁਆਇੰਟ 0 ਆਫ ਅ ਵਾਰ ਜ਼ੋਨ ਸਮਝ ਸਕਦਾ ਨਹੀਂ ਕਿ ਉਹ ਪੁਆਇੰਟ 0 ਆਫ ਦਾ ਵਾਰ ਜ਼ੋਨ ਲੱਗਦਾ ਪਿਆ ਠੀਕ ਹੈ ਉਹ ਇਤਨਾ ਲੱਗਦਾ ਪਿਆ ਬਟ ਉਹ ਇੱਕ ਡਿਫਰੈਂਟ ਐਂਡ ਹੈ ਜਿੱਥੋਂ ਤੁਸੀਂ ਆਉਂਗੇ ਅਗਰ ਤੁਸੀਂ ਦਿੱਲੀ ਤਰਫੋਂ ਐਂਟਰ ਕਰਦੇ ਪਏ ਨਾ ਤਾਂ ਤੁਹਾਨੂੰ ਇਹ ਲੱਗੇਗਾ ਕਿ ਮੈਂ ਪਤਾ ਨਹੀਂ ਕਿਹੜੇ ਜੰਗੀ ਇਲਾਕੇ ਦੇ ਵਿੱਚ ਆ ਗਿਆ ਹਾਂ ਜਦਕਿ ਵਾਇਲੈਂਸ ਨਾਮ ਦਾ ਉੱਥੇ ਵੀ ਵੀ ਨਹੀਂ ਹੈਗਾ ਉੱਥੇ ਕੁਝ ਵੀ ਨਹੀਂ ਹੈਗਾ ਵਾਇਲੈਂਸ ਨਾਮ ਦਾ ਵਾਲਾ ਇੱਕ ਇੱਕ ਲੈਟਰ ਦਾ ਕੁਝ ਵੀ ਨਹੀਂ ਹੈਗਾ ਵਾਇਲੈਂਸ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਉੱਥੇ ਠੀਕ ਹੈ ਮੈਂ ਤਾਂ ਇਹ ਸੋਚ ਰਹੀ ਸੀ ਕਿ ਮਤਲਬ ਆਪਣੇ ਹੀ ਦੇਸ਼ਵਾਸੀਆਂ ਲਈ ਤੁਹਾਨੂੰ ਫੌਜ ਖੜੀ ਕਰਨੀ ਪੈ ਰਹੀ ਦੱਸੋ ਹਾਂ ਉਹ ਕਿਉਂ ਸ਼ਾਂਤ ਬੈਠੇ ਆ ਬਿਲਕੁਲ ਵੀ ਕੋਈ ਵੀ ਦਾ ਨਹੀਂ ਹੁੱਲੇਬਾਜੀ ਕੋਈ ਨਹੀਂ ਸੀ ਸਾਰੇ ਨੋਰਮਲ ਸ਼ਾਂਤ ਬੈਠੇ ਬਸ ਹਲੇ ਉਹ ਸ਼ਾਂਤ ਬੈਠੇ ਤਾਂ ਨਹੀਂ ਉੱਤੇ ਪੁਲਿਸ ਚਲੋ ਉਹ ਆਪਾਂ ਉਹ ਪਕ ਰਹੇ ਆ ਕਿ ਇੱਕ ਨਾ ਰਵਨੀਤ ਤੂੰ ਗੱਲ ਆਇਆ ਕਿਉਂਕਿ ਰਵਨੀਤ ਨੂੰ ਦੇਖਦਾ ਤਾਂ ਮੈਨੂੰ ਬੜੇ ਵਧੀਆ ਲੱਗਦੇ ਨੇ ਫੁੱਲ ਯਾਦ ਆ ਗਿਆ ਤਾਂ ਆਪਣਾ ਦੇਸ਼ ਵੀ ਇੱਕ ਫੁੱਲ ਵਾਂਗੂ ਮੈਂ ਕਹਿੰਦੇ ਹੈਨਾ ਸਾਰੇ ਧਰਮਾਂ ਦੇ ਲੋਕ ਇਕੱਠੇ ਆ ਆ ਚੀਜ਼ ਸਭ ਤੋਂ ਖੂਬਸੂਰਤ ਮੇਰੇ ਖਿਆਲ ਨਾਲ ਗੱਲ ਸੀਗੀ ਪ੍ਰੋਟੈਸਟ ਦੀ ਕਿ ਸਾਰੇ ਧਰਮ ਇਕੱਠੇ ਸਾਰੇ ਧਰਮ ਇਕੱਠੇ ਸੀਗੇ ਇਹ ਸੀ ਨੂੰ ਫਿਰ ਤੁਹਾਨੂੰ ਤੁਸੀਂ ਕਿਦਾਂ ਫੀਲ ਮੈਂ ਪਹਿਲੇ ਪਹਿਲੀ ਚੀਜ਼ ਤਾਂ ਮੈਂ ਪਹਿਲਾਂ ਦੱਸੂਗਾ ਕਿ ਵੀ ਅਪਾ ਜਦੋਂ ਉੱਥੋਂ ਐਂਟਰ ਕੀਤੇ ਜੋ ਆਪਾਂ ਦਿੱਲੀ ਵੱਲੋਂ ਐਂਟਰ ਕੀਤੇ ਤੇ ਅ ਉੱਥੇ ਇਹ ਵਲ ਸਿਗਾ ਕਿ ਜੰਗੀਜਾ ਮਾਹੌਲ ਲੱਗਦਾ ਪਏਗਾ ਮੈਂ ਸੋਚਿਆ ਮੈਂ ਕਿ ਯਾਰ ਇਹ ਤਾਂ ਕਿਤਨਾ ਸਾ ਇੱਥੇ ਸਿਚੁਏਸ਼ਨ ਹੈ ਲੱਗਾ ਅੱਛਾ ਬਾਏ ਦਾ ਟਾਈਮ ਤੁਸੀਂ ਇੱਕ ਉਹ ਇੱਕ ਪੁਆਇੰਟ ਹੈਗਾ ਬਿਲਕੁਲ ਐਗਜ਼ੈਕਟਲੀ ਉੱਥੇ ਇੱਕ ਪੁਆਇੰਟ ਹੈਗਾ ਸਿੰਗੂ ਬਾਰਡਰ ਤੇ ਇਸ ਤਰਫ ਫੌਜ ਖੜੀ ਹੈ ਇੱਥੇ ਬੈਰੀਕੇਡ ਹੈ ਇੱਥੇ ਸਾਰੇ ਕਿਸਾਨ ਬੈਠੇ ਹੋਏ ਹਾਂ ਬਾਏ ਦਾ ਟਾਈਮ ਤੁਸੀਂ ਉਹ ਬੈਰੀਕੇਡ ਕ੍ਰਾਸ ਕਰਕੇ ਇਸ ਤਰਫ ਆਨੇ ਹੋ ਨਾ ਤੇ ਉੱਥੇ ਮਾਹੌਲ ਹੀ ਬਿਲਕੁਲ ਲੱਗਦਾ ਹੈ ਬਿਲਕੁਲ ਪੁਆਇੰਟ ਆਫ 뷰 ਹੀ ਚੇਂਜ ਹੋ ਜਾਂਦਾ ਉੱਥ ਇਕਦਮ ਹੁਣ ਤੁਸੀਂ ਐਂਟਰ ਹੋਏ ਕੀ ਆਸ ਦੀ ਮਤਲਬ ਇੱਕ ਤੁਸੀਂ ਅਲੱਗ ਹੀ ਔਰਾ ਉੱਥੇ ਫੀਲ ਕਰੋਗੇ એનર્ਜੀ ਫੀਲ ਕਰੋਗੇ ਪੈਰਟਨਿਸ ਜੋਸ਼ ਫੀਲ ਕਰੋਗੇ ਲੋਕ ਬੈਠੇ ਹੋਏ ਆ ਜੋਸ਼ ਫੀਲ ਕਰੋਗੇ ਬਹੁਤ ਵਧੀਆ ਤਰੀਕੇ ਨਾਲ ਬਟ ਉੱਥੇ ਬਿਲਕੁਲ ਹੀ ਔਰਾ ਉਸ ਜਗ੍ਹਾ ਤੇ ਔਰਾ ਬਿਲਕੁਲ ਡਿਫਰੈਂਟ ਹੈ ਹਾਂ ਉਹ ਪੀਸਫੁਲੀ ਉੱਥੇ ਬੈਠੇ ਹੋਏ ਆ ਤੇ ਬਜ਼ੁਰਗ ਬੈਠੇ ਹੋਏ ਆ ਨਾਲ ਜ਼ਿਆਦਾਤਰ ਆਪਾਂ ਕਹਿੰਦੇ ਕਿ ਵੀ ਇਹ ਕੁਝ ਲੋਕ ਕਹਿੰਦੇ ਬੈਠੇ ਕਿਉਂਕਿ ਵੀ ਇਹ ਕਿਸਾਨ ਤਾਂ ਹੈ ਹੀ ਨਹੀਂ ਹੂੰ ਠੀਕ ਹੈ ਅਗਰ ਉੱਥੇ ਕਿਸਾਨ ਨਹੀਂ ਹੈ ਤਾਂ ਕੌਣ ਹੈ ਹੂੰ ਠੀਕ ਹੈ ਤੁਹਾਨੂੰ ਕੀ ਲੱਗਾ ਉੱਥੇ ਜਾ ਕੇ ਕਿ ਇਹ ਜਿਹੜਾ ਬਜ਼ੁਰਗ ਮਾਤਾ ਬੈਠੀ ਆ ਆ ਜਿਹੜਾ ਮਾਤਾ ਕੋਈ ਆਲੂ ਮਟਰ ਛਿੱਲ ਰਹੀ ਮਟਰ ਆਲੂ ਛਿੱਲ ਰਹੀ ਹੈ ਬਜ਼ੁਰਗ ਵਰਤਾ ਰਹੇ ਆ ਤੇ ਉਹ ਤੁਹਾਨੂੰ ਕੀ ਲੱਗ ਰਿਹਾ ਕਿ ਉਹ ਉਹ ਪੈਸੇ ਦੇ ਕੇ ਬੁਲਾਏ ਹੋਣਗੇ ਨਹੀਂ ਨਹੀਂ ਆਪ ਕੋਈ ਵੀ ਬੰਦਾ ਇੰਨੀ ਠੰਡ ਦੇ ਵਿੱਚ ਮੈਂ ਭਾਜੀ ਉੱਥੇ ਆਪਾਂ ਬਾਰ-ਬਾਰ ਰਾਤ ਵੇਲੇ ਵੀ ਆਪ ਬ ਤੁਸੀਂ ਵੀ ਸੀਗੇ ਉੱਥੇ ਬਿਲਕੁਲ ਉੱਥੇ ਰਾਤ ਵੇਲੇ ਰਾਤ ਵੇਲੇ ਆਪਾਂ ਸੀਗੇ ਉੱਥੇ ਠੀਕ ਹੈ ਤੇ ਤੁਹਾਨੂੰ ਵੀ ਪਤਾ ਕਿੰਦਾਂ ਦੀ ਉੱਥੇ ਠੰਡੀ ਹਵਾ ਚੱਲਦੀ ਪਈ ਸੀਗੀ ਠੀਕ ਹੈ ਮਤਲਬ ਅਗਰ ਉੱਥੇ ਅੱਗ ਸੇਕਨ ਨੂੰ ਕੋਈ ਬੰਦਾ ਬੈਠਾ ਹੋਇਆ ਤਾਂ ਉਹ ਫੇ ਵੀ ਥੋੜੀ-ਬਹੁਤੀ ਕੰਫਰਟ ਫੀਲ ਕਰ ਸਕਦਾ ਆ ਬਜਾਏ ਉਹ ਕੀ ਉੱਥੇ ਜਿਹੜਾ ਵਾਕ ਕਰ ਰਿਹਾ ਹੈ ਜਾਂ ਫਿਰ ਜਿਹੜਾ ਪ੍ਰੋਟੈਸਟ ਦੇ ਵਿੱਚ ਹੈਗਾ ਜਾਂ ਜਿਹੜੇ ਉੱਥੇ ਵਰਤਾ ਰਹੇ ਸੀਗੇ ਲੋਕੀ ਹਨਾ ਜਿਹੜੇ ਜਿਨ੍ਹਾਂ ਦਾ ਕੰਮ ਪਾਣੀਆਂ ਦੇ ਨਾਲ ਹੁੰਦਾ ਪਿਆ ਆ ਕਾ ਉਪਾਂਦੇ ਪਿਆ ਤੇ ਉਹ ਉਹ ਲੋਕੀ ਉਥੇ ਫੀਲ ਕਰਦੇ ਪਏ ਉਸ ਠੰਡ ਨੂੰ ਫੀਲ ਕਰਦੇ ਪਏ ਤੇ ਤੁਹਾਨੂੰ ਲੱਗਦਾ ਕਿ ਯਾਰ ਕੋਣ ਆਪਣੇ ਕੋਣ ਐਸਾ ਪਾਗਲ ਇਨਸਾਨ ਹੈ ਜਿਹੜਾ 100 ਰੁਪਏ 500 ਰੁਪਏ ਮੈਂ ਇਵਨ ਕਹਣਾ 1000 ਰੁਪਏ ਪਰ ਡੇ ਦੇ ਹਿਸਾਬ ਨਾਲ ਵੀ ਕੋਈ ਤੁਸੀਂ ਬੰਦਾ ਬੁਲਾਓਗੇ ਨਾ ਗਲੇ ਕੋਈ ਇੰਨੀ ਠੰਡ ਦੇ ਵਿੱਚ ਕੋਈ ਬਾਰ ਨਹੀਂ ਸੋਏਗਾ ਇਹ ਕੋਈ ਪੋਲਿਟੀਕਲ ਰੈਲੀ ਥੋੜੀ ਜਿਹੀ ਜਿੱਥੇ ਪੈਸੇ ਦੇ ਕੇ ਸੱਦਣਾ ਸੀ ਨਹੀਂ ਉਥੇ ਤਾਂ 4 ਵਜੇ ਤੋਂ ਬਾਅਦ ਕੋਈ ਕੁਰਸੀਆਂ ਚੱਕਰ ਆਣਾਂ ਲੱਭਦਾ ਨਹੀਂ ਇੱਥੇ ਤਾਂ 22 ਦਿਨ 25 ਦਿਨ ਹੋਰ ਪਤਾ ਨਹੀਂ ਕਿੰਨੇ ਮਹੀਨੇ ਹੋ ਜਾਣੇ ਕਿ ਉਹ ਡਟਣ ਨੂੰ ਤਿਆਰ ਨੇ ਉਹ ਤੇ ਦੂਜੀ ਗੱਲ ਮੈਨੂੰ ਇਹ ਇਲਜ਼ਾਮ ਵੀ ਲਾਇਆ ਗਿਆ ਕਿ ਉਰਦਾ ਪੰਜਾਬ ਨਸ਼ੇ ਬਹੁਤ ਨੇ ਕਿਤਨਾ ਕਿਤੇ ਹੋਣਗੇ ਵੀ ਬਟ ਉਹ ਯੂਥ ਤੁਸੀਂ ਉੱਥੇ ਜਾ ਕੇ ਜਦੋਂ ਮਿਲਿਆ ਤੁਹਾਨੂੰ ਲੱਗਾ ਨੀ ਯਾਰ ਇਹ ਪੰਜਾਬ ਦਾ ਯੂਥ ਸਾਡੇ ਹੈਰਾਨੀ ਹੋਈ ਤੁਹਾਨੂੰ ਬਹੁਤ ਹੈਰਾਨੀ ਹੋਈ ਇੱਕ ਹੈਰਾਨੀ ਦਾ ਕੀ ਹੋਈ ਚਲੋ ਇਹ ਤਾਂ ਇੱਕ ਹੁੰਦਾ ਨਾ ਕਿ ਆਪਾਂ ਜਿਹੜੇ ਸ਼ਹਿਰ ਵਲ ਰਹਿਣ ਵਾਲੇ ਲੋਕੀ ਹੈ ਨਾ ਆਪਾਂ ਤਾਂ ਬੇਸਿਕਲੀ ਆਪਾਂ ਕੀ ਕਰਦੇ ਆ ਆਪਾਂ ਆਪਣੀ ਜੌਬ ਤੋਂ ਵਾਪਸ ਆਏ ਆ ਆਪਾਂ ਟੀਵੀ ਔਨ ਕੀਤਾ ਜੋ ਸੈਡਿਊਲ ਸੈਟ ਰਹਿੰਦਾ ਹੈ ਹਾਂ ਸੈਡਿਊਲ ਸੈਟ ਰਹਿੰਦਾ ਆਪਾਂ ਨਿਊਜ਼ ਦੇਖੀ ਨਿਊਜ਼ ਨੇ ਸਾਨੂੰ ਦੱਸਦਾ ਕਿ ਪੰਜਾਬ ਦੇ ਵਿੱਚ ਇੰਨਾ ਨਸ਼ਾ ਹੈ ਇੰਨਾ ਹੈ ਇਦਾਂ ਹੈ ਠੀਕ ਹੈ ਨੋ ਡਾਊਟ ਹੈਗਾ ਨਸ਼ਾ ਹੈਗਾ ਠੀਕ ਹੈ ਬਟ ਉਸ ਕਹ ਲਓ ਇੱਕ ਹਿਊਮੰਗਸ ਨਿਊਜ਼ ਦੇ ਪਿੱਛੇ ਜਿਹੜੇ ਬੱਚੇ ਨੂੰ ਲੁਭੇਟ ਲੋ ਹਾਂ ਕੋਈ ਨਾ ਉਸ ਇੱਕੋ ਨਿਊਜ਼ ਨੇ ਪੰਜਾਬ ਨਾਲ ਲੁਭੇਟਿਆ ਹੋਇਆ ਠੀਕ ਹੈ ਹੁਣ ਉਸ ਹਿਊਮੰਗਸ ਨਿਊਜ਼ ਦੇ ਨਸ਼ਿਆਂ ਦੇ ਉੱਤੇ ਜਿਹੜੀ ਨਿਊਜ਼ ਹੈਗੀ ਆ ਉਹਦੇ ਪਿੱਛੇ ਜਿਹੜਾ ਐਕਚੁਅਲ ਯੂਥ ਜਿਹੜਾ ਆਪਣੇ ਸਪੋਰਟਸ ਵਾਲਾ ਹੈਗਾ ਆ ਜਾਂ ਫਿਰ ਅ ਜਿਮਿੰਗ ਜਿਮ ਕਰਦਾ ਆ ਆਰਮੀ ਦੇ ਵਿੱਚ ਹੈਗਾ ਆ ਜਾਂ ਫਿਰ ਆਪਣੀ ਕਿਸਾਨੀ ਕਰਦਾ ਪਿਆ ਉਹ ਯੂਥ ਜਿਹੜਾ ਆ ਉਹ ਨੂੰ ਤਾਂ ਤੁਸੀਂ ਟੱਕ ਹੀ ਦਿੱਤਾ ਉਹਨੂੰ ਕਿਉਂ ਨਹੀਂ ਸਾਹਮਣੇ ਲੈ ਕੇ ਆ ਰਹੇ ਤੇ ਇਹ ਜਿਹੜਾ ਯੂਥ ਉੱਥੇ ਤੁਹਾਨੂੰ ਦੇਖਣ ਨੂੰ ਮਿਲਿਆ ਨਾ ਇਹ ਉਹ ਯੂਥ ਬਾਹਰ ਨਿਕਲ ਕੇ ਆਇਆ ਜਿਹੜਾ ਇਸ ਹਿਊਮੰਗਸ ਨਿਊਜ਼ ਜਿਹੜੀ ਨਸ਼ਿਆਂ ਵਾਲੀ ਨੇ ਨਹੀਂ ਕੈਪਚਰ ਕੀਤਾ ਉਹ ਜਦੋਂ ਉੱਥੇ ਆਇਆ ਤੇ ਉਹਨਾਂ ਨੂੰ ਹੈਰਾਨੀ ਹੋ ਸਾਨੂੰ ਹੈਰਾਨੀ ਹੋਈ ਯਾਰ ਇਹ ਸਾਡੇ ਮਤਲਬ ਪੰਜਾਬ ਦੇ ਮੁੰਡੇ ਆ ਮੁੰਨ ਇੱਕ ਮੁੰਡਾ ਮਿਲਿਆ ਇੱਕ ਟੈਂਟ ਦੇ ਵਿੱਚ ਮੈਂ ਗੱਲ ਕਰ ਰਿਹਾ ਸੀ ਉਹਦੇ ਨਾਲ ਕਹਿੰਦਾ ਦੇਖੋ ਜੀ ਮੁੰਨੂ ਕਹਿੰਦੀ ਸੀ ਨਸ਼ੇ ਕਰਦਾ ਮੁੰਨੂ ਕਹਿੰਦੀ ਸੀ ਕਿ ਤੂੰ ਬੜਾ ਮਾੜਾ ਐਥੇ ਮੈਂ ਪਹੁੰਚ ਗਿਆ ਮੈਂ ਬਾਕੀ ਪਿੰਡ ਵਾਲਿਆਂ ਨੂੰ ਤੁਹਾਡੇ ਧਰੂ ਕਹਿਣਾ ਚਾਹੁੰਦਾ ਕਿ ਜੇ ਤੁਹਾਡੇ ਚ ਵੀ ਹੁਣ ਦਮ ਹੈਗਾ ਤੋ ਮੇਰੇ ਨਾਲ ਆ ਜਾਓ ਲਲਕਾਰ ਰਿਹਾ ਸੀਗਾ ਕਿ ਮੇਰੇ ਤੇ ਇਲਜ਼ਾਮ ਲੱਗ ਰਹੇ ਸੀ ਨਸ਼ੇ ਦੇ ਪਰ ਮੈਂ ਇੱਥੇ ਪਹੁੰਚ ਗਿਆ ਤਾਂ ਰਮਨੀ ਕੋਈ ਕਹਿੰਦਾ ਇਹ ਗਰਲਸ ਮਿਲੀਆਂ ਤੁਹਾਨੂੰ ਕੋਈ ਕੁੜੀਆਂ ਮਤਲਬ ਮੈਂ ਦੇਖਿਆ ਉੱਥੇ ਕਾਫੀ ਕੁੜੀਆਂ ਛੋਟੇ ਬੱਚੇ ਸੀਗੇ ਇਵਨ ਕੁੜੀਆਂ ਕਹਿੰਦੇ ਨੇ ਉਹ ਮੋਡਾ ਨਾਲ ਮੋਡਾ ਲਾ ਕੇ ਚਲਦੀਆਂ ਹੁਣ ਜੌਬ 'ਚ ਨਹੀਂ ਉਹ ਪ੍ਰੋਟੈਸਟ ਦੇ ਵਿੱਚ ਵੀ ਨਾਲ ਹੀ ਸੀਗੀਆਂ ਤੇ ਕੋਈ ਐਦਾ ਦੀ ਕੋਈ ਤੁਹਾਡੇ ਨਾਲ ਗੱਲ ਹੋਈ ਤੁਸੀਂ ਦੇਖ ਕੇ ਕੀ ਫੀਲ ਆਇਆ ਯਾਰ ਇਹ ਕੁੜੀਆਂ ਕਿੱਥੇ ਪਹੁੰਚ ਗਈਆਂ ਹਾਂ ਸੀਰੀਅਸਲੀ ਮਤਲਬ ਮੁੰਡੇ ਤਾਂ ਚਲੋ ਉਹਨਾਂ ਨੂੰ ਕੋਈ ਚੱਕਰ ਮੁੰਡੇ ਤਾਂ ਚਲੋ ਪਹੁੰਚ ਜਾਂਦੇ ਹਰ ਜਗ੍ਹਾ ਪਹੁੰਚ ਜਾਂਦੇ ਹਰ ਜਗ੍ਹਾ ਪਰ ਕੁੜੀਆਂ ਵੀ ਸੀਗੀਆਂ ਉੱਥੇ ਤੇ ਇਹ ਦੇਖ ਕੇ ਬਹੁਤ ਵਧੀਆ ਲੱਗਾ ਸੋਚੋ ਤੇ ਉਹ ਇਹ ਵੀ ਨਹੀਂ ਕਿ ਉੱਥੇ ਕੋਈ ਸੇਫਟੀ ਨਹੀਂ ਆ ਜਾਂ ਕੁਝ ਪ੍ਰੋਪਰ ਸੇਫਟੀ ਆ ਉੱਤੇ ਸਾਰੇ ਪੂਰਾ ਸੇਫ ਆ ਪੰਜਾਬ ਇਵਨ ਦਿੱਲੀ ਵਾਲੇ ਕਹਿਣਾ ਸ਼ੁਰੂ ਹੋ ਗਏ ਕਿ ਸਾਡੇ ਕੁੜੀਆਂ ਸੇਫ ਨੇ ਸਾਡੀ ਕੁੜੀਆਂ ਸੇਫ ਆ ਸਾਡੀ ਕੁੜੀਆਂ ਸੇਫ ਆ ਕਿਉਂਕਿ ਪੰਜਾਬੀ ਆ ਗਏ ਆ ਕਿ ਪੰਜਾਬੀਆਂ ਦੇ ਹੁੰਦੇ ਕੋਈ ਗਲਤ ਕੰਮ ਨਹੀਂ ਹੋ ਸਕਦਾ ਅੱਛਾ ਸ਼ਾਇਦ ਵੀ ਇਦਾਂ ਵੀ ਸੀਗਾ ਕਿ ਉੱਥੇ ਕਿ ਆਸ-ਪਾਸ ਕਾਫੀ ਸ਼ੋਰੂਮ ਸੀਗੇ ਸ਼ਾਪਸ ਸੀਗੀਆਂ ਤੇ ਇਹ ਵੀ ਕਹਿ ਚ ਆ ਗਿਆ ਕਿ ਰੋਡ ਬਲੌਕ ਹੈ ਆਸ-ਪਾਸ ਨੂੰ ਕੰਮ ਨੂੰ ਫਰਕ ਪੈ ਰਿਹਾ ਪਰ ਵੀਡੀਓਜ਼ ਦੇ ਵਿੱਚ ਉਹ ਲੋਗ ਬੜੇ ਬਲੰਟਲੀ ਕਹਿ ਰਹੇ ਨੇ ਕਿ ਨਹੀਂ ਸਾਨੂੰ ਸਾਡੇ ਕੰਮ ਨੂੰ ਕੋਈ ਇੰਨਾ ਫਰਕ ਨਹੀਂ ਪਿਆ ਜੇ ਫਰਕ ਪੈਂਦਾ ਵੀ ਹੈ ਪਰ ਅਸੀਂ ਕਿਸਾਨਾਂ ਦੇ ਨਾਲ ਨੇ ਕਿਉਂਕਿ ਉਹ ਸਹੀ ਨਹੀਂ ਮੈਂ ਦਾਸਾ ਉੱਥੇ ਇਹ ਮਤਲਬ ਇੱਕ ਗੱਲ ਹੋਈ ਇਹ ਗੱਲ ਹੋਈ ਉੱਥੇ ਜੋ ਉੱਥੇ ਦੀ ਗਰਾਊਂਡ ਰਿਐਲਿਟੀ ਕੀ ਹੈ ਜਿਹੜਾ ਜੋ ਮੈਂ ਉੱਥੇ ਜਾ ਕੇ ਦੇਖਿਆ ਦੇਖੋ ਐਸ ਬੈਕ ਬਿਜ਼ਨਸਮੈਨ ਐਂਡ ਫੈਮਿਲੀ ਜੋ ਵੀ ਹੈ ਨਾ ਠੀਕ ਹੈ ਉੱਥੇ ਉਹ ਇੱਕ ਪ੍ਰੋਟੈਸਟ ਤਾਂ ਚੱਲ ਰਹੀ ਹੈ ਜਿਹੜੇ ਪ੍ਰੋਟੈਸਟ ਉੱਥੇ ਕਰ ਰਹੇ ਉਹ ਪ੍ਰੋਟੈਸਟ ਦੇ ਨਾਲ ਨਾਲ ਤੁਸੀਂ ਇੱਕ ਚੀਜ਼ ਉੱਥੇ ਨੋਟਿਸ ਕਰੋਗੇ ਉੱਥੇ ਮੇ ਏ ਨਹੀਂ ਹੈ ਕਿ ਉੱਥੇ ਸਾਰੇ ਸਿਰਫ ਲੰਗਰ ਹੀ ਚੱਲ ਰਿਹਾ ਹੈ ਜਾਂ ਸਾਰੇ ਫ੍ਰੀ ਚ ਹੀ ਵਰਤਾ ਰਹੇ ਆ ਜਾਂ ਪਰ ਜੋ ਗਰਮ ਕੱਪੜੇ ਜੋ ਆਪਾਂ ਵੀ ਜਦੋਂ ਖਾਲਸਾ ਈਡ ਚ ਵਿੱਚ ਆਪਾਂ ਕਰਦੇ ਪਏ ਸੀਗੇ ਸੇਵਾ ਕਰਦੇ ਪਏ ਚਲੋ ਆਪਾਂ ਵਰਤਾਂਦੇ ਜਿਹੜੇ ਲੋੜਵੰਦੀ ਉਹਨਾਂ ਨੂੰ ਵਰਤਾਂਦੇ ਪਏ ਜਿਹੜੇ ਉੱਥੇ ਨਾਰਮਲ ਹੈਗੇ ਨਾ ਲੋਕੀ ਉਹ ਕਹਿੰਦੇ ਪਏ ਕਿ ਸਾਡੇ ਕਿਉਂਕਿ ਉਹ ਇੱਕ ਬਾਰਡਰ ਏਰੀਆ ਆ ਹਾਂ ਉੱਥੇ ਲੋਕੀ ਰਹਿੰਦੇ ਨਹੀਂ ਆ ਠੀਕ ਹੈ ਉੱਤਰ ਲੋਕੀ ਸਭ ਕ੍ਰਾਸ ਕਰ ਦੇ। ਕ੍ਰਾਸ ਕਰ ਦੇ। ਠੀਕ ਹੈ ਜਿਨ੍ਹਾਂ ਨੂੰ ਲੋਡ ਆ ਉਹਨਾਂ ਨੇ ਸਮਾਂ ਲੈਣਾ ਜਿਹੜੇ ਨਹੀਂ ਲੋਡ ਉਹਨਾਂ ਨੇ ਹੁਣ ਪਿਛਲੇ 21 ਦਿਨ ਤੋਂ ਉੱਥੇ ਚੱਲਦੀ ਪਈ ਹੈ ਪ੍ਰੋਟੈਸਟ। ਹੂੰ ਠੀਕ ਹੈ। ਲਗਾਤਾਰ ਪ੍ਰੋਟੈਸਟ ਉੱਥੇ ਚੱਲਦੀ ਪਈ ਹੈ ਤੇ ਲਗਾਤਾਰ ਰੋਕੀਏ ਜਿਹੜੇ ਉੱਥੇ ਡੇਰਾ ਲਾ ਕੇ ਬੈਠੇ ਹੋਏ ਆ ਜਿਹੜੇ ਉੱਥੇ ਬੈਠੇ ਹੋਏ ਆ ਉਹ ਆਪਣੇ ਅਸੈਂਸ਼ੀਅਲ ਸਮਾਨ ਉੱਥੇ ਦੀ ਦੁਕਾਨਾਂ ਤੋਂ ਵੀ ਲੈ ਰਹੇ ਆ। ਬਿਲਕੁਲ। ਜਿਹਦੇ ਨਾਲ ਕੀ ਹੋ ਰਿਹਾ? ਉਹਨਾਂ ਦੀ ਕਮਾਈ ਵੀ ਹੋ ਰਹੀ ਹੈ। ਠੀਕ ਹੈ। ਉਹ ਕਹਿੰਦੇ ਪਏ ਆ ਕਿ ਵੀ ਇੰਨੀ ਕਮਾਈ ਤਾਂ ਸਾਡੀ ਪਿਛਲੇ ਕਿੰਨੇ ਸਾਲਾਂ ਚ ਹੋਈ ਨਹੀਂ। ਜ ਠੀਕ ਹੈ ਤੁਸੀਂ ਉੱਥੇ ਜਾ ਕੇ ਕਿਸੇ ਬਿਜ਼ਨਸਮੈਨ ਮਤਲਬ ਛੋਟੀ ਛੋਟੀ ਚੀਜ਼ਾਂ ਜਿਹਦਾ ਸੁਪੋਜ਼ ਉੱਥੇ ਫੋਨ ਟੈਲੀਫੋਨ ਮਤਲਬ ਝੂਠੇ ਇਲਜ਼ਾਮ ਹੀ ਹੈ ਕਿ ਇਹ ਪ੍ਰੋਟੈਸਟ ਨੂੰ ਭੰਗ ਕਰਨ ਦੇ ਬਾਰ ਬਾਰ ਤਰੀਕੇ ਵਰਤੇ ਗਏ ਕਿ ਇਹ ਖਾਲਿਸਤਾਨੀ ਨੇ ਜਾਂ ਬਿਜ਼ਨਸ ਹਰਟ ਹੋ ਰਿਹਾ ਇਹ ਸਾਰੀ ਝੂਠੀਆਂ ਖਬਰਾਂ ਲੱਗੀਆਂ ਤੁਹਾਨੂੰ ਜਾ ਕੇ ਖਾਲਿਸਤਾਨੀ ਮੈਂ ਕਹਿੰਦਾ ਕੋਈ ਵੀ ਟੈਰਰਿਸਟ ਆਰਗੇਨਾਈਜੇਸ਼ਨ ਨਹੀਂ ਅਗਰ ਇੱਥੇ ਇਦਾਂ ਆਣਾ ਹੁੰਦਾ ਨਾ ਉਹ ਇਦਾਂ ਆ ਕੇ ਪ੍ਰੋਟੈਸਟ ਨਹੀਂ ਕਰਦੇ ਬਿਲਕੁਲ ਠੀਕ ਹੈ ਬਿਲਕੁਲ ਅਗਰ ਖਾਲਿਸਤਾਨੀਆਂ ਨੇ ਵੀ ਆਉਣਾ ਸੀ ਉਹਨਾਂ ਨੇ ਚੁੱਪਚਾਪ ਨਹੀਂ ਆਣਾ ਸੀ ਠੀਕ ਹੈ ਨਾ ਉਹਨਾਂ ਖਾਲਿਸਤਾਨੀਆ ਕੋਈ ਵੀ ਆਰਗੇਨਾਈਜੇਸ਼ਨ ਹੈਗੀ ਆ ਆਪਾਂ ਕਹਿੰਦੇ ਚਲੋ ਖਾਲਿਸਤਾਨੀ ਕੀ ਹੈ ਜੋ ਵੀ ਹੈ ਠੀਕ ਹੈ ਬਟ ਉਹ ਇਸ ਤਰ੍ਹਾਂ ਨਹੀਂ ਆਦੇ ਠੀਕ ਹੈ ਇਹ ਪੀਸਫੁਲੀ ਆ ਕੇ ਉੱਥੇ ਪ੍ਰੋਟੈਸਟ ਕਰਦੇ ਪਏ ਆ ਠੀਕ ਹੈ ਆਪਾਂ ਅਸੀਂ ਕਦੀ ਪਹਿਲੇ ਵਾਲੀ ਲਾਈਫ 'ਚ ਦੇਖਿਆ ਕਿ ਕੋਈ ਟੈਰਰਿਸਟ ਟੈਰਰਿਸਟ ਆ ਕੇ ਬਾਰਡਰ ਰੋਕ ਕੇ ਬੈਠਾ ਕਿ ਮੇਰੇ ਹੱਕ ਦੋ ਮੇਰੇ ਹੱਕ ਦੋ ਉਹਨਾਂ ਤਾਂ ਆ ਕੇ ਸਿੱਧੇ ਆਪਣਾ ਜੋ ਕੰਮ ਕਰਨਾ ਕਰਨਾ ਸ਼ੁਰੂ ਕਰਦੇ ਆਪਣੇ ਆਪਣੇ ਆਪਣੀਆਂ ਜ਼ਮੀਨਾਂ ਜਦਾਦਾਂ ਪਿੱਛੇ ਛੱਡ ਕੇ ਆਏ ਅੱਛਾ ਉਹ ਕਹਿੰਦੇ ਪਏ ਕਿ ਆਪਣਾ ਇਹ ਕਿਹੜਾ ਕਿਸਾਨ ਆ ਜੀ ਆਪਣੇ ਖੇਤ ਛੱਡ ਕੇ ਇੱਥੇ ਆ ਕੇ ਬੈਠਾ ਹੋਇਆ ਹੈ ਠੀਕ ਹੈ ਹ ਕਿਸਾਨ ਇੰਨੇ ਇੰਨੇ ਕਾਰ ਆ ਕਿੱਥੋਂ ਆ ਗਈਆਂ ਗੱਡੀਆਂ ਕਿੱਥੋਂ ਆ ਗਈਆਂ ਮਤਲਬ بڑے بڑے ਇਲਜ਼ਾਮ ਲਾਏ ਨੇ ਉਹ ਜਿਹੜੇ ਪੈਸੇ ਹੈ ਨਾ ਉਹ ਜਿਹੜੇ ਪੈਸੇ ਹੈ ਕਿਸਾਨਾਂ ਨੂੰ ਉੱਥੇ ਸਾਨੂੰ ਪਤਾ ਲੱਗਦਾ ਹੈ ਕਿਉਂਕਿ ਮੈਂ ਸਾਡਾ ਜਿਹੜਾ ਬਿਜ਼ਨਸ ਹੈਗਾ ਨਾ ਸਾਡਾ ਕਿਤੇ ਨਾ ਕਿਤੇ ਕਿਸਾਨੀ ਨਾਲ ਬਿਜ਼ਨਸ जोडਿਆ ਹੋਇਆ ਹੈ ਕਿਉਂਕਿ ਜਿਹੜਾ ਸਾਡਾ ਫੈਮਿਲੀ ਬਿਜ਼ਨਸ ਹੈ ਉਹਦੇ ਵਿੱਚ ਆਪਾਂ ਟਰੈਕਟਰਸ ਕੰਬਾਈਨ ਹੋ ਗਏ ਜਾਂ ਹਾਰਵੇਸਟਰਸ ਹੋ ਗਏ ਇਹਨਾਂ ਦੇ ਪਾਰਟਸ ਬਣਾਉਂਦੇ ਆ ਓਕੇ ਠੀਕ ਹੈ ਸੋ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੇ ਉਹ ਜਿਹੜੇ ਪੈਸੇ ਕਿਸਾਨਾਂ ਕੋ ਆਂਦੇ ਪਏ ਹੈ ਨਾ ਉਹ ਕਿਸਾਨੀ ਤੋਂ ਨਹੀਂ ਆਂਦੇ ਪਏ ਸਪੈ ਆਪਾਂ ਸਾਰੇ ਕਹਿੰਦੇ ਬਈ ਕਿ ਪੰਜਾਬ ਤੇ ਹਰਿਆਣਾ ਦੇ ਲੋਕ ਕਿਉਂ ਇਹਨਾ ਪ੍ਰੋਟੈਸਟ ਕਰਦੇ ਬਈ ਕਿਉਂਕਿ ਇਹੀ ਐਸੇ ਦੋ ਐਸੇ ਸਟੇਟਸ ਆ ਜਿੱਥੇ ਐਮ ਐਸ ਪੀ ਮਿਨੀਮਮ ਸਪੋਰਟ ਪ੍ਰਾਈਸ ਉਹਨਾਂ ਨੂੰ ਮਿਲਦਾ ਆ ਹੂੰ ਠੀਕ ਆ ਇਹ ਉਹ ਕਹਿੰਦੇ ਐਮਐਸਪੀ ਐਮਐਸਪੀ ਦੇ ਉੱਤੇ ਗੱਲ ਕਰਦੇ ਹੋ ਬਾਕੀ ਕਹਿੰਦੇ ਕਿ ਜੀ ਤੁਸੀਂ ਬਿਹਾਰ ਯੂਪੀ ਦੇ ਕਿਉਂ ਨਹੀਂ ਕਰਦੇ ਪਏ ਬਿਹਾਰ ਦੇ ਕਿਉਂ ਨਹੀਂ ਕਰਦੇ ਪਏ ਜਾਂ ਮੱਧ ਪ੍ਰਦੇਸ਼ ਦੇ ਕਿਉਂ ਨਹੀਂ ਕਰਦੇ ਪਏ ਅੱਜ ਤੁਸੀਂ ਉੱਥੇ ਜਾਓਗੇ ਗਰਾਊਂਡ ਰਿਐਲਿਟੀ ਤੇ ਤੁਹਾਨੂੰ ਪਤਾ ਲੱਗੇਗਾ ਕਿਉਂਕਿ ਮੈਂ ਆਪ ਜਾ ਕੇ ਉੱਥੇ ਆਪਾਂ ਜਦੋਂ ਉੱਥੇ ਸੇਵਾ ਕੀਤੀ ਆਪਾਂ ਗੱਲ ਕੀਤੀ ਸਾਰਿਆਂ ਨੇ ਨਾ ਸਾਨੂੰ ਰਾਜਸਥਾਨ ਦੇ ਬੰਦੇ ਵੀ ਮਿਲੇ ਸਾਨੂੰ ਯੂਪੀ ਦੇ ਵੀ ਮਿਲੇ ਮੱਧ ਪ੍ਰਦੇਸ਼ ਦੇ ਮਿਲੇ ਈਵਨ ਕਰਨਾਟਕਾ ਦੇ ਕੇਰਲਾ ਦੇ ਵੀ ਮਿਲੇ ਠੀਕ ਹੈ ਬਿਹਾਰ ਦੇ ਵੀ ਮਿਲੇ ਠੀਕ ਹੈ ਤੁਸੀਂ ਉੱਥੇ ਗੱਲ ਕਰੋਗੇ ਆ ਤੁਸੀਂ YouTube ਵੀਡੀਓਜ਼ ਵੀ ਦੇਖੀਆਂ ਹੋਵंगी ਆ ਕ ਜਿਹੜੇ ਸਾਨੂੰ ਅ ਅਗਰ ਆ ਮਤਲਬ ਮਾਰਕੀਟ ਏਪੀएमसी ਦੀ ਜਿਹੜੀ ਮੰਡੀਆਂ ਹੈਗੀਆਂ ਉੱਥੇ ਜਾ ਕੇ ਤੁਸੀਂ ਅਗਰ ਕੁਇੰਟਲ ਦੀ ਬੋਰੀ ਅਗਰ ਖਰੀਦੋਗੇ ਮਤਲਬ ਉੱਥੇ ਅਗਰ ਵੇਚਦੇ ਆ ਕੋਈ ਕਿਸਾਨ ਵੇਚਦਾ ਆ ਤੇ ਉਹਨੂੰ ਅ ਜਿਹੜਾ ਕਣਕ ਆ ਕਣਕ ਆ ਕਣਕ ਤਾਂ ਜਿਹੜਾ ਐਮਐਸਪੀ ਮਿਲਦਾ ਉਹ 1800 ਰੁਪਏ ਦੇ ਆਸ-ਪਾਸ ਮਿਲ ਜਾਂਦਾ ਹੈ ਠੀਕ ਹੈ ਉਹੀ ਕਣਕ ਸੋਰੀ ਮੈਂ ਰਾਈਸ ਦੀ ਗੱਲ ਕਰਾਂਗਾ ਪਰ ਰਾਈਸ ਦਾ 14-1500 ਦੇ ਆਸ-ਪਾਸ ਕੁਇੰਟਲ ਦੇ ਹਿਸਾਬ ਨਾਲ ਮਿਲ ਜਾਂਦਾ ਹੈ ਪਰ 100 ਕਿਜੀ ਦੇ ਅਕੋਰਡਿੰਗਲੀ ਮਿਲ ਜਾਂਦਾ ਜਿਹਨਾਂ ਨੂੰ ਨਹੀਂ ਪਤਾ ਕੁਇੰਟਲ ਕੀ ਹੁੰਦਾ ਠੀਕ ਹੈ 100 ਕਿਜੀ ਦੇ ਅਕੋਰਡਿੰਗਲੀ ਉਹਨਾਂ ਨੂੰ 1400 ਰੁਪਏ ਦੀ ਬੋਰੀ ਦੇ ਹਿਸਾਬ ਨਾਲ ਰੇਟ ਮਿਲਦਾ ਹੈ ਇਹੀ ਉਹੀ ਬੋਰੀ ਸੇਮ ਬੋਰੀ ਅਗਰ ਤੁਸੀਂ ਏਪੀਐਮਸੀ ਮੰਡੀ ਤਾਂ ਉੱਥੇ ਚਲੋ ਹੈ ਨਹੀਂ ਰਹੀ ਨਹੀਂ ਗਈਆਂ ਬਿਹਾਰ ਦੇ ਵਿੱਚ ਖਤਮ ਹੋ ਗਈਆਂ ਹੋਈਆਂ ਉਹੀ ਕੰਟਰੈਕਟ ਫਾਰਮੀ ਦੇ ਅਕੋਰਡਿੰਗਲੀ ਉਥੇ ਉਹ 800 ਰੁਪਏ ਦਾ ਕੁਇੰਟਲ ਦੇ ਮਿਲਦਾ ਹੈ ਕਿੱਥੇ 1400 ਰੁਪਏ ਦਾ ਰੇਟ ਕਿੱਥੇ 800 ਰੁਪਏ ਦਾ ਪ੍ਰੋਟੈਸਟਾ ਬਣ ਨਹੀਂ ਉਹ ਵੀ ਮਿਲਿਆ ਨਹੀਂ ਮਿਲਿਆ ਹਾਂ ਠੀਕ ਹੈ ਹੁਣ ਉਹ ਉਹ ਕਹਿੰਦੇ ਵੀ ਪੰਜਾਬ ਤੇ ਹਰਿਆਣਾ ਵਾਲੇ ਕਿਉਂ ਪ੍ਰੋਟੈਸਟ ਕਰਦੇ ਨੇ ਕਿਉਂਕਿ ਇਹੀ ਦੋ ਮੰਡੀਆਂ ਜਿੱਥੇ ਜੜੀਆਂ ਵਰਲਡ establised ਮੰਡੀਆਂ ਹੈਗੀਆਂ ਇਹਨਾਂ ਨੂੰ ਹੀ ਉਹ ਸਪੋਰਟ ਪ੍ਰਾਈਸ ਮਿਲ ਰਿਹਾ ਹੈ ਉਹ ਕਹਿੰਦੇ ਵੀ ਕਿ ਤੁਸੀਂ ਅਗਰ ਜਿਹੜੇ ਬਿਹਾਰ ਜਾਂ ਯੂਪੀ ਆ ਕਿਸੇ ਹੋਰ ਸਾਈਡ ਦੇ ਜਿਹੜੇ ਹੈਗੇ ਆ ਕਿਸਾਨ ਉਹ ਇੰਨੇ ਐਜੂਕੇਟਿਡ ਨਹੀਂ ਹੈਗੇ ਜਿਹਨੇ ਆਪਣੇ ਇੱਥੇ ਹੈਗੇ ਆ ਠੀਕ ਹੈ ਇੱਥੇ ਮੁੰਡੇ ਜਿਹੜੇ ਸਾਡੇ ਪੰਜਾਬ ਦੇ ਮੁੰਡੇ ਹੈਗੇ ਆ ਉਹ ਬਾਹਰੋਂ ਐਗਰੀਕਲਚਰਲ ਐਗਰੀਕਲਚਰਲ ਇੰਜੀਨੀਅਰਿੰਗ ਕਰਕੇ ਆਏ ਹੋਏ ਇੱਥੇ ਮੈਂ ਮੈਂ ਖੁਦ ਮਿਲਿਆ ਜਿੱਦਾਂ ਤੁਸੀਂ ਗੱਲ ਕੀਤੀ ਕਿ ਆ ਵੀ ਜਿਹੜਾ ਇਲਜ਼ਾਮ ਸੀਗਾ ਕਿ ਅਨਪੜ ਲੋਗ ਉਹ ਵੀ ਉਹਨਾਂ ਨੇ ਧੋਣਾ ਧੋਤਾ ਦੇਖੋ ਇੱਕ ਨਾ ਬਹੁਤ ਆਪਣੇ ਕਿਸਾਨਾਂ ਨੂੰ ਲੈ ਕੇ ਨਾ ਸਟੀਰੀਓਟਾਈਪਸ ਜਿਹੜੇ ਆਪਾਂ ਬਣਾ ਰਹੇ ਹਾਂ ਕਿ ਵੀ ਕਿਸਾਨ ਆ ਇਹਦੇ ਦੇ ਕੱਪੜੇ ਲਿਬੜੇ ਹੋਣੇ ਚਾਹੀਦੇ ਆ ਚੁੱਗੀ ਪਾਈ ਹੋਣੀ ਚਾਹੀਦੀ ਆ ਕੱਪੜੇ ਪਾਟੇ ਹੋਣੇ ਚਾਹੀਦੇ ਆ ਇਹਦੇ ਕੋਲ ਤਾਂ ਬੈਲ ਗੱਡੀਆਂ ਹੋਣੀਆਂ ਚਾਹੀਦੀ ਆ ਐਦਾਂ ਕੁਛ ਕਿਦਾਂ ਦੀ ਸੋਚ ਸੀਗੀ ਪਹਿਲੇ ਦੇਖੋ ਕਿਸਾਨ ਬਾਰੇ ਇਦਾਂ ਇਦਾਂ ਕੁਛ ਨਹੀਂ ਹੈਗਾ ਅੱਜ ਵੀ ਤਾਂ ਇਹੀ ਸੋਚ ਰੱਖਦੇ ਆ ਤਾਂ ਹੀ ਤਾਂ ਉਹ ਕਹਿੰਦੇ ਲੈ ਇੱਕ ਇਹ ਤਾਂ ਬੜੇ ਸੋਹਣੇ ਮੈਂ ਮੈਂ ਤੁਹਾਨੂੰ ਮੈਂ ਦੱਸੂਗਾ ਕਿਦਾਂ ਬੜੇ ਵਧੀਆ ਨੇ ਨਾ ਏ ਕੀ ਕਹਿੰਦੇ ਆ ਉੱਥੇ ਨਾ ਇੱਕ ਸਾਡੇ ਇੱਕ ਨਿਹੰਗ ਬਾਬਾ ਜੀ ਸੀ ਉੱਥੇ ਤੇ ਮੈਂ ਉਹਨਾਂ ਨਾਲ ਗੱਲ ਕਰਦਾ ਪਿਆ ਸੀਗਾ ਤੇ ਮੈਂ ਕਹਾ ਤੁਸੀਂ ਆਏ ਤੁਸੀਂ ਤਾਂ ਨਿਹੰਗ ਨਿਹੰਗਾਂ ਦੀ ਜਿੱਦਾਂ ਆਪਣੇ ਦਿਮਾਗ ਦੇ ਵਿੱਚ ਪੌਟਰੇ ਹੁੰਦਾ ਨਾ ਕਿ ਵਿੱਚ ਇਹ ਤਾਂ ਨਿਹੰਗ ਆ ਜੀ ਇਹਦਾ ਮਤਲਬ ਆਪਣਾ ਬਸ ਬਾਬਾ ਜੀ ਦੀ ਸੇਵਾ ਚ ਹੈਗੇ ਆ ਕੁਝ ਨਹੀਂ ਹਨਾ ਉਹ ਕਹਿੰਦੇ ਕਿ ਨਹੀਂ ਜੀ ਆਪਾਂ ਜ਼ਿੰਮੇਦਾਰ ਆ ਕਹਿੰਦੇ ਆਪਾਂ ਜਾਣ ਕੇ ਚੂਜ਼ ਕੀਤਾ ਆ ਇਹ ਆਪਾਂ ਆਪ ਨਿਹੰਗ ਫੌਜ ਆਪ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਆਪਾਂ ਸਾਡਾ ਆਪਣੀ ਚੋਇਸ ਆ ਉਹਨਾਂ ਦਾ ਮਨ ਆ ਉਹ ਸਾਡਾ ਮਨ ਆ ਹਾਂ ਉਦਾਂ ਕਹਿੰਦੇ ਮੇਰੇ ਪਿੱਛੋਂ ਵੀ ਆਪਾਂ ਸਾਡੇ ਕੋਲ ਬਹੁਤ ਜਮ ਆਪਾਂ ਜ਼ਿੰਮੇਦਾਰ ਆ ਠੀਕ ਆ ਸਾਡੇ ਕੋਲ ਸਾਡੇ ਵੀ ਸੁਣਿਆ ਕਹਿੰਦੇ ਮੇਰੇ ਬੱਚੇ ਈਵਨ ਬਾਹਰ ਗਏ ਹੋਏ ਆ ਹਾਂ ਬਾਹਰ ਸਾਰੇ ਤਾਂ ਬਾਹਰ ਆ ਪੈਸੇ ਜਿਹੜੇ ਬੇਸਿਕ ਜਿਹੜੇ ਹਾਂ ਜਿਹੜੇ ਕਹਿੰਦੇ ਪਏ ਨਾ ਕਿ ਪੰਜਾਬ ਦੇ ਜਿਹੜੇ ਕਿਸਾਨ ਆ ਉਹਨਾਂ ਕੋ ਜਿਹੜਾ ਇਹ ਗੱਡੀਆਂ ਹੈਗੀਆਂ ਵੱਦੀ ਵੱਦੀ ਕਪੜੇ ਉਹ ਪਾ ਰਹੇ ਆ ਉਹ ਕਿਸਾਨੀ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਹਾਂ ਉਹ ਜਿਹੜੇ ਬਾਹਰੋਂ ਉਹਨਾਂ ਦੇ ਬੱਚੇ ਜਿਹੜੇ ਕਮਾਈਆਂ ਕਰਦੇ ਪਏ ਆ ਮਿਹਨਤ ਕਰਦੇ ਪਏ ਆ ਉਹ ਉਹਨਾਂ ਨੇ ਭੇਜੇ ਉਹਨਾਂ ਨੂੰ ਕਿਤੇ ਨਾ ਕਿਤੇ ਬਾਹਰ ਜਾਣ ਦਾ ਰੀਜ਼ਨ ਵੀ ਤੇ ਇਹੀ ਹੋਇਆ ਕਿ ਇੱਥੇ ਮੈਨੂੰ ਫੈਸਿਲਿਟੀਆਂ ਨਹੀਂ ਮਿਲਣੀਆਂ ਇੱਥੇ ਮੇਰਾ ਫਿਊਚਰ ਸਿਕਿਉਰ ਨਹੀਂ ਆ ਇੱਥੇ ਮੈਂ ਸ ਤੇ ਜੇ ਕੋਈ ਬਾਹਰ ਜਾ ਰਿਹਾ ਤੇ ਫਿਰ ਉਹਨਾਂ ਨੂੰ ਐਦਾ ਕਹਿ ਜਾਣਾ ਕਿ ਇਹ ਤਾਂ ਬਾਹਰ ਜਾਂਦੇ ਆ ਜੀ ਬਾਹਰ ਜਾਂਦੇ ਇਹ ਵੀ ਕਹਿਣਾ ਗਲਤੀ ਹੋਇਆ ਐ ਐਕਚੁਅਲੀ ਬਾਹਰ ਜਾਉਗੇ ਤੋ ਤੁਹਾਡਾ ਕੋਈ ਵੀ ਕੋਈ ਜੋ ਵੀ ਵੀਡੀਓ ਦੇਖ ਰਹਾ ਮੈਨੂੰ ਦੱਸ ਦੋ ਤੁਹਾਡੇ ਅਗਰ ਤੁਸੀਂ ਜਿਹੜਾ ਵੀ ਟੈਕਸ ਪੇ ਕਰਦੇ ਹੋਏ ਤੁਹਾਡੇ ਕੋਲ ਟੈਕਸ ਬੈਨੀਫਿਟ ਕੀ ਹੈ ਹੂੰ ਦੱਸ ਦੋ ਟੈਕਸ ਬੈਨੀਫਿਟ ਕੀ ਹੈ ਤੁਹਾਡੇ ਕੋਲ ਤੁਹਾਡੇ ਕੋਲ ਐਜੂਕੇਸ਼ਨ ਫ੍ਰੀ ਨਹੀਂ ਹੈਗੀ ਮੇਰੇ ਖਿਆਲ ਨਾਲ ਕਿ ਆਪਾਂ ਕਹਿੰਦੇ ਕਿ ਆਪਾਂ ਸਾਨੂੰ ਦਲਿਤ ਸਮਾਜ ਨੂੰ ਇਹਨਾਂ ਇਹ ਦੇਣਾ ਚਾਹੀਦਾ ਸਾਨੂੰ ਮਤਲਬ ਇਹ ਜੋ ਆਪਣਾ ਇੰਡੀਅਨ ਕਮਿਊਨਿਟੀ ਜਿਹੜੀ ਸਾਡੀ ਬਣੀ ਹੋਈ ਹੈ ਉਹ ਕਾਸਟ ਸਿਸਟਮ ਦੇ ਅਕੋਰਡਿੰਗਲੀ ਬਣੀ ਹੋਈ ਹੈ ਠੀਕ ਹੈ ਸਾਨੂੰ ਕਿਹਾ ਗਿਆ ਦਾ ਕਿ ਦਲੈਤਾਂ ਨੂੰ ਇਹ ਦੇਣਾ ਚਾਹੀਦਾ ਦੇ ਦਿਓ ਕੋਈ ਛੁੱਟੀ ਠੀਕ ਹੈ ਜਿਹੜੇ ਮੀਡਲ ਕਾਸਟ ਹੈਗੀਆਂ ਉਹਨਾਂ ਨੂੰ ਆ ਦੇ ਦਿਓ ਦੇ ਦਿਓ ਕੋਈ ਜਿਹੜੀ ਜਨਰਲ ਕਾਸਟ ਹੈਗੀ ਉਹਨੂੰ ਆ ਦੇ ਦਿਓ ਬਟ ਇੱਕ ਹਾਈ ਸੋਸਾਇਟੀ ਕਹਿੰਦੇ ਕਿ ਹਾਈ ਸੋਸਾਇਟੀ ਕਿੱਥੇ ਕਹਿੰਦੇ ਕਿ ਚਲੋ ਇਹ ਤਾਂ ਕਰ ਲੂਗੇ ਇਹ ਤਾਂ ਕਰ ਲੂਗੇ ਇਹ ਤਾਂ ਕਰ ਲੂਗੇ ਬਟ ਤੁਸੀਂ ਇੱਕ ਤਰ੍ਹਾਂ ਉਹ ਸੋਸਾਇਟੀ ਨੂੰ ਵੀ ਨੈਗਲੈਕਟ ਹੀ ਕਰਦੇ ਹੋ ਠੀਕ ਹੈ ਸ ਠੀਕ ਹੈ ਦਲਿਤ ਨੂੰ ਵੀ ਉਸੀ ਉੱਤੇ ਰੱਖੋ ਤੇ ਹਾਈ ਸੋਸਾਇਟੀ ਨੂੰ ਵੀ ਉੱਥੇ ਰੱਖੋ ਸਾਡੇ ਸਕੂਲ ਦੇ ਵਿੱਚ ਯੂਨੀਫਾਰਮਾਂ ਇਸੇ ਕਰਕੇ ਪੋਈਆਂ ਜਾਂਦੀਆਂ ਸੀ ਕਿ ਕਿ ਤੁਹਾਨੂੰ ਉੱਥੇ ਇੱਕ ਅਮੀਰ ਦਾ ਬੱਚਾ ਵੀ ਸੇਮ ਲੱਗੇ ਤੇ ਗਰੀਬ ਦਾ ਬੱਚਾ ਵੀ ਸੇਮ ਲੱਗੇ ਡਿਸਕ੍ਰਿਮੀਨੇਸ਼ਨ ਬਿਲਕੁਲ ਜ਼ੀਰੋ ਹੋਵੇ ਡਿਸਕ੍ਰਿਮੀਨੇਸ਼ਨ ਜ਼ੀਰੋ ਹੋਣੀ ਚਾਹੀਦੀ ਆ ਉਹ ਸਰਕਾਰ ਨੂੰ ਡਿਸਕ੍ਰਿਮੀਨੇਸ਼ਨ ਦੇ ਅਕੋਰਡਿੰਗਲੀ ਨਹੀਂ ਦੇਖਣਾ ਚਾਹੀਦਾ ਕਦੀ ਵੀ ਕਿਸੇ ਨੂੰ ਮਲੇ ਅੰਦਾਜ਼ ਦੇ ਕੋਈ ਗੱਲ ਹੋ ਗਈ ਨਾ ਸਰਕਾਰ ਸਿੱਧਾ ਸਿੱਧਾ ਇਹ ਦੇਖ ਰਹੀ ਹੈ ਕਿ ਜੇ ਆ ਅਪਰ ਕਲਾਸ ਕੱਟ ਹੈਗੀ ਆ ਵੋਟ ਬੈਂਕ ਤਾਂ ਜ਼ਿਆਦਾ ਫਿਰ ਉਹੀ ਤਬਕੇ ਕੋ ਰਹਿ ਗਿਆ ਜਿਹਦੇ ਕੋਲ ਪੈਸੇ ਘਟਨੇ ਜਿਹਦੀ ਮਤਲਬ ਪਰ ਮਨ ਸੈਲਰੀ ਲਈ ਹੈ ਜਾਂ ਇਅਰਲੀ ਸੈਲਰੀ ਲਈ ਘਟ ਹੈਗੀ ਆ ਤਾਂ ਵੋਟ ਬੈਂਕ ਨੂੰ ਟਾਰਗੇਟ ਟਾਰਗੇਟ ਕਰ ਰਹੀ ਹੈ ਜਿੱਦਾਂ ਅੱਜ ਤੱਕ ਚੱਲਦਾ ਆ ਰਿਹਾ ਪਰ ਉੱਥੇ ਜਾ ਕੇ ਜਿਹੜੀਆਂ ਮੈਂ ਕਹਾਂ ਕਿ ਕਾਫੀ ਜੜੀਆਂ ਪੋਜ਼ਿਟਿਵ ਗੱਲਾਂ ਜਿਹੜੀਆਂ ਹੈਗੀਆਂ ਮੈਂ ਮਤਲਬ ਮੈਂ ਤਾਂ ਸਿੱਕੇ ਲੈ ਕੇ ਆਇਆ ਤੁਸੀਂ ਵੀ ਲੈ ਕੇ ਆਏ ਹੋਣੇ ਆ ਤੇ ਕੋਈ ਇੱਕ ਪੋਜ਼ਿਟਿਵ ਗੱਲ ਜਦੋਂ ਤੁਸੀਂ ਉਸ ਮੰਚ ਦੇ ਕੋਲ ਸਟੇਜ ਦੇ ਕੋਲ ਖੜੇ ਸੀਗੇ ਤਾਂ ਕਿਦ ਕੰਪਨੀ 'ਚ ਛੱਡਦੀ ਆ ਕੋਈ ਬੁਲਾਰਾ ਬੋਲਦਾ ਉੱਥੇ ਕੀਤੀ ਸੀਗੀ ਬਿਲਕੁਲ ਮਤਲਬ ਮੈਨੂੰ ਇਹ ਲੱਗਿਆ ਕਿ ਜਦੋਂ ਫੌਜ ਦੇ ਵਿੱਚ ਸਾਡੇ ਕਿੰਨੇ ਪੰਜਾਬੀ ਬੰਦੇ ਹੈਗੇ ਹਨਾ ਜਿਹੜਾ ਬੰਦਾ ਹੱਸ ਕੇ ਜਾਣ ਦੇ ਸਕਦਾ ਹੈ ਤਾਂ ਪ੍ਰੋਟੈਸਟ ਤੇ ਬਹਿਣਾ ਉਹਨਾਂ ਨੇ ਬਸ ਕਿਉਂ ਨਹੀਂ ਤੇ ਜਿੰਨੇ ਦਿਨ ਮੈਂ ਰਿਹਾ ਉੱਥੇ ਜਾਂ ਹੁਣ ਵੀ ਇੱਕ ਕਿਸੇ ਨੂੰ ਲੜਾਈ ਦੀ ਜਾਂ ਕਿਸੇ ਆਪਸ ਚ ਥੱਪੜ ਮਾਰਨ ਦੀ ਰਿਪੋਰਟ ਤਾਂ کبھی ਨਹੀਂ ਆਈ ਨਾ ਦੇਖੋ ਕਿੰਨਾ ਸ਼ਾਂਤਮਈ ਪ੍ਰੋਟੈਸਟ ਹੈ ਇੰਨਾ ਸ਼ਾਂਤ ਮਤਲਬ ਆਪਸ ਵਿੱਚ ਲੜਾਈ ਵੀ ਨਹੀਂ ਹੈਗੀ ਤੇ ਉਹ ਦੇਖੋ ਉਹ ਤਾਂ ਮੀਡੀਆ ਨੇ ਬੜਾਈ ਦੇਣਾ ਸੀਗਾ ਠੀਕ ਹੈ ਅਗਰ ਕੋਈ ਲੜਾਈ ਐਦਾਂ ਦੀ ਹੋਈ ਵੀ ਹੁੰਦੀ ਨਾ ਉਹਨਾਂ ਨੇ ਮੈਂਟ ਲਾਣਾ ਹੈਗਾ ਯੋ ਦੇਖੋ ਜੀ ਇਨਕਾਂ ਦਾ ਆਪਸ ਵਿੱਚ ਪੂਟ ਟਲ ਗਈ ਹੈ ਇਹ ਹੈਡ ਉਹ ਹੈ ਨਾ ਪਰ ਨਹੀਂ ਨਾ ਕੋਈ ਆਪਸ ਵਿੱਚ ਲੜਾਈ ਨਾ ਹੀ ਹੋ ਤੇ ਅੱਛਾ ਇੱਕ ਸਭ ਤੋਂ ਵਧੀਆ ਪੋਜ਼ਿਟਿਵ ਗੱਲ ਇਹ ਉੱਥੇ ਹੈਗੀ ਹੈ ਕਿ ਜੋ ਤੁਸੀਂ ਵੀ ਕਿਹਾ ਕਿ ਹਰ ਧਰਮ ਦੇ ਲੋਕ ਹੈਗੇ ਉੱਥੇ ਠੀਕ ਹੈ ਜ਼ਰੂਰੀ ਨਹੀਂ ਆ ਲੋਕ ਕਹਿੰਦੇ ਵੇ ਕਿ ਇਹ ਤਾਂ ਸਿਰਫ ਸਿੱਖ ਹੀ ਕਰ ਰਹੇ ਹਨ ਜਾਂ ਫਿਰ ਇਹ ਸਿਰਫ ਪੰਜਾਬੀ ਹੀ ਕਰ ਰਹੇ ਹਨ ਜਾਂ ਫਿਰ ਜਦੋਂ ਉੱਥੋਂ ਵਾਪਸ ਆ ਰਹੇ ਸੀਗੇ ਨਾ ਤੇ ਸਾਨੂੰ ਜ਼ਬਰਦਸਤੀ ਨਹੀਂ ਚਾਹ ਪੀ ਕੇ ਜਾਓ ਠੰਡ ਬਹੁਤ ਹੈ ਚਾਹ ਪੀ ਕੇ ਜਾਓ ਸਾਨੂੰ ਖਿੱਚ ਕੇ ਲੈ ਗਏ ਨਹੀਂ ਨਹੀਂ ਭਾਈ ਜਾਣਾ ਆਪਾਂ ਜਾਣ ਹੀ ਦੇਣਾ ਤੁਹੀਂ ਚਾਹ ਪੀਓਗੇ ਜਾਓ ਨਹੀਂ ਪਿੰਨੀਆਂ ਪਿੰਨੀਆਂ ਤੁਹਾਨੂੰ ਜ਼ਬਰਦਸਤੀ ਖਵਾ ਰਿਆ ਉਹ ਪਿੰਨੀਆਂ ਜ਼ਬਰਦਸਤੀ ਖਾ ਕੇ ਜਾਓ ਨਹੀਂ ਨਹੀਂ ਭਾਈ ਉਹ ਨਹੀਂ 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 ਪਰ ਤੁਸੀਂ ਪ੍ਰਸ਼ਾਦਾ ਛੱਕ ਕੇ ਜਾਣਾ ਪ੍ਰਸ਼ਾਦਾ ਛੱਕ ਕੇ ਜਾਣਾ ਬਿਲਕੁਲ ਚਲਾ ਇੱਕ ਮੁਸਲਮਾਨ ਭਾਈ ਚਲਦਾ ਪਿਆ ਸੀਗਾ ਉਹਨਾਂ ਨੇ ਉਹਨੂੰ ਵੀ ਕਿਹਾ ਚਾਹ ਪੀ ਕੇ ਜਾਓ ਭਾਜੀ ਚਾਹ ਪੀ ਕੇ ਜਾਓ ਮਤਲਬ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਡਿਸਕ੍ਰਿਮੀਨੇਸ਼ਨ ਦਿਸ ਇਜ਼ ਦਾ ਗਰਾਉਂਡ ਰਿਐਲਿਟੀ ਜਿਹੜੀ ਅਸੀਂ ਗੱਲਬਾਤ ਕਰਦੇ ਆ ਅਸੀਂ ਉੱਥੇ ਜਾ ਕੇ ਆਏ ਆ ਉੱਥੇ ਬਹਿ ਕੇ ਆਏ ਆ ਉੱਥੇ ਰਹਿ ਕੇ ਆਏ ਆ ਅਸੀਂ ਘਰ ਬੈਠ ਕੇ ਹੀ ਨਹੀਂ ਗੱਲਾਂ ਮਾਰ ਰਹੇ। ਦੈਟਸ ਵਾਈ ਕਿ ਆ ਮੈਂ ਵੀਡੀਓ ਬਣਾਉਣਾ ਚਾਹੁੰਦਾ ਸੀ ਕਿ ਗਰਾਉਂਡ ਰਿਐਲਿਟੀ ਕੁਝ ਅੱਛਾ ਇੱਕ ਹੋਰ ਉੱਥੇ ਗੱਲ ਇੱਕ ਹੋਰ ਬੋਲੀ ਪੋਜ਼ਿਟਿਵ ਸੀਗੀ। ਤੁਸੀਂ ਅਗਰ ਆਪਾਂ ਕਹਿੰਦੇ ਕਿ ਅਗਰ ਜੋ ਲੋਕੀ ਇਹਨੂੰ ਕਹਿੰਦੇ ਵੀ ਇਹ ਇੱਕ ਪੋਲਿਟੀਕਲ ਮਸਲਾ ਹੈ ਕਿ ਇਹ ਕਾਂਗਰਸ ਜਾਂ ਕੋਈ ਆਪੋਜੀਸ਼ਨ ਪਾਰਟੀ ਜਿਹੜੀ ਹੈ ਸਾਡੇ ਬੀਜੇਪੀ ਦੇ ਖਿਲਾਫ ਵਗੈਰਾ ਕਰਦੀ ਪਈ ਉੱਥੇ ਜਿੰਨੇ ਵੀ ਲੋਕੀ ਜਿਹੜੇ ਇੱਥੇ ਪ੍ਰੋਟੈਸਟ ਕਰਦੇ ਪਏ ਹਨ ਉਹਨਾਂ ਨੇ ਇੱਕ ਵਾਰੀ ਵੀ ਇਹ ਨਹੀਂ ਕਿਹਾ ਕਿ ਮਤਲਬ ਜੋ ਆਪਾਂ ਉੱਥੇ ਸੁਣਿਆ ਕਿ ਭਾਜਪੀ ਮੁਰਦਾਬਾਦ ਹਾਂ ਉੱਥੇ ਨਹੀਂ ਕਿਹਾ ਕਾਂਗਰਸ ਮੁਰਦਾਬਾਦ ਰਾਈਟ 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 ਠੀਕ ਹੈ ਕਿ ਕੋਹਰ ਆਪੋਜੀਸ਼ਨ ਪਾਰਟੀ ਕਿਹਲੇ ਵਾਰੀ ਨੇ ਕੁਝ ਨਹੀਂ ਕਿਹਾ ਠੀਕ ਹੈ ਉਹ ਕੀ ਕਹਿੰਦੇ ਪਿਆ ਜਿਹੜੀ ਲੜਾਈ ਹੈਗੀ ਆ ਉਹ ਐਕਚੁਅਲੀ ਇੱਕ ਜਿਹੜੀ ਸਕਤਾ ਦੇ ਵਿੱਚ ਬੈਠੀ ਹੋਈ ਸਰਕਾਰ ਹੈ ਉਹਦੇ ਨਾਲ ਹਾਂ ਠੀਕ ਹੈ ਉਹਨਾਂ ਨੂੰ ਇਹ ਮਤਲਬ ਨਹੀਂ ਹੈਗਾ ਕਿ ਆਪਾਂ ਆ ਪੋਲੀਟੀਕਲ ਪਾਰਟੀ ਦੇ ਨਾਲ ਆਪਾਂ ਆ ਪਾਰਟੀ ਦੇ ਪੋਲੀਟੀਕਲ ਪਾਰਟੀ ਦੇ ਨਾਲ ਨਹੀਂ ਹੈਗੇ ਆਪ ਆ ਪੋਲੀਟੀਕਲ ਪਾਰਟੀ ਦੇ ਨਾਲ ਨਹੀਂ ਹੈਗੇ ਠੀਕ ਹੈ ਉੱਥੇ ਜਿਹੜੇ ਬੰਦੇ ਬੈਠੇ ਹੋਏ ਆ ਕੁਝ ਬੰਦਿਆਂ ਨਾਲ ਮੈਂ ਗੱਲ ਵੀ ਕੀਤੀ ਕਹਿੰਦੇ ਭਾਜੀ ਅਹੀਂ ਬੈਠੇ ਅਨਾਇ ਤੇ ਅਸੀਂ ਮੋਦੀ ਨੂੰ ਵੋਟ ਪਾਈਆਂ ਹਮ ਅਹੀਂ ਭਾਜਪਾ ਨੂੰ ਵੋਟ ਪਾਈਆਂ ਆ ਦੇਖੋ ਆਪਾਂ ਬੈਠੇ ਇੱਥੇ ਅਸੀਂ ਇੱਕ ਬੈਟਰ ਫਿਊਚਰ ਵਾਸਤੇ ਚੂਜ਼ ਕੀਤਾ ਸੀਗਾ ਆ ਆਪਾਂ ਸਾਡੀ ਐਕਸਪੈਕਟੇਸ਼ਨ ਇਹ ਸੀਗਾ ਕਿ ਚਲੋ ਜੋ ਪੁਰਾਣੀਆਂ ਸਰਕਾਰਾਂ ਨੇ ਜੋ ਕੀਤਾ ਉਹ ਖਤਮ ਹੋ ਗਿਆ ਉਧਰ ਟਾਈਮ ਲੰਘ ਗਿਆ ਹੁਣ ਪਰ ਆਪਾਂ ਇੱਕ ਬ੍ਰਾਈਟ ਫਿਊਚਰ ਲਈ ਆਪਾਂ ਇੱਕ ਐਕਸਪੈਕਟੇਸ਼ਨਸ ਨਾਲ ਮੋਦੀ ਨੂੰ ਆਪਾਂ ਵੋਟ ਦਿੱਤਾ ਸੀਗਾ ਬਟ ਉਹ ਐਕਸਪੈਕਟੇਸ਼ਨਸ ਦੇ ਅਕੋਰਡਿੰਗਲੀ ਉੱਥੇ ਉਹ ਨਹੀਂ ਬੈਠ ਰਹੇ ਸੀ ਠੀਕ ਹੈ ਤਾਂ ਉਹ ਉੱਥੇ ਬੈਠੇ ਹੋਏ ਆ ਠੀਕ ਹੈ ਇਹ ਕਿਸੇ ਪੋਲੀਟੀਕਲ ਪਾਰਟੀ ਦੇ ਅਗੇਂਸਟ ਵੀ ਨਹੀਂ ਹੈਗੀ ਲੜਾਈ ਇਹ ਸਿਰਫ ਆਪਣੇ ਹੱਕ ਲਈ ਲੜਾਈ ਹੈਗੀ ਆ ਜੋੜ ਨਾਲ ਨੂੰ ਲੜਨੀ ਹੈ ਤੇ ਆਪਾਂ ਉਹਨਾਂ ਨੇ ਜਿੱਤਣੀ ਹੈ ਠੀਕ ਹੈ ਅੱਜ ਉਹ ਤਾਂ ਕਹਿੰਦੇ ਵੀ ਸਾਰਾ ਤੁਸੀਂ ਦੇਖਿਆ ਨਹੀਂ ਉੱਥੇ ਸਾਰੇ ਜਣੇ ਜਦੋਂ ਆਪਾਂ ਉੱਥੇ ਬੈਠੇ ਹੋਏ ਸੀ ਤਾਂ ਆਪਾਂ ਗੱਲ ਕਰਦੇ ਬੈਠੇ ਸੀ ਕਿ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਕਿ ਮੋਦੀ ਨਾ ਮੰਨੋ ਆਪਾਂ ਬੈਠੇ ਹਾਂ ਤੇ ਤੋ ਇਹ ਚੇਮਿੰਟ ਨੰਬਰ 90 30 ਲੰਮਣੋ ਇਹੀ ਬੈਠੇ ਹੁਣ ਇਹ ਵੀ ਇਹ ਵੀ ਸਾਨੂੰ ਜੇ ਸਾਡਾ ਆਪਾਂ ਲਾਅ ਦੀ ਗੱਲ ਕਰਦੇ ਸਾਨੂੰ ਆਪਣੇ ਕਾਨੂੰਨ ਵੱਲੋਂ ਲਾਅ ਦੇ ਵੱਲੋਂ ਇਹ ਰਾਈਟ ਹੈ ਸਾਡਾ ਕਿ ਅਸੀਂ ਪੀਸਫੁਲੀ ਪ੍ਰੋਟੈਸਟ ਕਰ ਸਕਦੇ ਆ ਅਸੀਂ ਕਿਸੇ ਨੂੰ ਜੇ ਹਾਮ ਨਹੀਂ ਕਰ ਰਹੇ ਪਰ ਉਹ ਲੱਗਦਾ ਕਿ ਸਾਡੇ ਇਸ ਰਾਈਟ ਦਾ ਵੀ ਉੱਥੇ ਪੂਰਾ ਮਤਲਬ ਹਨਨ ਹੋ ਰਿਹਾ ਇਹਨੂੰ ਸਾਡੇ ਕੋ ਖੋਇਆ ਜਾ ਰਿਹਾ ਇਸ ਰਾਈਟ ਨੂੰ ਵੀ ਫੀਲ ਹੋਇਆ ਤੁਹਾਨੂੰ ਫੀਲ ਹੋ ਰਿਹਾ ਉੱਥੇ ਫੀਲ ਹੈਗਾ ਉੱਥੇ ਮਤਲਬ ਕਿ ਬਾਰ ਬਾਰ ਉਹਨਾਂ ਦੀ ਦੇਖੋ ਜੋ ਜੋ ਪਹਿਲਾਂ ਹੋਇਆ ਦੇਖੋ ਸਭ ਤੋਂ ਪਹਿਲਾਂ ਇੱਕ ਇੱਕ ਆਪਣੇ ਕੋਲ ਕਨਸਟੀਟਿਊਸ਼ਨਲ ਰਾਈਟ ਹੈਗਾ ਹੈ ਰਾਈਟ ਟੂ ਪੀਸਫੁਲ ਪ੍ਰੋਟੈਸਟ ਹਮ ਕਨਸਟੀਟਿਊਸ਼ਨਲ ਰਾਈਟ ਹੈਗਾ ਸਾਡਾ ਠੀਕ ਹੈ ਜਦੋਂ ਤੱਕ ਜਿਹੜਾ ਆਪਾਂ ਦੇਖਿਆ ਇੱਥੇ ਸ਼ੰਭੂ ਬੈਰੀਅਰ ਦੇ ਉੱਤੇ ਜਿਹੜਾ ਇਹਨਾਂ ਦੇ ਟੀਅਰ ਗੈਸਸ ਚਲੀਆਂ ਜਾਂ ਫਿਰ ਵਾਟਰ ਕੈਨਨ ਨਾਲ ਹਮਲਾ ਕੀਤਾ ਆ ਮੈਨੂੰ ਇਹ ਦੱਸੋ ਕਿ ਉਸ ਤੋਂ ਉਸੇ ਦਿਨ ਉਹਨਾਂ ਨੇ ਕਿਹੜੀ ਐਸੀ ਪਬਲਿਕ ਪ੍ਰਾਪਰਟੀ ਹੈ ਜਿਹਦੇ ਤੋਂ ਨੁਕਸਾਨ ਪਹੁੰਚਾਇਆ ਹਾਂ ਕਿਸਾਨ ਪ੍ਰੋਟੈਸਟ ਕਰਨਾ ਦੇ ਪੇਸ ਕਿ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਨਹੀਂ ਪਹੁੰਚਾਇਆ ਹਮ ਜਦ ਕਿ ਤੁਸੀਂ ਪਹੁੰਚਾਇਆ ਤੁਸੀਂ ਨੈਸ਼ਨਲ ਹਾਈਵੇ ਪੱਟੇ ਤੁਸੀਂ ਇੰਨੇ ਨੈਸ਼ਨਲ ਹਾਈਵੇ ਦੇ ਖੰਡੇ ਕੀਤੇ ਖੱਡੇ ਸੜਕ ਦੇ ਵਿੱਚ ਜਿਹੜੀ ਕਿ ਸਾਡੇ ਟੈਕਸ ਦੇ ਨਾਲ ਸੜਕ ਬਣੀ ਤੁਸੀਂ ਉਹਨੂੰ ਕਿੱਦਾਂ ਪੁੱਟ ਸਕਦੇ ਹੋ ਆਪਾਂ ਆਮ ਇਨਸਾਨ ਆਪਾਂ ਟੈਕਸ ਪੇ ਕਰ ਰਹੇ ਆਪਾਂ ਫੁੱਲ ਟੈਕਸ ਪੇ ਕਰਦੇ ਹਾਂ ਠੀਕ ਹੈ ਤੁਸੀਂ ਸਾਡੀ ਨਾ ਸਾਡੀ ਟੈਕਸ ਨਾਲ ਬਣਾਈ ਗਈ ਹੋਈ ਸੜਕ ਨੂੰ ਪੱਟਤਾ ਕਿੰਨੂੰ ਪੁੱਛ ਕੇ ਪੱਟਿਆ ਤੇ ਸਰਕਾਰ ਨੂੰ ਇਹਨਾਂ ਸਵਾਲ ਕਰਨ ਨਾਲ ਕੋਈ ਨਹੀਂ ਆ। ਉਹੀ ਉਹੀ ਤਾਂ ਮੈਂ ਕਿਹਾ ਨਾ ਮਤਲਬ ਆਪਣੇ ਹੀ ਦੇਸ਼ ਵਾਸੀਆਂ ਲਈ ਤੁਹਾਨੂੰ ਫੌਜ ਬੁલાਣੀ ਪੈ ਰਹੀ ਹੈ ਦੱਸੋ। ਇਹ ਕੋਈ ਗੱਲ ਥੋੜਾ। ਪਰ ਰਾਈਟ ਟੂ ਪੀਸਫੁਲ ਪ੍ਰੋਟੈਸਟ ਦਾ ਉੱਥੇ ਹੀ ਹਨਨ ਹੋ ਗਿਆ। ਉਹ ਇੱਕ ਉਹ ਇੱਕ ਸਾਡਾ ਕਨਸਟਿਟਿਊਸ਼ਨਲ ਰਾਈਟ ਤਾਂ ਹੈ ਹੀ ਆ। ਉਹ ਇੱਕ ਹਿਊਮਨ ਰਾਈਟ ਵੀ ਆ। ਰਾਈਟ ਹੀ ਖੋਈ ਜਾ ਰਹੀ ਹੈ। ਠੀਕ ਹੈ। ਦੂਸਰਾ ਸੈਕੰਡਲੀ ਅ ਆਨਲਾਈਨ ਜੋ ਆਈਟੀ ਸੈੱਲ ਦੇ ਵਿੱਚ ਆਪਾਂ ਕਹਿੰਦੇ ਆਈਟੀ ਸੈੱਲ ਦਾ ਬਹੁਤ ਚੱਲਿਆ ਹੋਇਆ ਚੱਲਿਆ ਕੀ ਹੋਇਆ ਸਾਨੂੰ ਮੈਨੂੰ ਤਾਂ ਕਾਫੀ ਟਾਈਮ ਤੋਂ ਪਤਾ ਹੈ ਤੁਸੀਂ ਅਗਰ ਬੀਜੇਪੀ ਜਾਂ ਫਿਰ ਕੁਝ ਤੁਸੀਂ ਅਗਰ ਜਿਹੜੀ ਮੌਜੂਦਾ ਸਰਕਾਰ ਜੋ ਵੀ ਮੌਜੂਦਾ ਸਰਕਾਰ ਇਸ ਥੱਲੇ ਹੈਗੀ ਆ ਜੇ ਤੁਸੀਂ ਉਹਦੇ ਖਿਲਾਫ ਵਰਡ ਬੋਲ ਕੇ ਦੇਖੋ ਤੁਹਾਡੀ ਤੁਹਾਨੂੰ ਲਾਈਨ ਲੱਗ ਜੇਗੀ ਜਿਹੜੇ ਜਿਹੜੇ ਤੁਹਾਨੂੰ ਤੁਹਾਨੂੰ ਗੱਲਾਂ ਗੱਲਾਂ ਕੱਢਣਗੇ ਮੈਨੂੰ ਤੰਕੀ ਨਹੀਂ ਮੈਨੂੰ ਤੁੰਕੀ ਵੀ ਨਹੀਂ ਆਪਾਂ ਟਵਿੱਟਰ ਤੇ ਨੇ ਐਕਟਿਵ ਨਹੀਂ ਹੈਗੇ ਹਾਂ ਹਾਂ ਕੁਝ ਟਾਈਮ ਪਹਿਲਾਂ ਨਾ ਮੈਂ ਕੁਝ ਕੀਤਾ ਸੀਗਾ ਕਿ ਕੁਝ ਮੈਂ ਗੱਲ ਕੀਤੀ ਸੀਗੀ ਮਤਲਬ ਬੀਜੇਪੀ ਮੈਂ ਤਾਂ ਆਨ ਗoing ਯਾਰ ਇੱਕ ਸਾਡੀ ਸਰਕਾਰ ਹੈਗੀ ਆਪਾਂ ਉਹਦੇ ਖਿਲਾਫ ਬੋਲ ਸਕਦੇ ਠੀਕ ਹੈ ਅਗਰ ਸਾਨੂੰ ਕੁਝ ਨਹੀਂ ਸਹੀ ਲੱਗਦਾ ਤਾਂ ਆਪਾਂ ਖੁੱਲਕੇ ਬੋਲ ਸਕਦੇ ਠੀਕ ਹੈ ਮੈਂ ਕੁਝ ਲਿਖਿਆ ਫੇਸਬੁੱਕ ਤੇ ਮੈਨੂੰ ਉੱਥੇ ਧਮਕੀ ਆਈ ਤੇਰੀ ਨਾ ਯਰ ਸਕਰੀਨਸ਼ਾਟ ਡਾਲ ਕੇ ਹਮ ਟਵਿੱਟਰ ਤੇ ਡਾਲਾਂਗੇ ਤੇ ਤੇਰ ਕੋ ਖਰਾਸ ਕਰਾਂਗੇ ਮੈਂ ਦੇਖਦਾ ਤੂੰ ਤੂੰ ਅਭੀ ਯਹਾਂ ਪੇ ਮਾਫੀ ਮੇਰੇ ਨਾਲ ਹੋਈ ਹੈ ਮੇਰੇ ਨਾਲ ਹੋਈ ਹੈ ਇਹ ਮੇਰੇ ਨਾਲ ਹੋਈ ਹੈ ਇਹ ਇਹ ਹਮ ਟਵਿੱਟਰ ਪੇ ਲੈ ਕੇ ਜਾਏਗੇ ਪਰ ਤੁਮੇ ਹਰਾਸ ਕਰਨਗੇ ਤੇ ਮੈਨੂੰ ਇਹ ਹੀ ਲੱਗਦਾ ਕਿ ਇੱਕ ਗਵਰਨਮੈਂਟ ਵੱਲੋਂ ਚਲਾਇਆ ਗਿਆ ਪ੍ਰੋਪਾਗੈਂਡਾ ਜਿਹੜਾ ਹੈਗਾ ਹੈ ਕਰਾਇਆ ਜਾਂਦਾ ਹੈ ਹੈ ਕੁਝ ਲੋਕ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਹੀ ਹੈ ਕੁਝ ਲੋਕ ਜਿਹੜਾ ਪ੍ਰੇਮੀ ਵੀ ਹੁੰਦੇ ਨਾ ਹੂੰ ਪ੍ਰੇਮੀ ਵੀ ਹੈਗੇ ਆ ਚਲੋ ਉਹ ਵੀ ਕਹਿੰਦੇ ਆ ਬਟ ਜਿਹੜਾ ਇਹ ਧਮਕੀ ਵਾਲਾ ਸੀਨ ਹਨ ਧਮਕੀਆਂ ਦੇ ਜਿਹੜੀ ਸਰਕਾਰ ਉਸ ਗੱਲ ਦੇ ਧਮਕੀ ਕਿਉਂ ਆਈ ਜਿਹੜੀ ਸਰਕਾਰ ਦੇ ਖਿਲਾਫ ਸੀ ਉਸ ਤੋਂ ਫਿਰ ਥੋੜਾ ਜਿਹਾ ਹੋਣ ਲੱਪੰਦੇ ਤੇ ਬਾਅਦ ਘੁਮਨ ਲੱਪੰਦਾ ਕਿ ਇੱਥੇ ਕਿਉਂ ਆਈ ਪਹਿਲੇ ਵੀ ਇੰਨੀ ਗੱਲਾਂ ਬੋਲਦੇ ਆਂ ਆ ਚਲੋ ਇਹਦਾ ਆਪਾਂ ਅਲੱਗ ਟੌਪਿਕ ਤੇ ਆ ਗਏ ਅੱਛਾ ਸੋਸ਼ਲ ਪਹਿਲੀ ਇਹ ਕਹਿੰਦਾ ਹੁਣ ਜਦੋਂ মিডিਆ ਨੂੰ ਨਵਾਂ ਨਾਮ ਦਿੱਤਾ ਗੋਦੀ মিডিਆ ਕਿਉਂਕਿ ਦਿਖਣ ਲੱਗ ਪਿਆ ਸੀ ਕਿ ਉਹ ਬਾਇਸਡ ਹੋ ਗਿਆ ਉਹ ਵਨ ਸਾਈਡਿਡ ਨਿਊਜ਼ ਬਣਾਉਂਦਾ ਦੇਖ ਭਾਈ ਮੈਂ ਤੁਹਾਨੂੰ ਦੱਸਦਾ ਤੁਸੀਂ ਕਿਦਾਂ ਮਤਲਬ ਦੇਖਿਆ ਕਿ ਸੋਸ਼ਲ ਮੀਡੀਆ ਨੇ ਹੈਲਪ ਕੀਤੀ ਪੂਰੀ ਅੱਗੇ ਸੋਸ਼ਲ ਮੀਡੀਆ ਤੇ ਮੈਂ ਗੱਲ ਕਰੂੰਗਾ ਬਟ ਇਹ ਹੈ ਕਿ ਆਪਾਂ ਪਹਿਲਾਂ ਇਹ ਗੱਲ ਕਰੀਏ ਕਿ মিডিਆ ਦਾ ਬੇਸਿਕਲੀ ਕੰਮ ਕੀ ਹੈ ਹੂੰ ਠੀਕ ਹੈ মিডিਆ ਸਾਡੇ ਇੱਕ ਸਾਡੇ ਕਨਸਟੀਟਿਊਸ਼ਨ ਦਾ ਇੱਕ ਬਹੁਤ ਹੀ ਐਮ ਪਿਲਰ ਵੀ ਹੈ ਠੀਕ ਹੈ ਚਾਰ ਪਿਲਰਸ ਜੋ ਇੱਕ ਹੈ ਮੇਨ ਉਹਦਾ ਕੰਮ ਕੀ ਹੈ ਤੁਹੀ ਵਨ ਦੋਸਤੋ ਕਿ ਇਹ ਮੇਨ ਕੰਮ ਕੀ ਹੈ ਉਹ ਇਹ ਕੰਮ ਇਹ ਹੈ ਕਿ ਆਮ ਜਨਤਾ ਦੀ ਆਵਾਜ਼ ਸਰਕਾਰ ਤੱਕ ਪਹੁੰਚਾਣਾ ਜਾਂ ਸਰਕਾਰ ਦੀ ਆਵਾਜ਼ ਆਮ ਜਨਤਾ ਤੱਕ ਪਹੁੰਚਾਣਾ ਬਿਲਕੁਲ ਇੱਕ ਮੀਡੀਆ ਜੇ ਪਿੱਲਰ ਕਹਿੰਦਾ ਤਾਂ ਉਹ ਉਹ ਇਵਨ ਅਸੀਂ ਕੀ ਕਹਿਣਾ ਆਪ ਚੈਨਲ ਵਾਲੇ ਕਹਿੰਦੇ ਨੇ ਕਿ ਅਸੀਂ ਬੜੇ ਨਿਰਪੱਖ ਹਾਂ ਅਸੀਂ ਬਾਇਸ ਨਹੀਂ ਆ ਜੇ ਮੀਡੀਆ ਐਥਿਕਸ ਦੀ ਗੱਲ ਕਰੀਏ ਤਾਂ ਇੱਕ ਆਮ ਜਨਤਾ ਦੀ ਆਵਾਜ਼ ਨੂੰ ਸਰਕਾਰਾਂ ਦਾ ਗੱਗੇ ਲੈ ਕੇ ਜਾਣਾ ਹੁੰਦਾ ਦੇਖੋ ਕਿੰਨਾ ਕੁ ਹੋ ਰਿਹਾ ਹੈ ਇਦਾਂ ਪੁਰਾਣੇ ਟਾਈਮ ਦੇ ਵਿੱਚ ਜਦੋਂ ਦੇਖੋ ਮੈਂ ਇਹ ਨਹੀਂ ਕਹਿੰਦਾ ਬੀਜੇਪ ਮੈਂ ਬੀਜੇਪ ਨੂੰ ਵੀ ਮਾੜਾ ਨਹੀਂ ਕਹਿੰਦਾ ਮੈਂ ਕਾਂਗਰਸ ਨੂੰ ਕਹਾਂ ਕਿਉਂਕਿ ਮੈਂ ਅਟਲ ਬਿਹਾਰੀ واਜਪਾਈ ਦੀ ਬਹੁਤ ਰਿਸਪੈਕਟ ਕਰਦਾ ਸੀਗਾ ਹੀ ਹੀ ਵਾਸ ਅ ਵੈਰੀ ਆਨਰੇਬਲ ਮੈਨ ਤੇ ਮੈਂ ਉਹਨਾਂ ਬਹੁਤ ਉਹਨਾਂ ਦੀ ਰਿਸਪੈਕਟ ਕਰਦਾ ਕਿਉਂਕਿ ਉਹਨਾਂ ਨੇ ਸਾਡੇ ਜਿੰਨੇ ਵੀ ਮੈਕਗਰਾਉਂਡ ਰਿਐਲਿਟੀ ਦੱਸਦਾ ਤੁਹਾਨੂੰ ਅ ਹਿਮਾਚਲ ਦੇ ਵਿੱਚ ਕੁਝ ਐਸੇ ਪਿੰਡ ਸੀਗੇ ਜਿੱਥੇ ਕਦੀ ਵੀ ਲਾਈਟ ਨਹੀਂ ਗਈ 2007 ਤੱਕ ਵੀ ਹੂੰ ਹੂੰ ਲਾਈਟ ਵੀ ਨਹੀਂ ਆਈ ਹੂੰ ਹੂੰ ਰੋਡ ਤਾਂ ਛੱਡੋ ਲਾਈਟ ਵੀ ਨਹੀਂ ਆਈ ਠੀਕ ਹੈ ਦੀਵੇ ਬਾਲ ਕੇ ਬੰਦੇ ਹੁੰਦੇ ਹੁੰਦੇ ਸੀਗੇ ਹਾਂ ਠੀਕ ਹੈ ਅ ਇੱਕ ਸੀਗਾ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਯੋਜਨਾ ਸੀਗੀ ਇੱਕ ਜਿਹਦੇ ਗ੍ਰਾਮੀਣ ਯੋਜਨਾ ਸੀਗੀ ਜਿਹਦੇ ਚ ਉਹਨਾਂ ਨੇ ਸਾਰੇ ਜਿਹੜੇ ਜਿਹੜੇ ਦੂਰ ਰਾਜ ਦੇ ਜਿਹੜੇ ਪਿੰਡ ਸੀਗੇ ਨਾ ਉਹਨਾਂ ਨੇ ਬਿਜਲੀ ਵੀ ਲਿਆਈ ਸੜਕ ਵੀ ਆਈ ਪੱਕੀ ਸੜਕ ਹੈ ਓਕੇ ਗ੍ਰੇਵਲ ਰੋਡ ਹੈ ਇਹ ਵੀ ਨਹੀਂ ਕੱਚੀ ਬਹੁਤ ਵਧੀਆ ਤੇ ਉਹ ਚੀਜ਼ ਹੈ ਉਹ ਆਪਾਂ ਕਿਸੇ ਤੇ ਖਿਲਾਫ ਨਹੀਂ ਹੈਗੇ ਇਹਦੇ ਵਿੱਚ ਠੀਕ ਹੈ ਇਹ ਕੋ ਪੀਸਫੁੱਲ ਪ੍ਰੋਟੈਸਟ ਕਰਦੇ ਪਿਆ ਉਹਨਾਂ ਦਾ ਹੱਕ ਹੈਗਾ ਆ ਉਹ ਉਹਨਾਂ ਨੂੰ ਦੇਣਾ ਜ਼ਰੂਰੀ ਆ ਹੁਣ ਸਾਡੇ ਮੀਡੀਆ ਦਾ ਕੰਮ ਮੇਨ ਇਹ ਆ ਕਿ ਤੁਸੀਂ ਜੋ ਉਹਨਾਂ ਦੇ ਟਾਈਮ ਦੇ ਹੁੰਦਾ ਹੈਗਾ ਅਚ ਅਟਲ ਬਿਹਾਰੀ ਆਵਾਜਪਾਈ ਤੇ ਟਾਈਮ ਤੇ ਇਹ ਹੁੰਦਾ ਸੀਗਾ ਕਿ ਲੋਕ ਆਮ ਇਨਸਾਨਾਂ ਦੀ ਆਵਾਜ਼ ਜਿਹੜੀ ਸੀਗੀ ਉਹ ਪਹੁੰਚਾਈ ਜਾਂਦੀ ਹੀ ਗਵਰਨਮੈਂਟ ਤੱਕ ਕਿ ਸਾਡੀ ਆਮ ਇਨਸਾਨ ਆਮ ਜਨਤਾ ਸਾਡੀ ਇਹ ਕਹਿ ਰਹੀ ਜੋ ਕਿ ਅਸਲੀ ਡਿਊਟੀ ਤੁਸੀਂ ਨਹੀਂ ਸਮਝ ਰਹੇ ਗੱਲ ਨੂੰ ਅੱਜ ਕੱਲ ਕੀ ਹੋ ਰਿਹਾ ਪੁੱਠਾ ਹੋ ਰਿਹਾ ਹਾਂ ਅੱਜ ਕੱਲ ਸਰਕਾਰ ਜੋ ਕਹਿ ਰਹੀ ਸਰਕਾਰ ਹਾਂ ਅੱਜ ਕੱਲ ਇਮੀਡੀਆ ਕਹਿ ਰਿਹਾ ਕਿ ਸਰਕਾਰ ਇਹ ਕਹਿਣਾ ਚਾਹ ਰਹੀ ਹੈ ਤੁਸੀਂ ਨਹੀਂ ਸਮਝਦੇ ਬੇਗਲ ਹਾਂ ਮਤਲਬ ਤੁਸੀਂ ਪ੍ਰਾਈਮ ਟਾਈਮ ਤੇ ਇਦਾਂ ਦੀ ਨਿਊਜ਼ ਦੇਖਣ ਨੂੰ ਮਿਲਦੀਆਂ ਪਈਆਂ ਜਿਹੜੀਆਂ ਕਿ ਕਹਿ ਰਹੀਆਂ ਕਿ ਨਹੀਂ ਸਰਕਾਰ ਸਹੀ ਹੈ ਤੁਸੀਂ ਨਹੀਂ ਸਮਝ ਰਹੇ ਤੁਸੀਂ ਨਹੀਂ ਸਮਝ ਰਹੇ ਮਤਲਬ ਕਿੱਦਾਂ ਦਾ ਇੱਕ ਟਾਈਮ ਆ ਗਿਆ ਮਤਲਬ ਤੁਸੀਂ ਸਰਕਾਰ ਕਹਿੰਦੀ ਨਹੀਂ ਜੀ ਇਹ ਚੀਜ਼ ਤੁਹਾਡੇ ਵਾਸਤੇ ਸਹੀ ਹੈ ਠੀਕ ਹੈ ਪਰਿਤਾ ਡਾਟਾ ਢਿੱਡ ਭਰਿਆ ਹੋਇਆ ਠੀਕ ਹੈ ਮੈਂ ਉਹੀ ਗੱਲ ਕਰੂੰਗਾ ਦੁਬਾਰਾ ਠੀਕ ਹੈ ਭਾਈ ਮੈਂ ਤੁਹਾਨੂੰ ਪਾਣੀ ਪਿਐ ਜਮਾ ਤੁਹਾਨੂੰ ਪਿਆਸ ਲੱਗੀ ਹੈ ਤੁਹਾਨੂੰ ਮੈਂ ਪਾਣੀ ਪੀ ਜਾਵਾਂ ਪਾਣੀ ਪੀ ਜਾਵਾਂ ਪਾਣੀ ਪੀ ਜਾਵਾਂ ਇੱਕ ਪੁਆਇੰਟ ਤੱਕ ਤੇ ਕਹੂੰਗਾ ਨਹੀਂ ਬਸ ਠੀਕ ਹੈ ਮੈਂ ਕਹਾਂ ਨਹੀਂ ਤੂੰ ਫੜ ਨਹੀਂ ਤੂੰ ਪੀ ਤੂੰ ਪੀ ਭਾਈ ਜਿਆਦਾ ਪਾਣੀ ਪੀਣਾ ਵੀ ਵਾਟਰ ਪੋਇਜ਼ਨਿੰਗ ਕਰਕੇ ਬੰਦਾ ਮਰ ਜਾਂਦਾ ਬਿਲਕੁਲ ਬਿਲਕੁਲ ਉਹੀ ਚੀਜ਼ ਸਾਡੇ ਇੱਥੇ ਵੀ ਫਿਰ ਮੈਂ ਵੀ ਕਹੂੰਗਾ ਕਿ ਮੈਂ ਵੀ ਫਿਰ ਪ੍ਰੋਟੈਸਟ ਕਰੂੰਗਾ ਕਿ ਨਹੀਂ ਵੀ ਹਾਂ ਠੀਕ ਹੈ ਨੈਚੁਰਲੀ ਮੈਨੂੰ ਜਿੰਨੀ ਲੋੜ ਸੀਗੀ ਮੈਂ ਲੈ ਲਿਆ ਕਿਸੇ ਤਰ੍ਹਾਂ ਉ ਆ ਤਾਂ ਤੁਹਾਨੂੰ ਨਵੇਂ ਲੋਜ਼ ਲਿਆਂਦੀ ਜ਼ਰੂਰਤ ਕੀ ਸੀਗੀ ਹਾਂ ਕੋਈ ਵੀ ਲੋੜ ਨਹੀਂ ਹੈਗੀ ਠੀਕ ਹੈ ਇਹ ਕਹਿੰਦੇ ਕਿ ਵੀ ਅ ਜਿਹੜਾ ਪੰਜਾਬ ਦਾ ਕਿਸਾਨ ਹੈਗਾ ਆ ਉਹ ਅ ਕਰਨਾਟਕਾ ਜਾ ਕੇ ਆਪਣਾ ਆਪਣਾ ਕ੍ਰੌਪ ਵੇਚ ਸਕਦਾ ਹੈ ਜਾਂ ਫਿਰ ਮਹਾਰਾਸ਼ਟਰ ਵਾਲਾ ਵੀ ਆਪਣਾ ਵੈਸਟ ਬੰਗਾਲ ਚ ਵੇਚ ਸਕਦਾ ਭਾਜੀ ਮਹਾਰਾਸ਼ਟਰ ਦੇ ਕੀਨੂ ਜਿਹੜੇ ਸੀਗੇ ਪੰਜਾਬ ਚ ਨਹੀਂ ਆਉਂਦੇ ਸੀਗੇ ਆਉਂਦੇ ਸੀਗੇ ਪਹਿਲੇ ਵੀ ਇੱਦਾਂ ਹੀ ਸੀਗਾ ਠੀਕ ਹੈ ਮੇਜਰ ਪ੍ਰੋਡਿਊਸਰ ਜਿਹੜਾ ਪੰਜਾਬ ਹੈਗਾ ਵੀਟ ਦਾ ਐਂਡ ਰਾਈਸ ਦਾ ਮੇਜਰ ਪ੍ਰੋਡਿਊਸਰ ਹੈ ਠੀਕ ਹੈ ਮਤਲਬ ਪਰ ਹੈਕਟਰ ਵਾਈਜ਼ ਠੀਕ ਹੈ 메ਜਰ ਪ੍ਰੋਡਿਊਸਰ ਯੂਪੀ ਐਂਡ ਬਿਹਾਰ ਹੈਗੇ ਆ ਬਟ ਪਰ ਹੈਕਟਰ ਵਾਈਜ਼ ਜਿਹੜੀ ਸਭ ਤੋਂ ਮੋਸਟ ਪ੍ਰੋਡਕਸ਼ਨ ਜਿਹੜੀ ਆ ਉਹ ਪੰਜਾਬ ਦੀ ਹੈ ਠੀਕ ਹੈ ਤੇ ਸਾਰੇ ਪੰਜਾਬ ਤੋਂ ਜਿਹੜਾ ਰਾਈਸ ਐਂਡ ਵੀਟ ਜਿਹੜਾ ਆ 올 ਓਵਰ ਇੰਡੀਆ ਜਾਂਦਾ ਤੇ ਵਿੱਚ ਤਾਂ ਨਹੀਂ ਵਿਕਦਾ ਨੀ ਜਾਂਦਾ ਇਵਨ ਐਕਸਪੋਰਟ ਕਰ ਰਹੇ ਆ ਕਾਫੀ ਹੁਣ ਕਿਸਾਨਾਂ ਨੂੰ ਪੁੱਛ ਕੇ ਦੇਖ ਲੋ ਉਹ ਕਿਸਾਨ ਅਗਰ ਉਹਨਾਂ ਨੂੰ ஏ ਕਿਸੇ ਆਪਣੀ ਆਪਣੀ ਜਿਹੜੇ ਨਾਲ ਦੀ ਏਪੀਐਮਸੀ ਮੰਡੀ ਦੇ ਵਿੱਚ ਰੇਟ ਅਗਰ ਸਹੀ ਨਹੀਂ ਮਿਲਦੇ ਪਏ ਉਹ ਹਰਿਆਣੇ ਦੀ ਮੰਡੀ ਵਿੱਚ ਵੇਚ ਦੇ ਜਾਂਗੇ ਸਰਹੰਦ ਵਾਲਿਆਂ ਨੂੰ ਪੁੱਛ ਲੋ ਬਿਲਕੁਲ ਵੇਚਦੇ ਆ ਮਤਲਬ ਸਾਨੂੰ ਸਿਰਫ ਜਿਤਾਇਆ ਜਾ ਰਿਹਾ ਕਿ ਇਹ ਸਹੀ ਨੇ ਇਹ ਲਾਗੂ ਕਰ ਲਈਏ ਹਾਂ ਦੋਸਤ ਇਹ ਇਹ ਤਾਂ ਇੱਕ ਲਾਅ ਹੋ ਗਿਆ ਮਤਲਬ ਇੱਕ ਜਿਹਾ ਪਤਨ ਲਾਜ਼ ਦੀ ਗੱਲ ਕਰੀਏ ਨਾ ਇੱਕ ਲਾਅ ਹੋ ਗਿਆ ਕਿ ਵੀ ਇਹ ਓਪਨ ਵਨ ਨੇਸ਼ਨ ਵਨ ਮਾਰਕੀਟ ਇੱਕ ਲਾਅ ਕਰਦੇ ਪਿਓ ਠੀਕ ਹੈ ਸੈਕੰਡ ਲਾਅ ਇਜ਼ ਕਮੋਡੀਟੀ ਲਾਅ ਕਮੋਡੀਟੀ ਲਾਅ ਦੇ ਵਿੱਚ ਕੀ ਆ ਉਹਦੇ ਵਿੱਚ ਲਾਅ ਦੇ ਵਿੱਚ ਕੀ ਆ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਇਹ ਜਿਹੜੇ ਕੋਰਪੋਰੇਟ ਹੁੰਦੇ ਸੀਗੇ ਨਾ ਉਹ ਅਸੈਂਸ਼ੀਅਲ ਆਈਟਮਸ ਜਿਹੜੀਆਂ ਹੁੰਦੀਆਂ ਸੀਗਾ ਅਸੈਂਸ਼ੀਅਲ ਉਹ ਇੱਕ ਸਰਟਨ ਅਮਾਉਂਟ ਤੱਕ ਉਹ ਕਰ ਸਕਦੇ ਸੀਗੇ ਹੂੰ ਹੂੰ ਸਟੋਰ ਕਰਕੇ ਰੱਖ ਸਕਦੇ ਸੀਗੇ ਹੂੰ ਹੂੰ ਜਿਹਨੂੰ ਗਵਰਨਮੈਂਟ ਰੈਗੂਲੇਟ ਕਰਦੀ ਸੀਗੀ ਠੀਕ ਹੈ ਹੁਣ ਇਸ ਕੇਸ ਦੇ ਵਿੱਚ ਕੀ ਹੈ ਕਿ ਗਵਰਨਮੈਂਟ ਰੈਗੂਲੇਟ ਨਹੀਂ ਕਰੇਗੀ ਓਕੇ ਠੀਕ ਹੈ ਮਤਲਬ ਕੀ ਹੈ ਕਿ ਇਹ ਨਾਲੇ crop is not a essential item ਹੂੰ 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 ਠੀਕ ਹੈ ਇਦਾਂ ਕਿਦਾਂ ਹੋ ਸਕਦਾ ਮੈਨੂੰ ਇਹ ਦੱਸੋ ਇਹ ਇਹ ਤਾਂ ਸਾਫ਼ ਹੀ ਹੈ ਕਿ ਸ਼ਬਦਾਂ ਦੇ ਹੀਅਰ ਫੇਅਰ ਦੇ ਨਾਲ ਕੁਝ ਕੁਝ ਘਰਾਣਿਆਂ ਨੂੰ ਖੁਸ਼ ਕਰਨ ਵਾਸਤੇ ਉਹ ਲਾਅ ਬਣਾਇਆ ਗਿਆ ਨਹੀਂ ਭਾਈ ਸਿੱਧੀ ਗੱਲ ਨਹੀਂ ਆਪਾਂ ਘਰਾਣਿਆਂ ਦੀ ਵੀ ਗੱਲ ਨਾ ਕਰੀਏ ਠੀਕ ਹੈ ਇੱਕ ਆਪਾਂ ਲਾਅ ਦੀ ਗੱਲ ਕਰੀਏ ਤੇ ਇਹ ਕਹਿੰਦੇ ਨੇ ਲਾਅ ਠੀਕ ਹੈ ਉਹ ਕਹਿੰਦੇ ਕਿ ਵੀ ਆ ਇਹ ਜਿਹੜਾ ਕਮੋਡੀਟੀ ਲਾਅ ਆ ਕਮੋਡੀਟੀ ਲਾਅ ਦੇ ਵਿੱਚ ਆਂਦਾ ਆ ਕਿ ਇੱਕ ਸਰਟਨ ਅਮਾਉਂਟ ਤੱਕ ਇੱਕ ਕੋਈ ਵੀ ਕੋਈ ਵੀ ਵੱਡਾ ਬਿਗ ਹਾਊਸ ਹੈਗਾ ਉਹ ਦੇਖੋ ਉਹਨੂੰ ਕੋ ਪੈਸਾ ਹੈਗਾ ਯਾਰ ਭਾਈ ਮੈਂ ਮੇਰੇ ਕੋਲ ਪੈਸਾ ਹੈਗਾ ਯਾਰ ਮੈਂ ਤੁਹਾਡੇ ਕੋਲ ਕ੍ਰੌਪਸ ਖਰੀਦ ਲਈ ਮੇਰੇ ਕੋਲ ਕ੍ਰੌਪਸ ਆ ਗਈਆਂ ਸਾਰੀਆਂ ਆ ਗਈਆਂ ਠੀਕ ਹੈ ਅੱਛਾ ਅਸੈਂਸ਼ੀਅਲ ਆਈਟਮ ਦੇ ਵਿੱਚੋਂ ਪਹਿਲਾਂ ਕ੍ਰੌਪ ਨੂੰ ਕੱਢ ਦਿੱਤਾ ਹਾਂ ਕ੍ਰੋਪ ਕਿਦਾਂ ਐਸੈਂਸ਼ੀਅਲ ਆਈਟਮ ਨਹੀਂ ਹੈਗੀ ਮੈਨੂੰ ਇਹ ਦੱਸੋ ਪਹਿਲਾਂ ਉਹ ਹੀ ਉਹ ਤਾਂ ਇੱਕ ਉਹ ਤਾਂ ਖਾਣਾ ਆ ਉਹ ਤੋਂ ਬਿਨਾਂ ਤੇ ਲਾਈਫ ਪੋਸੀਬਲ ਨਹੀਂ ਹੈ ਫੂਡ ਇਜ਼ ਐਨ ਐਸੈਂਸ਼ੀਅਲ ਆਈਟਮ ਹਾਂ ਫੂਡ ਇਜ਼ ਐਨ ਐਸੈਂਸ਼ੀਅਲ ਆਈਟਮ ਹਾਂ ਤੇ ਤੁਸੀਂ ਉਹਨੂੰ ਉਸੇ ਚੀਜ਼ ਨੂੰ ਐਸੈਂਸ਼ੀਅਲ ਆਈਟਮ ਚੋਂ ਕੱਢ ਕੇ ਕਿਤੇ ਇਹ ਕਹਿੰਦਾ ਕਿ ਚਲੋ ਹੁਣ ਇਹਨੂੰ ਐਸੈਂਸ਼ੀਅਲ ਆਈਟਮ ਚੋਂ ਕੱਢਤਾ ਬਾਹਰ ਹੁਣ ਤੁਸੀਂ ਇਹਨੂੰ ਸਟੋਰ ਕਰ ਸਕਦੇ ਜਿੰਨਾ ਮਰਜੀ ਹਾਂ ਭਾਜੀ ਸਿੰਪਲ ਜਾ ਇਕਨੋਮਿਕ ਲਾ ਹੂੰ ਜਿਹੜਾ ਬੰਦਾ ਸਪਲਾਈ ਕੰਟਰੋਲ ਕਰਦਾ ਤਾਂ ਉਹੀ ਬੰਦਾ ਪ੍ਰਾਈਸ ਕੰਟਰੋਲ ਕਰਦਾ ਠੀਕ ਹੈ ਡਿਮਾਂਡ ਸਪਲਾਈ ਦੀ ਖੇਡ ਖੇ ਐਟ ਦਾ ਟਾਈਮ ਆਫ ਵਾਰ ਜਾਂ ਐਟ ਦਾ ਟਾਈਮ ਆਫ ਐਨੀ ਐਮਰਜੈਂਸੀ ਐਕਟੀਵਿਟੀ ਆ ਨੈਚੁਰਲ ਡਿਜ਼ਾਸਟਰ ਠੀਕ ਹੈ ਮੈਂ ਅਗਰ ਮੈਂ ਸਮਾਨ ਇਕੱਠਾ ਕਰ ਲਿਆ ਆਪਣੇ ਕੋਲ ਕਿਤੇ ਹੋਰ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ ਹੈ ਮੈਂ ਆਪਣੇ ਪ੍ਰਾਈਸਸ ਤੇ ਵੇਚੂ ਕਰ ਕਿਉਂਕਿ ਕਿਉਂ ਮਾਰਕੀਟ ਦੇ ਵਿੱਚ ਲੋੜ ਹੈ ਉਸ ਚੀਜ਼ ਦੀ ਲੋੜ ਹੈ ਹਜੇ ਤੱਕ ਇਹ ਜਿਹੜਾ ਇਸ ਲਾਅ ਦੇ ਅਕੋਰਡਿੰਗਲੀ ਕੋਆਪਰੇਟ ਦੇ ਵਿੱਚ ਲਿਮਿਟ ਨਹੀਂ ਹੈਗੀ ਕਿ ਉਹ ਕਿੰਨੀ ਐਸੈਂਸ਼ੀਅਲ ਆਈਟਮ ਕਰਸੋਰ ਕਰ ਸਕਦਾ ਹੈ ਹਜੇ ਤੱਕ ਹੁਣ ਲਾਅ ਪਾਸ ਹੋ ਗਿਆ ਹੈ ਮਤਲਬ ਇਹ ਪਾਸ ਕਰ ਦਿੱਤਾ ਹੁਣ ਲੋ ਇਹ ਪੰਗਾ ਹੈ ਐ ਇਸ ਐਨਾਲਾਓ ਦੀ ਗੱਲ ਵੀ ਹੁੰਦੀ ਹੈ ਕਿਸਾਨ ਜਿਸ ਬੰਦੀਆਂ ਬਾਰ ਬਾਰ ਜਾ ਕੇ ਸਰਕਾਰ ਨੂੰ ਅਪੀਲ ਵੀ ਕਰਕੇ ਆਈਆਂ ਇਹ ਮੈਨੂੰ ਰੋਟੀ ਤੱਕ ਆਪਣੀ ਲੈ ਕੇ ਗਏ ਨੇ ਆਪਣੀ ਖੁਦਦਾਰੀ ਇਹ ਵੀ ਬੜੀ ਮੈਨੂੰ ਵਧੀਆ ਲੱਗੀ ਸੀ ਚੀਜ਼ ਉੱਥੇ ਤਾਂ ਜਦੋਂ ਤੁਹਾਨੂੰ ਹੁਣ ਲੱਗਦਾ ਕਿ ਜਿੰਨੀ ਸਪੋਰਟ ਇਹਨੂੰ ਮਿਲ ਰਹੀ ਹੈ ਕਿ ਸਾਰਾ ਪੰਜਾਬ ਵਾਕਈ ਸਪੋਰਟ ਚ ਆ ਚੁੱਕਾ ਕਿ ਹਜੇ ਵੀ ਲੋਕਾਂ ਦੇ ਮਨ ਚ ਸ਼ੰਕੇ ਹੈਗੇ ਆ ਰੋਜੇ ਵੀ ਸ਼ੱਕ ਤਾਂ ਦੇਖੋ ਪੰਜਾਬ ਜਿਹਦਾ ਕਿਹਦੇ ਦਿਲੋਂ ਦਿਮਾਗ ਦੇ ਵਿੱਚ ਕੋਈ ਸ਼ੰਕਾ ਨਹੀਂ ਹੈਗੀ ਹੂੰ ਪੰਜਾਬ ਦੇ ਵਿੱਚ ਤਾਂ ਸਾਰੇ ਇਹੀ ਕਹਿੰਦੇ ਵੇ ਕਿ ਲੋ ਆ ਵਾਪਸ ਕਰੋ ਹੂੰ ਠੀਕ ਹੈ ਪੰਜਾਬ ਇਵਨ ਹਰਿਆਣਾ ਵੀ ਹੂੰ ਠੀਕ ਹੈ ਹਰਿਆਣਾ ਦਾ ਹਰਿਆਣਾ ਦਾ ਆਇਆ ਵੀ ਹੈ ਕਿ ਪੰਜਾਬ ਸਾਡਾ ਵੱਡਾ ਭਰਾ ਹੈ ਵੱਡਾ ਭਰਾ ਬਿਲਕੁਲ ਜੋ ਮਰਜੀ ਇਕੱਠੇ ਬਹਿ ਕੇ ਲੰਗਰ ਖਾਣ ਦੇਵੇ ਬਣਾਉਂਦੇ ਪਏ ਨੇ ਹਾਂ ਇਵਨ ਰਾਜਸਥਾਨ ਵਾਲੇ ਵੀ ਯੂਪੀ ਵਾਲੇ ਵੀ ਆ ਗਏ ਹੁਣ ਟਿਕਰੀ ਬਾਰਡਰ ਤੇ ਸਾਰੇ ਯੂਪੀ ਵਾਲੇ ਕਹਿੰਦੇ ਕਿ ਪੰਜਾਬ ਹੀ ਕਰਦਾ ਵਾ ਟਿਕਰੀ ਬਾਰਡਰ ਤੇ ਜਾਓ ਤੁਸੀਂ ਠੀਕ ਹੈ ਕਾਜ਼ੀਆਬਾਦ ਵਾਲਾ ਜਿਹੜਾ ਬਾਰਡਰ ਕਾਜ਼ੀਆਬਾਦ ਵਾਲੇ ਬਾਰਡਰ ਤੇ ਜਾਓ ਤੇ ਯੂਪੀ ਵਾਲੇ ਉਥੇ ਯੂਪੀ ਵਾਲੇ ਵੀ ਹੈਗੇ ਆ ਪੰਜਾਬ ਵਾਲੇ ਵੀ ਹੈਗੇ ਆ ਠੀਕ ਹੈ ਹੁਣ ਜੈਪੁਰ ਵਾਲੇ ਹਾਈਵੇ ਤੇ ਜਾਓ ਤੁਸੀਂ ਉਥੇ ਰਾਜਸਥਾਨ ਵਾਲੇ ਹੈਗੇ ਆ ਠੀਕ ਹੈ ਉਥੇ ਹਰਿਆਣੇ ਵਾਲੇ ਵੀ ਹੈਗੇ ਆ ਉਥੇ ਦਿੱਲੀ ਤੋਂ ਵੀ ਬਣਾਏ ਹੋਏ ਆ ਹੂੰ 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 ਦਿੱਲੀ ਦੇ ਲੋਕ इवन ਮੈਨੂੰ ਕਾਫੀ ਸਾਰੀ ਫੈਮਿਲੀਜ਼ ਮਿਲੀਆਂ ਉਹਨਾਂ ਨੇ ਸਲੋਗਨਸ ਹੱਥ ਚ ਫੜੇ ਹੋਏ ਇਹ ਉਹਨਾਂ ਦੀਆਂ ਦੋ ਬੇਟੀਆਂ ਸੀਗੀਆਂ ਵੱਡੀਆਂ ਸੀਗੀਆਂ ਇੱਕ ਪਲੱਸ 2 ਸੀਗੀ ਗ੍ਰੈਜੂਏਸ਼ਨ ਸੀਗੀ ਆਪ ਟੀਚਰ ਸੀਗੇ ਦੋਨੇ ਮੀਆਂ ਬੀਵੀ ਤੇ ਉਹ ਉਥੇ ਦਾ ਇਸ ਗੇ ਸਿਰਫ ਤੇ ਸਿਰ ਪ੍ਰੋਟੈਸਟ ਦਾ ਹਿੱਸਾ ਬਣਨ ਕਿ ਅਸੀਂ ਨਾਲ ਹੈਗੇ ਆ ਆਪਣੇ ਇੱਕ ਦਰਾਂ ਦੇ ਅਸੀਂ ਵੀ ਇੱਥੇ ਆ ਗਏ ਅਸੀਂ ਹੁਣ ਦੇਖੋ ਨਾ ਅਗਰ ਆਪਾਂ ਮੈਂ ਮੈਂ ਆਪਾਂ ਦਾ ਸਾਫ਼ ਸਿੱਧਾ ਕਹਿ ਸਕਦੇ ਵੀ ਆਪਾਂ ਦਾ ਕਿਸਾਨ ਹੈ ਹੀ ਨਹੀਂ ਆਪਾਂ ਕਿਉਂ ਜਾਈਏ ਹਾਂ ਸਿੱਧਾ ਕਹਿ ਕਹਿ ਸਕਦੇ ਸੀ ਆਪਾਂ ਬੜੇ ਨਈ ਰਿਸਪਾਂਸਿਬਿਲਟੀ ਸਾਡੀ ਬਣਦੀ ਹੈ ਇੱਕ ਮੋਰਲ ਰਿਸਪਾਂਸਿਬਿਲਟੀ ਬਣਦੀ ਆ ਉਹ ਸਾਡਾ ਆਂਦਾ ਤਾਇਆ ਉਹ ਤੋਂ ਆਪਾਂ ਖਾਣਾ ਲੈਨੇ ਆ ਠੀਕ ਆ ਦੂਸਰੀ ਗੱਲ ਕੀ ਅਗਰ ਆਪਾਂ ਦਾ ਫੇਵੀ ਜਵਾਨ ਹੈਗੇ ਆ ਅਗਰ ਉੱਥੇ ਜਾ ਕੇ ਦੇਖੋ ਫੇਸਬੁੱਕ ਤੇ ਔਰ ਸੋਸ਼ਲ ਮੀਡੀਆ ਤੇ ਕਮੈਂਟ ਕਰਨਾ ਪੋਸਟ ਕਰਨਾ ਬਹੁਤ ਆਸਾਨ ਹੈ ਪਰ ਉਹ ਵੀ ਜਦੋਂ ਤੁਸੀਂ ਵੀ ਕਿਹਾ ਉਹ ਵੀ ਇੱਕ ਜੇ ਫੇਵਰ ਚ ਦਾ ਸਪੋਰਟ ਆ ਉਹ ਵੀ ਇੱਕ ਸਪੋਰਟ ਆ ਉਹ ਵੀ ਇੱਕ ਸਪੋਰਟ ਆ ਅਗਰ ਉਹ ਫੇਵਰ ਬਟ ਉੱਥੇ ਜਾ ਕੇ ਜਦੋਂ ਗਰਾਉਂਡ ਰਿਐਲਿਟੀ ਤੁਸੀਂ ਸਾਹਮਣੇ ਜਾ ਕੇ ਦੇਖਦੇ ਹੋ ਨਾ ਤੁਹਾਨੂੰ ਤੁਹਾਡੇ ਹੋਸ਼ ਉੜ ਜਾਂਦੇ ਆ ਤੁਹਾਨੂੰ ਪਤਾ ਲੱਗਦਾ ਓਹੋ ਇਹ ਮੈਂ ਇੱਥੇ ਆ ਚੀਜ਼ ਦੀ ਗੱਲ ਕਰ ਰਹੇ ਹਾਂ ਮੈਂ ਇੱਥੇ ਪਹੁੰਚ ਆਇਆ ਘਰ ਆ ਵਾਪਸ ਆ ਕੇ ਵੀ ਐਦਾਂ ਨਹੀਂ ਲੱਗਦਾ ਤੁਸੀਂ ਸ਼ੌਕ ਚ ਰਹਿੰਦੇ ਆ ਕਿਤੇ ਨਾ ਕਿਤੇ ਯਾਰ ਕਿੱਥੋਂ ਹੋਏ ਆ ਯਾਰ ਬਹੁਤ ਜਗ੍ਹਾ ਸੀ ਤੁਸੀਂ ਉੱਥੇ ਖੜੇ ਆ ਨਾ ਤੁਹਾਡੇ ਦੋਨੇ ਪੈਰ ਉੱਥੇ ਖੜੇ ਆ ਸੋਮਨੀ ਸਟੇਜ ਆ ਬੁਲਾਰੇ ਬੋਲ ਰਹੇ ਆ ਲੋਕੀ ਬੈਠੇ ਨੇ ਫਤਿਹ ਬੁਲਾਈ ਜਾ ਰਹੀ ਆ ਸਾਰੇ ਧਰਮਾਂ ਦੇ ਲੋਕ ਇਕੱਠੇ ਨੇ ਨਹੀਂ ਉੱਤੇ ਸਟੇਜ ਦੀ ਸਟੇਜ ਦੀ ਅਜੀਬ ਸੀਨ ਲੱਗਦਾ ਕੀ ਇਹ ਕੀ ਹੋ ਗਿਆ ਸਟੇ ਅੱਛਾ ਉਹ ਉਹਨਾਂ ਕਿਸਾਨਾਂ ਦੇ ਦਿਮਾਗ 'ਚ ਇਹ ਵੀ ਨਹੀਂ ਹੈਗਾ ਹੋ ਜਾਈਏ ਆਪਾਂ ਲੜਨਾ ਲੜਾਈ ਕਰਨੀ ਇਹ ਉਹ ਹੈ ਨਾ ਉਹ ਤਾਂ ਇਹ ਕਹਿੰਦੇ ਵੀ ਸਰਕਾਰ ਅੱਜ ਸਾਡੀ ਗੱਲ ਮੰਨ ਲਵੇ ਕਹਿੰਦੇ ਅਸੀਂ ਭੰਗੜੇ ਪਾਉਂਦੇ ਸਾਰੇ ਵਾਪਸ ਆਵਾਂਗੇ ਟਰਾਲੀਆਂ ਦੇ ਵਿੱਚ ਡੀਜ਼ਲਾਂ ਦੇ ਆਵਾਂਗੇ ਕਹਿੰਦੇ ਜਲੰਧਰ ਜਲੰਧਰ ਕੀਵਾ ਪੜ ਪੰਜਾਬ ਵਾਪਸ ਹਾਂ ਠੀਕ ਆ ਸਾਰੇ ਆਪਣੇ ਆਪਣੇ ਯੂਪੀ ਹਰਿਆਣੇ ਵਾਲੇ ਸਾਰੇ ਕਹਿੰਦੇ ਪਏ ਆ ਕਹਿੰਦੇ ਵੀ ਅਗਰ ਅਗ ਅਸੀਂ ਘਰ ਵਾਪਸ ਆ ਜਾਵਾਂਗੇ ਅਸੀਂ ਭੰਗੜੇ ਪਾਉਂਦੇ ਆ ਭੰਗੜੇ ਪੰਦੇ ਆਵਾਂਗੇ ਹਾਂ ਠੀਕ ਹੈ ਟੈਕਨੀਕਲੀ ਦਿਖਾਇਆ ਜਾਵੇ ਅਗਰ ਆਪਾਂ ਚਲੋ ਵੋਟ ਬੈਂਕ ਦੀ ਵੀ ਆਪਾਂ ਗੱਲ ਕਰਦੇ ਹਾਂ ਠੀਕ ਹੈ ਅਗਰ ਅੱਜ ਇਹ ਸਰਕਾਰ ਅਗਰ ਮੰਨ ਲੈਂਦੀ ਹੈ ਕਿ ਆਪਾਂ ਚਲੋ ਇਹ ਲਾਜ਼ ਵਾਪਸ ਲੈ ਲੈਣੇ ਆ ਤੇ ਆਪਾਂ ਕੁਸਿ ਵਧੀਆ ਤਰੀਕੇ ਨਾਲ ਤੁਹਾਡੇ ਲਈ ਹੋਰ ਲੈ ਕੇ ਆਨੇ ਆ ਅੱਛਾ ਉਹ ਕਹਿੰਦੇ ਕਿ ਜਿਹੜਾ ਐਮਐਸਪੀ ਐਮਐਸਪੀ ਆ ਰਿਹਾ ਆਪਾਂ ਗੱਲ ਕਰਦੇ ਕਿ ਐਮਐਸਪੀ ਉਹ ਕਹਿੰਦੇ ਕਿ ਇਹ ਤਾਂ ਕਦੀ ਵੀ ਲਾ ਸਿਗਾ ਹੀ ਨਹੀਂ ਹੂੰ ਇਹ ਕਦੀ ਲਾ ਨਹੀਂ ਸੀਗਾ ਠੀਕ ਹੈ ਇਹ ਹਮੇਸ਼ਾ ਤੋਂ ਇੱਕ ਤੁਹਾਡੇ ਵਾਸਤੇ ਇੱਕ ਹੋਰ ਹੀ ਹੈ ਸੁਵਿਧਾ ਰਹੀ ਹੈ ਸੁ ਉਹ ਕਹਿੰਦੇ ਕਿਸਾਨ ਕਹਿੰਦੇ ਵੀ ਠੀਕ ਹੈ ਲਾਅ ਨਹੀਂ ਸੀਗਾ ਇਹ ਤੂੰ ਇਹਨੂੰ ਲਾਅ ਬਣਾ ਦੋ ਤੂੰ ਇਹ ਕਹਿੰਦੇ ਵੀ ਤੁਸੀਂ ਹਿੱਤ ਕਰਨਾ ਚਾਹੁੰਦੇ ਆ ਕਿਸਾਨ ਦਾ ਤੂੰ ਇਹਨੂੰ ਲਾਅ ਬਣਾਓ ਹਾਂ ਠੀਕ ਹੈ ਪੰਜਾਬ ਦਾ ਕਿਸਾਨ ਸਿਰਫ ਪੰਜਾਬ ਲਈ ਨਹੀਂ ਲੜ ਰਿਹਾ ਉਹ ਪੂਰੇ ਹਿੰਦੁਸਤਾਨ ਦੇ ਕਿਸਾਨ ਲਈ ਲੜ ਰਿਹਾ ਹੈ ਠੀਕ ਹੈ ਇਹ ਦਿਮਾਗ ਚੋਂ ਆਪਣੇ ਕੱਢ ਦੋ ਕਿਉਂਕਿ ਉੱਥੇ ਕਿਸਾਨਾਂ ਦਾ ਆਪਣਾ ਉੱਥੇ ਉਹਨਾਂ ਦੀ ਵਰਡਿਕ ਸੀ ਉਹ ਕਹਿੰਦੇ ਉਹ ਕਹਿੰਦੇ ਕੀ ਹੈ ਅਮਿਤ ਸ਼ਾਹ ਤੇ ਮੋਦੀ ਦੀ ਸਟੇਟਮੈਂਟ ਹੈਗੀ ਹੈ ਇਹ ਕਿ ਠੀਕ ਹੈ ਆਪਾਂ ਕਿਸਾਨਾਂ ਵਾਸਤੇ ਪੰਜਾਬ ਦੇ ਕਿਸਾਨਾਂ ਵਾਸਤੇ ਆਪਾਂ ਇਹ ਕਰ ਦਿੰਦੇ ਆ ਵਿਡਰੋ ਕਰ ਦਿੰਦੇ ਆ ਠੀਕ ਹੈ ਤੇ ਹੁਣ ਕਿਸਾਨਾਂ ਨੇ ਕਿਸਾਨਾਂ ਨੇ ਡਿਨਾਈ ਕਰਤਾ ਆ ਉਹ ਕਹਿੰਦੇ ਨਹੀਂ ਹੋਏਗਾ ਤਾਂ ਪੂਰੇ ਹਿੰਦੁਸਤਾਨ ਲਈ ਹੋਏਗਾ ਨਹੀਂ ਤੇ ਨਹੀਂ ਨਹੀਂ ਤੇ ਨਹੀਂ ਹੋਏਗਾ ਨਹੀਂ ਤਾਂ ਸਾਡੇ ਲਈ ਵੀ ਨਹੀਂ ਕਿਉਂਕਿ ਇਹ ਪ੍ਰੋਟੈਸਟ ਕਹਿ ਲੋ ਪੰਜਾਬ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਹਰਿਆਣਾ ਆਇਆ ਰਾਜਸਥਾਨ ਆਇਆ ਅਦਰੂ ਸਾਊਥ ਤੋਂ ਲੋਕ ਆਗੇ ਜੁੜ ਗਏ ਸਾਰੇ ਆ ਕੇ ਤੇ ਹੁਣ ਇਹ ਜਿਹੜਾ ਅੰਦੋਲਨ ਹੈ ਇਹ ਕੁਝ ਹੋਰ ਰੂਪ ਲੈ ਚੁੱਕਾ ਹੈ ਅੰਦੋਲਨ ਦੀ ਖਾਸ ਗੱਲ ਤਾਂ ਇਹੀ ਰਹਿਣੀ ਹੈ ਕਿ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਹੋ ਰਿਹਾ ਤੇ ਤੁਹਾਨੂੰ ਲੱਗਦਾ ਕਿ ਇੰਨਾ ਕੁਝ ਹੋਣ ਤੋਂ ਬਾਅਦ ਸਰਕਾਰ ਦੇ ਕਰਨ ਤੇ ਤੇ ਫਿਰ ਨਹੀਂ ਕੁਝ ਹੁੰਦਾ ਪਿਆ ਤੇ ਤੁਹਾਨੂੰ ਉੱਥੇ ਜਾ ਕੇ ਫੀਲ ਆਏ ਕਿ ਨਹੀਂ ਇਹ ਕਿਦਾਂ ਦੀ ਫੀਲ ਆਈ ਉਹ ਤਾਂ ਕਹਿੰਦੇ ਆ ਕਿ ਆਪਾਂ ਨਹੀਂ ਜਾਂਦੇ 6 ਮਹੀਨੇ ਸਾਲ ਇੱਥੇ ਆ ਹੈਨਾ ਨਹੀਂ ਸੱਚੀ ਨਹੀਂ ਨਾ ਨਹੀ ਜਾਣੋ ਨਾ ਜੋ ਆਪਾਂ ਜੋ ਤੁਸੀਂ ਵੀ ਦੇਖਿਆ ਇਹ ਉਹ ਤੇ ਜਿਸ ਹਿਸਾਬ ਦਾ ਉਹਨਾਂ ਕੋ ਸਮਾਨ ਪਿਆ ਹੈ ਨਾ ਨਹੀਂ ਜਾਂਦੇ ਮੈਂ ਕਹਿੰਦਾ ਦੋ ਤਿੰਨ ਸਾਲ ਨਹੀਂ ਜਾਂਦੇ ਹੋ ਤੇ ਨਾ ਕਰੋ ਮੈਂ ਕਹਿੰਦਾ ਇੱਕ ਇੱਕ ਗੱਲ ਸਾਰੇ ਜਮਾਨੇ ਜਿੰਨੇ ਪੁੱਛ ਲਓ ਕਹਿੰਦੇ ਹੁਣ ਨਹੀਂ ਜਾਂਦੇ ਮੈਂ ਨਾ ਉੱਥੇ ਬਜ਼ੁਰਗ ਸੀਗੇ ਇੱਕ ਤੇ ਇੱਕ ਇੰਟਰਵਿਊ ਲੈ ਰਿਆ ਸੀਗਾ ਇੱਕ ਜਰਨਲਿਸਟ ਤੇ ਉਹ ਕਹਿੰਦੇ ਉਹਨਾਂ ਨੇ ਉਹਨੂੰ ਪੁੱਛਿਆ ਕਹਿੰਦੇ ਕਿ ਨਾ ਕੀ ਆਪ ਦਾ ਫਿਰ ਪਲਾਨ ਕੀ ਹੈ ਕਿ ਅਗਰ ਆਪ ਸਰਕਾਰ ਆਪकी ਬਾਤیں ਮੰਨ ਲੇਤੀ ਹੈ ਤਾਂ ਆਪ ਜਾਓਗੇ ਕਹਿੰਦੇ ਨਹੀਂ ਨਹੀਂ ਉਹ ਤਾਂ ਭਾਵੇਂ ਮੰਨ ਵੀ ਲਵੇ ਤਾਂ ਵੀ ਨਹੀਂ ਜਾਂਦੇ ਕਹਿੰਦੇ ਇੱਥੇ ਬੈਠੇ ਆ ਇਹਦਾ ਸਾਡਾ ਦਿਲ ਲੱਗਾ ਕਹਿੰਦੇ ਇਹ ਵੀ ਗੱਲ ਗਲਤ ਹੈ ਕਿ ਲੋਕੀ ਉੱਥੇ ਮੈਂ ਗੱਲ ਕਰਦਾ ਕਿ ਜੇ ਉਹ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਮਾੜਾ ਕਹਿੰਦੇ ਆ ਮੈਂ ਉਹਨਾਂ ਨੂੰ ਇਹ ਸਮਝਾਇਆ ਕਿ ਜੇ ਮੋਦੀ ਦੀ ਜਗ੍ਹਾ ਕੋਈ ਹੋਰ ਵੀ ਆ ਲਾਓ ਪਾਸ ਕਰਦੇ ਉਹਨਾਂ ਨੇ ਉਹਨੂੰ ਮਾੜਾ ਕਹਿਣਾ ਸੀ ਮਾੜਾ ਕਹਿਣਾ ਸੀ ਕਿ ਸਾਡੀ ਕਿਸੇ ਪਰਟੀਕੂਲਰ ਬੰਦੇ ਨੂੰ ਲੈ ਕੇ ਥੋੜੀ ਦੁਸ਼ਮਣੀ ਕਿਸੇ ਦੀ ਰਹੀ ਹੈ ਮੋਦੀ ਨੂੰ ਲੈ ਕੇ ਕੋਈ ਦੁਸ਼ਮਣੀ ਨਹੀਂ ਹੈਗੀ ਠੀਕ ਹੈ ਮੋਦੀ ਨੂੰ ਇਸ ਲਈ ਮਾੜਾ ਕਿਹਾ ਜਾ ਰਿਹਾ ਕਿਉਂਕਿ ਮੌਜੂਦਾ ਤੁਹਾਡੇ ਸਰਕਾਰ ਦਾ ਹੈੱਡ ਮੋਦੀ ਹੈ ਜੋ ਕੋਈ ਹੋਰ ਹੁੰਦਾ ਉਹਦੇ ਬਾਰੇ ਵੀ ਕਿਹਾ ਜਾਂਦਾ ਸੀ ਉਹ ਕਹਿੰਦੇ ਨੇ ਇਹ ਤੇ ਲੋ ਤੇ ਕਾਂਗਰਸ ਟਾਈਮ ਵੀ ਸੀਗੇ ਉਹ ਮੈਂ ਉਹੀ ਕਹਿ ਰਿਹਾ ਨਹੀਂ ਕਿ ਕਾਂਗਰਸ ਵੀ ਅਪਲਾਈ ਕਰਦੀ ਉਹ ਇਹ ਕਹਿੰਦੇ ਆ ਕਿ ਵੀ ਕਿਉਂਕਿ ਉਹ ਗੁਜਰਾਤੀ ਹੈ ਇਸ ਲਈ ਉਹਨੂੰ ਗਾਲਾਂ ਕੱਢਦੇ ਆ ਜਾਂ ਫਿਰ ਕੋਈ ਚਲੋ ਉਹ ਹਿੰਦੂ ਹੈਗਾ ਤਾਂ ਉਹਨੂੰ ਗਾਲਾਂ ਕੱਢਦੇ ਆ ਗਾਲਾਂ ਤਾਂ ਇੱਥੇ ਸਾਡੇ ਚ ਸਾਡੇ ਚੀਫ ਮਿਨਿਸਟਰ ਨੂੰ ਵੀ ਪੈਂਦੀਆਂ ਹੈਗੀਆਂ ਠੀਕ ਹੈ ਬਾਦਲ ਨੂੰ ਲੋਕੀ ਘੱਟ ਗਾਲਾਂ ਕੱਢਦੇ ਸੀਗੇ ਬਿਲਕੁਲ ਬਿਲਕੁਲ ਸਾਡੇ ਕੈਪਟਨ ਅਮਰਿੰਦਰ ਸਿੰਘ ਨੂੰ ਲੋਕੀ ਘੱਟ ਗਾਲਾਂ ਕੱਢਦੇ ਸੀਗੇ ਜਿਹੜਾ ਗਲਤ ਕਰੂਗਾ ਜਿਹੜਾ ਜਿਹੜਾ ਗਲਤ ਉਹ ਸਾਡੇ ਗਾਲਾਂ ਦਾ ਪਾਤਰ ਰਹੇਗਾ ਹਾਂ ਜਿਹ ਉਹਨ ਲੋਕੀ ਲੈ ਚਣਗੇ ਅੱਗੇ ਪੰਜਾਬੀ ਬੰਦਾ ਨਾ ਝੂਠ ਨਹੀਂ ਬੋਲ ਸਕਦਾ ਗਲਤ ਗਲਤ ਤਾਂ ਗਲਤ ਗਲਤ ਖੜਗੇ 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 ਤੇ ਖੜਗੇ ਇਹ ਆ ਸਰ ਤੇ ਮੈਂ ਤਾਂ ਇਹ ਕਹੂੰਗੀ ਜਿੱਦਾਂ ਹੁੰ ਦੇਖੋ ਰੱਬ ਕਿਸੇ ਨੇ ਦੇਖਿਆ ਕਿਸੇ ਨੇ ਨਹੀਂ ਦੇਖਿਆ ਇੱਕ ਇੱਕ ਹੀ ਰੱਬ ਰਹਿ ਗਿਆ ਬਸ ਇਸ ਦੁਨੀਆ ਚ ਉਹ ਅਨ ਦੇਵਤਾ ਸਾਡਾ ਬਿਲਕੁਲ ਉਹਨੂੰ ਨਿਰਾਸ਼ ਕਰਕੇ ਕਿੱਥੇ ਜਾਣਾ ਕਿੱਥੇ ਜਾਣਾ ਸੀ ਮੈਂ ਇਹੀ ਕਹਿ ਰਿਹਾ ਕਿ ਤੁਸੀਂ ਬਿੱਲ ਬਿੱਲ ਤੇ ਬਿੱਲਾਂ ਦੀ ਖਾਦੀ ਖੜੀ ਬਿੱਲ ਰਹਿ ਗਏ ਇੱਕ ਪਾਸੇ ਸਰਕਾਰਾਂ ਰਹਿ ਗਈ ਇੱਕ ਪਾਸੇ ਯਾਰ ਤੁਸੀਂ ਐਜ਼ ਅ ਹਿਊਮਨ ਬੀਇੰਗ ਸੋਚੋ ਕਿ ਤੁਸੀਂ ਕਿਸੇ ਨੂੰ ਦੇਖ ਸਕਦੇ ਹੋ ਠੰਡ ਦੇ ਵਿੱਚ ਰਾਤਾਂ گزار ਰਿਹਾ ਇੱਕ ਮਜਲੂਮ ਬੰਦਾ ਹੈ ਚਾਹੇ ਚਾਹੇ ਫੈਸਿਲਿਟੀ ਹਰ ਕੋਈ ਉੱਥੇ ਹੈ ਪਰ ਕਿਸੇ ਸੜਕਾਂ ਤੇ ਰੋਲ ਦਾ ਛੱਡ ਦੇਣਗੇ ਅੰਦਰ ਤਨ ਨੂੰ ਇਦਾਂ ਤੇ ਨਹੀਂ ਨਾ ਹੋਣਾ ਚਾਹੀਦਾ ਇੰਨੀ ਠੰਡ ਆਉਂ ਅਗਰ ਬਾਹਰ ਸੋਦੇ ਪਏ ਠੀਕ ਹੈ ਕਿੰਨੀ ਦੂਰ ਹੈ ਆਪਣਾ ਜਿਹੜਾ ਤੁਸੀਂ ਇੱਥੋਂ ਹੀ ਅਗਰ ਦੇਖ ਲਓ ਇਹਨਾਂ ਦੇ ਜਿਹੜੇ ਵੀਆਈਪੀ ਏਰੀਆਜ਼ ਹੈਗੇ ਆ ਜਿਹੜਾ ਰਾਸ਼ਟਰਪਤੀ ਭਵਨ ਹੈਗਾ ਜਾਂ ਪ੍ਰਾਈਮ ਮਿਨਿਸਟਰਸ ਆਫਿਸ ਹੈ ਜਾਂ ਆਪਣਾ ਪ੍ਰਾਈਮ ਮਿਨਿਸਟਰਸ ਹਾਊਸ ਹੋਮ ਤੇ ਕਿੰਨੀ ਦੂਰ ਹੈਗਾ ਠੀਕ ਹੈ ਸਾਡੇ ਪ੍ਰਾਈਮ ਮਿਨਿਸਟਰ ਕੀ ਕਰਦੇ ਆ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਮਿਲਦੇ ਆ ਕੱਚ ਦੇ ਕਿਸਾਨਾਂ ਨੂੰ ਮਿਲਦੇ ਆ ਵੀ ਜਿਹੜਾ ਕਿਸਾਨ ਤੁਹਾਡੇ ਦਰ ਤੇ ਆ ਕੇ ਇੱਥੇ ਭੁੱਖਾ ਭੁੱਖਾ ਤਾਂ ਨਹੀਂ ਚਲੋ ਜਿਹੜਾ ਉਹ ਬੈਠਾ ਹੋਇਆ ਉੱਥੇ ਜਿਹੜਾ ਰਾਤ ਦੀਆਂ ਠੰਡਾਂ ਨੂੰ ਸਹਿੰਦਾ ਪਿਆ ਆ ਤੁਸੀਂ ਉਹਨਾਂ ਨਾਲ ਗੱਲ ਨਹੀਂ ਕਰਦੇ ਭਜਾਗੇ ਤੁਸੀਂ ਗੱਲ ਤਾਂ ਕਰੋ ਕਿਸਾਨ ਨਾਲ ਠੀਕ ਹੈ ਉਹਨੇ ਕਹਿੰਦੇ ਕਿ ਕਿਸਾਨ ਆ ਕੇ ਸਾਡਾ ਗੱਲ ਕਰਣਾ ਅਮਿਸ਼ਾ ਜੀ ਨੇ ਆਏ ਜੀ ਅਮਿਸ਼ਾ ਜੀ ਆ ਕੇ ਗੱਲ ਕਰ ਰਹੇ ਆ ਠੀਕ ਹੈ ਅਮਿਸ਼ਾ ਜੀ ਨੇ ਗੱਲ ਕੀਤੀ ਆ ਕੀ ਕੀ ਗੱਲ ਕੀਤੀ ਆ ਯਾ ਤਾਂ ਉਹਰੇ ਵੀ ਸਿਰੇ ਨਹੀਂ ਚੜ ਰਹੇ ਤੇ ਇੱਕ ਭਾਜੀ ਇੱਧਰ ਜਦੋਂ ਲੱਗਦਾ ਉੱਥੇ ਜਾ ਕੇ ਜਦੋਂ ਆਪਾਂ ਖੜੇ ਹੁੰਨੇ ਆ ਕਿ ਸਰਕਾਰਾਂ ਨੂੰ ਦੋਸ਼ ਤੇ ਮਤਲਬ ਦੇਣਾ ਹੀ ਆ ਕਿਉਂਕਿ ਜੇ ਗਲਤ ਲੋਅ ਤੇ ਦੋਸ਼ ਤੇ ਦੇਣਾ ਬਣਦਾ ਸਾਰਿਆਂ ਦਾ ਜਦੋਂ ਅਸੀਂ ਉਹ ਟਰਾਲੀਆਂ 'ਚ ਘੁੰਮਦੇ ਆ ਜਾ ਕੇ ਮਿਲਦੇ ਆ ਉਹ ਟੈਂਟਾਂ 'ਚ ਜਾ ਕੇ ਬਹਿਨੇ ਆ ਮੈਂ ਖੁਦ ਜਦੋਂ ਸਵੇਰ ਦਾ ਬ੍ਰੇਕਫਾਸਟ ਕੀਤਾ ਤਾਂ ਮੈਨੂੰ ਪਰੌਂਠੇ ਮਿਲੇ ਮੈਂ ਕਿਹਾ ਇਹ ਤਾਂ ਘਰੀ ਹੋ ਗਿਆ ਮੇਰਾ ਮੈਨੂੰ ਜੇ ਇੱਥੇ ਪਰੌਂਠੇ ਮਿਲ ਰਿਹਾ ਰਾਤ ਨੂੰ ਦੁੱਧ ਮਿਲ ਰਿਹਾ ਤੇ ਦੁੱਧ ਵੀ ਇਹ ਸੁੱਕਾ ਦੁੱਧ ਨਹੀਂ ਨਾਲ ਬਿਸਕੁਟ ਖਾਣ ਨੂੰ ਵੀ ਮਿਲ ਰਹੇ ਵੇ ਤੁਹਾਨੂੰ ਇਦਾਂ ਨਹੀਂ ਲੱਗਾ ਕਿ ਜੇ ਥੋੜੇ ਦਿਨ ਹੋ ਤੇ ਜਿਹੜੀਆਂ ਟਰਾਲੀਆਂ ਜਾਂ ਟੈਂਟ ਨੇ ਉਹ ਫਲੈਟ ਬਣ ਜਾਣੇ ਤੇ ਉਹ ਨੰਬਰ ਆ ਜਾਣੇ ਇਹਨਾਂ ਨੰਬਰ ਟਰਾਲੀ ਇਹਨਾਂ ਦਾ ਨੰਬਰ ਫਲੈਟ ਲੱਗਦਾ ਹੈ ਤਾਂ ਜਿਸ ਹਿਸਾਬ ਨਾਲ ਉਹ ਟਰਾਲੀਆਂ ਖੜੀਆਂ ਹੋਈਆਂ ਜੋ ਅੱਛਾ ਉੱਥੇ ਨਾ ਬਹੁਤ ਹੈ ਇੱਕ ਵੈਲ ਆਰਗੇਨਾਈਜ਼ ਸਿਸਟਮ ਚੱਲਦਾ ਹੋਇਆ ਉੱਥੇ ਬਹੁਤ ਵੈਲ ਆਰਗੇਨਾਈਜ਼ਡ ਹੈਗਾ ਕਿ ਵੀ ਇਹ ਏ ਟ੍ਰਾਲੀ ਨੇ ਲੰਗਰ ਲਾਇਆ ਹੋਇਆ ਹੈ ਇਹ ਵਾਲੀ ਟ੍ਰਾਲੀ ਤੇ ਲੰਗਰ ਹੈ ਵਾਲਾ ਲੱਗਾ ਹੈ ਇਹ ਟ੍ਰਾਲੀ ਤੇ ਹੁਣ ਮੈਂ ਪਿੱਛੇ ਜੇ ਵੀ ਦੇਖਿਆ ਹੁਣ ਉੱਥੇ ਦਾ ਆਪਣਾ ਇੱਕ ਅਖਬਾਰ ਸ਼ੁਰੂ ਹੋ ਗਿਆ ਹੈ ਹਾਂ ਟਰਾਲੀ ਟਾਈਮਸ ਟਰਾਲੀ ਟਾਈਮਸ ਟਰਾਲੀ ਟਾਈਮਸ ਸਿੱਤੇ ਸ਼ੁਰੂ ਹੋ ਗਿਆ ਹੈ ਆਪਣਾ ਸੋਸ਼ਲ ਮੀਡੀ ਠੀਕ ਹੈ ਇੱਕ ਤਰ੍ਹਾਂ ਦੇਖਿਆ ਜਬੀ ਆਜ਼ਾਦੀ ਦੇ ਟਾਈਮ ਦੇ ਗੱਲਾਂ ਸੀ ਉਸ ਵੇਲੇ ਵੀ ਇਦਾਂ ਅਖਬਾਰ ਨਿਕਲਨੇ ਸ਼ੁਰੂ ਹੋ ਗਏ ਸੀਗੇ ਹਾਂ ਉਹ ਵਾਪਸ ਆ ਗਿਆ ਦੇਖੋ ਆਜ਼ਾਦੀ ਦੇ ਟਾਈਮ ਦੇ ਵਿੱਚ ਵੀ ਰੈਵੋਲੂਸ਼ਨ ਸਟਾਰਟਸ ਫਰੋਮ ਪੰਜਾਬ ਤੋਂ ਸ਼ੁਰੂ ਹੋਇਆ ਫਿਰ ਬੰਗਾਲ ਤੋਂ ਸ਼ੁਰੂ ਹੋਇਆ ਤੇ ਇਦਾਂ ਅੰਗਰੇਜ਼ਾਂ ਨੂੰ ਗ੍ਰਿਪ ਕੀਤਾ ਉਸ ਤੋਂ ਅੰਗਰੇਜ਼ਾਂ ਨੂੰ ਛੱਡਣਾ ਪਿਆ ਠੀਕ ਹੈ ਉਦੋਂ ਵੀ ਪੰਜਾਬ ਹੀ ਪੰਜਾਬ ਤੋਂ ਹੀ ਰੈਵੋਲੂਸ਼ਨ ਸਟਾਰਟ ਹੋਇਆ ਸੀ ਠੀਕ ਹੈ ਉਹਨੇ ਕਹਿੰਦੇ ਪੰਜਾਬ ਖੜ ਗਿਆ ਪੰਜਾਬ ਦੁਆਰਾ ਖੜ ਗਿਆ ਦਾ ਮਤਲਬ ਖੜਨਾ ਹੀ ਆਬਵੀਅਸਲੀ ਅਗਰ ਤੁਸੀਂ ਗਲਤ ਕਰੋਗੇ ਤਾਂ ਹਰ ਗਲਤ ਦੇ ਖਿਲਾਫ ਪੰਜਾਬੀਆਂ ਨੇ ਖੜਨਾ ਹੀ ਖੜਨਾ ਹੈ ਭਾਵੇਂ ਉਹ ਕਿਸੇ ਦੀ ਵੀ ਸਰਕਾਰ ਆ ਪਾਵੇਂ ਕਾਂਗਰਸ ਦੀ ਹੋਵੇ ਭਾਵੇਂ ਭਾਜਪਾ ਦੀ ਹੋਵੇ ਜਿਹੜੇ ਦਾ ਮਤਲਬ ਨਹੀਂ ਹੈ ਜਿਹਦਾ ਵੀ ਐਕਸ ਵਾਈ ਜ਼ेड ਹੋਵੇ ਅਗਰ ਤੁਸੀਂ ਗਲਤ ਕਰਦੇ ਪਏ ਤਾਂ ਖੜਨਾ ਹੀ ਖੜਨਾ ਤਾਂ ਕਿਹਲਾ ਸਟੋਰ ਚੋਹ ਜੇ ਕਹਿੰਦੇ ਨਾ ਇੱਕ ਵਾਰੀ ਬੰਦੇ ਦਾ ਭਰੋਸਾ ਟੁੱਟ ਜੇ ਉਹ ਦੁਬਾਰਾ ਨਹੀਂ ਬਣਦਾ ਨਹੀਂ ਬਣਦਾ ਹੈਗਾ ਉਹੋ ਸਹੀ ਨਾ ਹੁਣ ਚਾਹੇ ਸਰਕਾਰ ਲੱਖ ਚੰਗੀ ਬਣ ਜੇ ਹੁਣ ਸਾਰੇ ਦਿਮਾਗ ਚ ਬਹਿ ਗਿਆ ਇਹ ਪੰਗਾ ਕਰਦੇ ਆ ਤੇ ਇਹ ਉਹਨਾਂ ਨੇ ਪੰਗਾ ਹੀ ਕਰਨਾ ਬਾਅਦ ਚ ਵੋਟ ਪਾ ਕੇ ਤਾਂ ਆਪਾਂ ਗਲਤੀ ਕੀਤੀ ਹੁਣ ਸਾਰੇ ਦਿਮਾਗ ਚ ਇਹ ਕਹਿੰਦੇ ਟੁਕੜੇ ਟੁਕੜੇ ਗਿਆ ਹੈਗੇ ਆ ਇਹ ਚਾਹੁੰਦੇ ਆ ਟੁਕੜੇ ਹੋ ਜਾਣ ਪੰਜਾਬ ਨੂੰ ਵੱਖ ਕਰਨਾ ਚਾਹੁੰਦੇ ਆ ਯਾਰ ਕੌਣ ਕਰਨਾ ਵੱਖ ਵੱਖ ਕਰਨਾ ਚਾਹੁੰਦਾ ਆ ਜਿਹੜਾ ਸਾਰੇ ਹਿੰਦੁਸਤਾਨ ਦਾ ਢਿੱਡ ਭਰਦਾ ਆ ਉਹ ਉਹ ਵੱਖ ਕਰਨਾ ਚਾਹੁੰਦਾ ਆ ਸਿਰਫ ਪੰਜਾਬ ਦਾ ਕਿਸਾਨ ਨਹੀਂ ਹੈਗਾ ਉੱਥੇ ਇਹ ਇਹ ਬਹੁਤ ਜ਼ਰੂਰੀ ਮੈਂ ਗੱਲ ਹਾਈਲਾਈਟ ਕਰਨਾ ਚਾਹੁੰਗਾ ਉੱਥੇ ਪੰਜਾਬ ਦਾ ਕਿਸਾਨ ਨਹੀਂ ਹੈਗਾ ਉੱਥੇ ਸਾਰੇ ਧਰਮ ਜਾਤੀ ethnicities ਹਰ ਤਰ੍ਹਾਂ ਦੇ ਲੋਕ ਹੈਗੇ ਆ ਉੱਥੇ ਪੰਜਾਬੀ ਸਿੱਖ ਹੈਗੇ ਹਿੰਦੂ ਹੈਗੇ ਮੁਸਲਮਾਨ ਹੈਗੇ 크ਰਿਸਚੀਅਨਸ ਹੈਗੇ ਆ ਠੀਕ ਹੈ ਇਵਨ ਜੈਨੀ ਹੈਗੇ ਆ ਬੁੱਧ ਵੀ ਹੈਗੇ ਆ ਹਾਂ ਖੁਦ ਮਿਲਿਆ ਜਾ ਕੇ ਉਹਨਾਂ ਨੂੰ ਕਈਆਂ ਨੂੰ ਤੇ ਬੈਠੇ ਸੀਗੇ ਖਾਲਸਾ ਈਡ ਦੇ ਅੰਦਰ ਜਦੋਂ ਤੇ ਉੱਤੇ ਨਾ ਉਹਨਾਂ ਨੇ ਮਸ਼ੀਨ ਲਗਾਈ ਹੋਈ ਮ사ਜ ਵਾਸਤੇ ਤੇ ਉੱਥੇ ਬੈਠੇ ਹੋਏ ਆ ਸਰਦਾਰ ਵੀ ਬੈਠੇ ਹੋਏ ਆ ਮੁਸਲਮਾਨ ਵੀ ਬੈਠੇ ਹੋਏ ਆ ਹਿੰਦੂ ਵੀ ਬੈਠੇ ਹੋਇਆ ਸਾਰੇ ਮ사ਜ ਕਰਵਾ ਰਹੇ ਨੇ। ਇਹਦੇ ਤੋਂ ਹੈ ਕੋਈ ਵੈਰ ਵਿਰੋਧ। ਕੀ ਗੱਲਾਂ ਕਰੀ ਜਾਂਦੇ ਕਿਹੜੀ ਗੱਲਾਂ ਸੁਣਾਉਂਦੇ ਸਾਨੂੰ? ਇਹ ਧਰਮ ਵਾਲੀ ਜਿਹੜੀ ਲੜਾਈਆਂ ਪਾਉਂਦੀ ਹੈ ਵੀ ਸਰਕਾਰ ਆ। ਹਾਂ ਨਹੀਂ ਪਾ ਸਕਦੇ ਨਾ। ਇਹ ਮੇਰੀ ਗੱਲ ਸੁਣੋ। ਦੇਖੋ ਸ਼ਾਹੀਨ ਬਾਗ ਦੇ ਕੇਸ ਤੇ ਵਿੱਚ ਕੀ ਹੋਇਆ ਸੀਗਾ ਜਦੋਂ ਤੇ ਉਸ ਵੇਲੇ ਸੀਗੇ ਮੁਸਲਮਾਨ ਕਮਿਊਨਿਟੀ ਉੱਥੇ ਜ਼ਿਆਦਾ ਬੈਠੀ ਹੋਈ ਸੀ। ਤੇ ਉਹਨਾਂ ਨੇ ਕਹਤਾ ਵੀ ਮੁਸਲਮਾਨ ਕਮਿਊਨਿਟੀ ਬੈਗੀ ਆ ਜੀ। ਹਿੰਦੂ ਕਮਿਊਨਿਟੀ ਦਾ ਹੈ ਨਹੀਂ ਇੱਥੇ ਕੋਈ ਵੀ। ਹਾਂ ਹਾਂ ਹਾਂ। ਠੀਕ ਐ। ਤੇ ਉਸ ਵੇਲੇ ਵੀ ਉਸ ਵੇਲੇ ਚਲੋ ਇਹਨਾਂ ਕੋ ਸਿਗਾ ਕਿ ਹਿੰਦੂ ਮੁਸਲਮਾਨ ਦਾ ਇੱਕ ਮਸਲਾ ਸੀਗਾ ਇੱਥੇ ਤਾਂ ਹਿੰਦੂ ਵੀ ਹੈਗੇ ਆ ਇੱਥੇ ਮੁਸਲਮਾਨ ਵੀ ਹੈਗੇ ਆ ਤੇ ਸਿੱਖ ਵੀ ਹੈਗੇ ਆ 크ਰਿਸਚਨ ਵੀ ਹੈਗੇ ਤੇ ਕਿਹਦੇ ਖਿਲਾਫ ਬੋਲੋਗੇ ਅੱਛਾ ਲਗਾਤਾਰ ਸਰਕਾਰ ਜੋ ਜੋ ਇਲਜ਼ਾਮ ਲਾਉਂਦੇਗੀ ਨਾ ਸਾਰੇ ਫੇਲ ਹੁੰਦੇਗੇ ਅੱਛਾ ਮੈਂ ਉਹ ਉਦੋਂ ਮੈਂ ਥੋੜਾ ਜਿਹਾ ਚਲਾ ਗਿਆ ਸੀਗਾ ਮੈਂ ਤੇ ਥੋੜੀ ਬਾਅਦ ਚ ਪਿਕਚਰਸ ਦੇਖਿਆ ਤੁਸੀਂ ਖਾਲਸਾ ਐਡ ਦੇ ਵਿੱਚ ਸੇਵਾ ਵੀ ਉੱਥੇ ਕਰ ਰਹੀ ਸੀ ਕਿਹੜੀ ਕਿਹੜੀ ਆਰਗੇਨਾਈਜੇਸ਼ਨ ਤੁਹਾਨੂੰ ਉੱਥੇ ਦੇਖਣ ਨੂੰ ਮਿਲੀਆਂ ਜਿਹੜੀਆਂ ਸਾਨੂੰ ਖਾਲਸਾ ਐਡ ਜੋ ਮੈਂ ਦੇਖਿਆ ਆਪਣੇ ਅੱਖੀ ਯੂਨਾਈਟਿਡ ਸਿਕਸ ਦੇਖੇ ਐਂਡ ਹੋਰ ਵੀ ਬਥੇਰੀਆਂ ਆਰਗੇਨਾਈਜੇਸ਼ਨ ਜਿਹੜੇ ਛੋਟੇ ਛੋਟੇ ਜਿਹੜੇ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਸੀਗੀਆਂ ਕਾਫੀ ਸੀਗੀਆਂ ਜਿਹੜੀਆਂ ਉੱਥੇ ਵਰਤਾ ਰੀਆਂ ਸੀਗੀਆਂ ਜਿਹੜੇ ਲੋੜਵੰਦਾਂ ਨੂੰ ਚੀਜ਼ਾਂ ਦੇ ਰੀਆਂ ਅੱਛਾ ਐਸੈਂਸ਼ੀਅਲ ਪ੍ਰੋਡਕਟ ਦੀ ਬਹੁਤ ਜ਼ਿਆਦਾ ਲੋੜ ਸੀ ਉੱਥੇ ਜੋ ਮੈਂ ਦੇਖਿਆ ਹੁੰਦਾ ਐਸੈਂਸ਼ੀਅਲ ਪ੍ਰੋਡਕਟਸ ਬਹੁਤ ਜ਼ਿਆਦਾ ਵਗਰਮ ਚੀਜ਼ਾਂ ਹੋ ਗਈਆਂ ਛੋਟੇ ਛੋਟੇ ਚੀਜ਼ਾਂ ਆ ਆਪਾਂ ਟੂਥਪੇਸਟ ਹੋ ਗਿਆ ਟੂਥਪੇਸਟ ਹੋ ਗਿਆ ਬਰਸ਼ ਹੋ ਗਿਆ ਸੋਪ ਹੋ ਗਏ ਹਨਾ ਇਹ ਚੀਜ਼ਾਂ ਵਰਤਾ ਰੇ ਉੱਥੇ ਮਤਲਬ ਸਾਰਾ ਕੁਝ ਹੈ ਉੱਥੇ ਜੇ ਉੱਥੇ ਰਹਿਣਾ ਪਵੇ ਤਾਂ ਰਹਿ ਇਰ ਬਾਅਦ ਓਥੇ ਮਸ਼ੀਨਾਂ ਲੱਗੀਆਂ ਹੋਈਆਂ ਸੀ ਕੱਪੜੇ ਧੋ ਕੇ ਉਹ ਦਿੰਦੇ ਰੋਟੀਆਂ ਪਕਾਣ ਵਾਲੀ ਮਸ਼ੀਨ ਵੀ ਲੱਗ ਗਈ ਉਹ ਵੀ ਕੱਪੜੇ ਕੱਪੜੇ ਧੋਣ ਵਾਲੀ ਮਸ਼ੀਨ ਲੱਗ ਗਈ ਰੋਟੀ ਬਣਾਉਣ ਵਾਲੀ ਲੱਗ ਗਈ ਮੈਡੀਸਨ ਉੱਥੇ ਅਵੇਲੇਬਲ ਹੈ ਯਾਰ ਉਹ ਇੱਕ ਆਪਣੇ ਆਪ ਦੇ ਵਿੱਚ ਨਾ ਇੱਕ ਚੱਲਦਾ ਫਿਰਦਾ ਸ਼ਹਿਰ ਬਣ ਚੁੱਕਾ ਹੈ ਹਾਂ ਜੇ ਮੈਂ ਉਹਨੂੰ ਕਵਾਂਗੇ ਕਿ ਆਪਾਂ ਸਿੰਗੂ ਸਿਟੀ ਜਾਂ ਕੁੰਡਲੀ ਸਿਟੀ ਦਾ ਗਲਤ ਨਹੀਂ ਹੋਣਾ ਨਹੀਂ ਗਲਤ ਨਹੀਂ ਹੋਊਗਾ ਬਿਲਕੁਲ ਗਲਤ ਨਹੀਂ ਹੋਊਗਾ ਉਹ ਆਪਣੇ ਆਪ ਦੇ ਵਿੱਚ ਤੁਸੀਂ ਦੇਖੋਗੇ ਨਾ ਉੱਥੇ ਟਰਾਲੀਆਂ ਤੁਹਾਨੂੰ ਇਦਾਂ ਲੇਅ ਰੱਖਣਗੀਆਂ ਜਿੱਦਾਂ ਕੋਈ ਜਿੱਦਾਂ ਦੀ ਕਹਿੰਦੇ ਫਲੈਟ ਦਾ ਘਰ ਰੱਖਦੇ ਆ ਇ ਕੋਛ ਟਾਈਮ ਬਾਅਦ ਬਦਲ ਜਾਣਾ ਇੱਕ ਸਾਡਾ ਮੋਰਚਾ ਦਾ ਇਹ 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 ਉੱਥੇ ਜੋ ਜੋ ਜਿੱਦ ਦਾ ਔਰਾ ਉੱਥੇ ਹੈਗਾ ਹੀ ਨਾ ਉਹ ਇੱਕ ਕਹਿ ਲਓ ਹਿਸਟਰੀ ਲਿਖ ਹੋ ਰਹੀ ਹੈ ਅੱਛਾ ਮੈਂ ਗੱਲ ਕਰਦਾ ਐਨੀ ਵਾਰੀ ਦਿੱਲੀ ਗਏ ਆਏ ਗਏ ਕਦੀ ਇਹ ਧਿਆਨ ਨਹੀਂ ਦਿੱਤਾ ਅੱਧਾ ਦੀ ਸਿੰਘੂ ਬਾਰਡਰ ਜਾਂ ਕੁੰਡਲੀ ਬਾਰਡਰ ਨਾਮ ਦੀ ਇੱਕ ਚੀਜ਼ ਹੋ ਗਈ ਇਸ ਅੰਦੋਲਨ ਤੋਂ ਬਾਅਦ ਪਤਾ ਲੱਗਾ ਯਾਰ ਇੱਦਾਂ ਦੀ ਬਾਰਡਰਾਂ ਵੀ ਹੈਗੀਆਂ ਹੈਨਾ ਟਿਕਰੀ ਬਾਰਡਰ ਹੋ ਗਿਆ ਟਿਕਰੀ ਬਾਰਡਰ ਹੋ ਗਿਆ ਨਾਮ ਸਾਹਮਣੇ ਆਪਾਂ ਨਹੀਂ ਜਿਹੜੇ ਆਪਾਂ ਹੈਗੇ ਆ ਪੰਜਾਬ ਦਿੱਲੀ ਤੋਂ ਦੂਰ ਰਹਿੰਦੇ ਵਾ ਯਾਰ ਇੱਕ ਮੇਰੀ ਗੱਲ ਸੁਣੋ ਐਸਾ ਕਿਸਾਨ ਉੱਥੇ ਬੈਠਾ ਹੋਇਆ ਜਿਨ੍ਹਾਂ ਨੇ ਅਜੇ ਤੱਕ ਆਪਣੇ ਸਟੇਟ ਦਾ ਮੇਜਰ ਸਿਟੀ ਵੀ ਨਹੀਂ ਦੇਖਿਆ ਬਿਲਕੁਲ ਬਿਲਕੁਲ ਠੀਕ ਆ ਉਹ ਦਿੱਲੀ ਤੁਹਾਡੀ ਨੈਸ਼ਨਲ ਕੈਪੀਟਲ ਤੇ ਆ ਕੇ ਬੈਠਾ ਹੋਇਆ ਕੋਈ ਉਹਨੂੰ ਦਰਦ ਹੈਗਾ ਤਾਂ ਹੀ ਉਹ ਬੈਠਾ ਹਾਂ ਦੂਜੀ ਗੱਲ ਇਹ ਵੀ ਆਉਂਦੀ ਹੈ ਕਿ ਪੰਜਾਬ ਦੇ ਇੱਕ ਰੀਅਲ ਹੀਰੋ ਮੈਂ ਉੱਥੇ ਕਿਸੇ ਕਿਸੇ ਕਿਸਾਨ ਨਾਲ ਮਿਲਿਆ ਉਹਦੀ ਜੈਕਟ ਦੇ ਪਿੱਛੇ ਲਿਖਿਆ ਸੀਗਾ ਰੀਅਲ ਹੀਰੋ ਮੈਂ ਉਹਦੀ ਫੋਟੋ ਵੀ ਖਿੱਚੀ ਤੇ ਕਿ ਨਾ ਰੀਅਲ ਹੀਰੋ ਇਹ ਨੇ ਕਿਉਂਕਿ ਐਸ ਵੇਲੇ ਜਿਹੜੇ ਲੋਕ ਜਿਨ੍ਹਾਂ ਨੂੰ ਅਸਲੀ ਆਪਾ ਹੀਰੋ ਮੰਨਦੇ ਸੀਗੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆ ਕੇ ਨਾਲ ਪੰਜਾਬੀਆਂ ਵਾਂਗੂ ਕਹਿ ਲਿਏ ਪੱਗਾ ਬਣ ਕੇ ਖੇਤਾਂ ਦੇ ਵਿੱਚ ਗਾਣੇ ਗਾਏ ਫਿਲਮਾਂ ਬਣਾਈਆਂ ਉਹ ਅੱਜ ਨਾਲ ਨਹੀਂ ਖੜੇ ਤੇ ਕਿਸਾਨ ਨੂੰ ਇਕੱਲੇ ਖੜਾ ਹੋਣਾ ਪੈ ਰਿਹਾ ਹਾਂ ਜਿਹੜੇ ਜਿਹੜੇ ਸਿੰਗਰ ਸਪੋਰਟ ਚ ਆ ਗਏ ਠੀਕ ਆ ਉਹ ਨਗਰ ਕਲਾਕਾਰਾਂ ਵੱਲੋਂ ਵੀ ਸਪੋਰਟ ਹੈ ਪੂਰੀ ਉੱਥੇ ਕਲਾਕਾਰਾਂ ਵੱਲੋਂ ਸਪੋਰਟ ਪੂਰੀ ਹੈ ਉਹ ਰੋਜ਼ ਕੋਈ ਨਾ ਕੋਈ ਆਦਾ ਮੈਂ ਦੱਸਦਾ ਉਹ ਵਾਲੇ ਕਲਾਕਾਰਾਂ ਵੱਲੋਂ ਸਪੋਰਟ ਪੂਰੀ ਹੈ ਜਿਨ੍ਹਾਂ ਦਾ ਜਿਹੜਾ ਬੈਕਗ੍ਰਾਉਂਡ ਆ ਕਿਸਾਨੀ ਨਾਲ ਕਿਸਾਨੀ ਨਾਲ ਠੀਕ ਹੈ ਦਿਲਜੀਤ ਦਸਾਂਜ ਆਪਣੇ ਇੱਥੇ ਦਸਾਂਜ ਕਲਾ ਦੇ ਹੈਗੇ ਉਹ ਠੀਕ ਹੈ ਨਾ ਅਮੀ ਵਰਕ ਠੀਕ ਹੈ ਰਜੀਤ 바ਵਾ ਕਿਸਾਨੀ ਤੋਂ ਅਮੀ ਵਰਕ ਕਿਸਾਨੀ ਤੋਂ ਸਿੱਧੂ ਮੂਸੇਵਾਲਾ ਕਿਸਾਨੀ ਤੋਂ ਠੀਕ ਹੈ ਆਰਨੇਟ ਵੀ ਕਿਸਾਨੀ ਤੋਂ ਠੀਕ ਹੈ ਕਰਨ ਔਜਲਾ ਕਿਸਾਨੀ ਤੋਂ ਪਿੱਛੋਂ ਦੀ ਉਹ ਵੀ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਕਿਸਾਨੀ ਨਾਲ ਜੁੜੇ ਸੀ ਕਿੱਤਾ ਜੱਟ ਨੇ ਕਿਸਾਨੀ ਕਰਦੇ ਸੀਗੇ ਕਿਉਂਕਿ ਇੱਕ ਜੱਟ ਦੀ ਵੀ ਬੜੀ ਧਾਰਨਾ ਕਿ ਜੱਟ ਸ਼ਾਇਦ ਕੋਈ ਪਾਰਟਿਕੂਲਰ ਕਮਿਊਨਿਟੀ ਹੈ ਜਿਹਨੂੰ ਖੇਤੀ ਕਰਦਾ ਸੀ ਉਹਨੂੰ ਜੱਟ ਕਿਹਾ ਦਿੱਤਾ ਜਾਂਦਾ ਸੀਗਾ ਉਹ ਫਿਰ ਭਾਵੇਂ ਕਿਸੇ ਵੀ ਕਮਿਊਨਿਟੀ ਦਾ ਹੁੰਦਾ ਤਾਂ ਮਤਲਬ ਕੱਲੇ ਇੱਕ ਕਿਸਾਨ ਪਹਿਲੇ ਗਏ ਪਰ ਹੁਣ ਸਾਰਾ ਦੇਸ਼ ਇਕੱਠਾ ਹੋਇਆ ਫਿਰਦਾ ਉੱਥੇ ਉੱਥੇ ਦੇਸ਼ ਇਕੱਠਾ ਹੋਇਆ ਪਿਆ ਪੂਰਾ ਕੋਈ ਇਹ ਨਹੀਂ ਹੈ ਉੱਥੇ ਕੁਝ ਵੀ ਨਹੀਂ ਹੈ ਦਾਦਾ ਕੀ ਵੀ ਪਰਟੀਕੂਲਰ ਇਹੀ ਜੇ ਇਹੀ ਬੰਦੇ ਆਏ ਹੋਏ ਆ ਜਾਂ ਪਰਟੀਕੂਲਰ ਕਿਸਾਨ ਨਹੀਂ ਹੈਗੇ ਉਹਨਾਂ ਦੇ ਸਪੋਰਟ ਦੇ ਵਿੱਚ ਜਿੰਨੇ ਲੋਕ ਕੀ ਆ ਉਹ ਵੀ ਹੈਗੇ ਆ ਉੱਥੇ ਹਾਂ ਹਾਂ ਸਿਰਫ ਹਾਂ ਇਹ ਆ ਉੱਥੇ ਸਿਰਫ ਕਿਸਾਨ ਨਹੀਂ ਹੈਗੇ ਉਹਨਾਂ ਲਈ ਉਹਨਾਂ ਨੂੰ ਬੈਕ ਕਰਨ ਲਈ ਸਪੋਰਟ ਕਰਨ ਲਈ ਉੱਥੇ ਬਿਜ਼ਨਸਮੈਨ ਵੀ ਹੈਗੇ ਆ ਹਾਂ ਠੀਕ ਹੈ ਉੱਥੇ ਛੋਟੇ ਸ਼ਾਪਕੀਪਰ ਵੀ ਹੈਗੇ ਆ ਠੀਕ ਹੈ ਕਿਸਾਨ ਤਾਂ ਚਲੋ ਉੱਥੇ ਹੈ ਹੀ ਆ ਠੀਕ ਹੈ ਪਰ ਉਹਨਾਂ ਨੂੰ ਬੈਕ ਕਰਨ ਲਈ ਸਾਰੀ ਕਮਿਊਨਿਟੀ ਉੱਥੇ ਪੰਜਾਬੀ ਦੀ ਗੱਲ ਇੱਕ ਬੰਦਾ ਗਲਤ ਹੋ ਜਾਊ 2 ਹੋ ਜਾਊ 30 ਲੱਖ ਬੰਦਾ ਥੋੜੀ ਗਲਤ ਹੋ ਜਾਊਗਾ ਕੋਈ ਗੱਲ ਕਰਕੇ ਬੈਠਾ ਹੈ ਤਾਂ ਗੱਲ ਸੁਣਨੀ ਚਾਹੀਦੀ ਹੈ ਤੇ ਹਰਜ ਵੀ ਕੋਈ ਨਹੀਂ ਜੀ ਜੇ ਕਿਸੇ ਨੂੰ ਕੋਈ ਚੀਜ਼ ਦਾ ਨੁਕਸਾਨ ਹੋ ਰਿਹਾ ਹੈ ਜਿਹੜੇ ਦੇਸ਼ ਵਾਸੀਆਂ ਨੇ ਤੁਹਾਨੂੰ ਬਣਾਇਆ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਸਰਕਾਰਾਂ ਭੁੱਲ ਜਾਂਦੀਆਂ ਹੈ ਲਾਭ ਹੀ ਸਕਦੇ ਮੈਨੂੰ ਉਹੀ ਤਾਂ ਮੈਂ ਕਹਿ ਰਿਹਾ ਇੱਕ ਵਾਰੀ ਟਰਸਟ ਜੇ ਟੁੱਟ ਗਿਆ ਨਾ ਮੇਰੇ ਖਿਆਲ ਨਾਲ ਇਹ ਲਾ ਹੋਣਾ ਚਾਹੀਦਾ ਇਦਾਂ ਦਾ ਕੇ ਸਰਕਾਰ ਨੂੰ ਲੈ ਵ ਜਾਵੇ ਹਾਂ ਡੈਮੋਕਰੈtic ਲਾਅ ਹੋਣਾ ਚਾਹੀਦਾ ਆ ਡੈਮੋਕਰੈtic ਅਗਰ ਦੇਖੋ ਸਾਡੀ ਡੈਮੋਕਰੇਸੀ ਦਾ ਡੈਮੋਕਰੇਸੀ ਦਾ ਇੱਕ ਡੈਮੋਕਰੈtic ਕੰਟਰੀ ਹੋਣ ਦੇ ਬਾਵਜੂਦ ਮਤਲਬ ਇੱਕ ਹੋਣ ਦੇ ਨਾਲ ਸਾਡੇ ਕੋਲ ਇੱਕ ਰਾਈਟ ਹੈਗਾ ਆ ਠੀਕ ਹੈ ਲਾਅ ਜਦੋਂ ਬਣਾਇਆ ਜਾਂਦਾ ਇਟਸ ਫਾਰ ਦਾ ਪੀਪਲ ਬਾਏ ਦਾ ਪੀਪਲ ਐਂਡ ਆਫ ਦਾ ਪੀਪਲ ਠੀਕ ਹੈ ਇਹ ਇਹ ਜਿਹੜਾ ਲਾਅ ਤਿੰਨ ਪਾਸ ਹੋਇਆ ਇਹ ਤਿੰਨ ਡੈਮੋਕਰੈtic ਲਾਅ ਦੇ ਹੀ ਖਿਲਾਫ ਹਾਂ ਤੁਸੀਂ ਦੇਖੋ ਸਭ ਕੁਝ ਸੱਚ ਸਾਹਮਣੇ ਹੁੰਦਿਆਂ ਹੋਇਆਂ ਵੀ ਪ੍ਰੋਟੈਸਟ ਕਰਨਾ ਪੈ ਰਿਹਾ ਤੇ ਇੱਕ ਵਾਰ ਜੀ ਮਤਲਬ ਤੁਹਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਤੁਸੀਂ ਉੱਥੇ ਜਾ ਕੇ ਸੇਵਾ ਵੀ ਕੀਤੀ ਖੁੱਦੀਆਂ ਫੀਲਿੰਗਸ ਵੀ ਤੁਹਾਡੀਆਂ ਮਤਲਬ ਕਾਫੀ ਜੋਸ਼ ਅਲੱਗ ਅਲੱਗ ਇੱਕ ਜੋਸ਼ ਇੱਕ ਭਰਦਾ ਉੱਥੇ ਜਾ ਕੇ ਬਹੁਤ ਬਹੁਤ ਹੈ ਅਲੱਗ ਹੀ ਮੈਂ ਜਦੋਂ ਐਕਚੁਅਲੀ ਖੜਾ ਸੀਗਾ ਉੱਥੇ ਜਦੋਂ ਤੱਕ ਮੇਰੇ ਹੱਥ 'ਚ ਮਾਈਕ ਸੀਗਾ ਕੁਝ ਹੋਰ ਸੀਗਾ ਜਦੋਂ ਮੇਰਾ ਚ ਝੰਡਾ ਆ ਉੱਥੇ ਮੈਂ ਬਿਲਕੁਲ ਹੀ ਬਦਲ ਗਿਆ ਉਹ ਫੀਲਿੰਗ ਮੇभी ਤੁਹਾਨੂੰ ਵੀ ਆਈ ਹੋਵੇ ਫੀਲਿੰਗ ਜਦੋਂ ਤੁਸੀਂ ਗੱਲ ਕੀਤੀ ਹੋਵੇ ਲੋਕਾਂ ਦੇ ਨਾਲ ਤੁਸੀਂ ਸੇਵਾ ਕਰ ਰਹੇ ਸੀਗੇ ਜਦੋਂ ਸੇਵਾ ਕਰਦੇ ਹੋਏ ਆਪਾਂ ਉਹ ਫੁੜਾਂਦੇ ਆ ਸਾਡਾ ਕਨਸੈਂਟਰੇਸ਼ਨ ਇੱਕੋ ਜਗ੍ਹਾ ਤੇ ਹੁੰਦਾ ਹੈ ਫੜਾਣਾ ਸੇਵਾ ਕਰਨੀ ਕੁਝ ਹੋਰ ਨਹੀਂ ਹੁੰਦਾ ਉਹ ਫੀਲਿੰਗ ਵੱਖਰੀ ਹੁੰਦੀ ਵੱਖਰੀ ਵੱਖਰੀ ਬਿਲਕੁਲ ਇੱਕ ਨਾ ਬਾਜੀ ਜਾਂਦੇ ਜਾਂਦੇ ਹੁਣ ਇੱਕ ਮੈਂ ਤੁਹਾਡੇ ਕੋਲ ਥਿਊ ਲੈਣਾ ਚਾਹੂੰਗਾ ਤੁਹਾਡਾ ਲੋਹੇ ਨੂੰ ਲੋਹਾ ਕੱਟਦਾ ਹੈ ਪੁਰਾਣੀ ਕਹਾਵਤ ਹੈ ਬਜ਼ੁਰਗਾਂ ਦੀ ਤੁਹਾਨੂੰ ਲੱਗਦਾ ਹੈ ਕਿ ਇਹ ਹਾਈ ਟਾਈਮ ਹੈ ਕਿਸਾਨਾਂ ਨੂੰ ਆਪਣੀ ਪੋਲੀਟੀਕਲ ਪਾਰਟੀ ਬਣਾ ਲੈਣੀ ਚਾਹੀਦੀ ਹੈ ਕਿਉਂ ਕਿ ਇਦਾਂ ਬਾਰ-ਬਾਰ ਪ੍ਰੋਟੈਸਟ ਕਰਕੇ ਕੁਝ ਨਵਾਂ ਕੱਢ ਦੋਗੇ ਤਾਂ ਕੀ ਕਰਾਂਗੇ ਤੁਹਾਨੂੰ ਨਹੀਂ ਲੱਗਦਾ ਉਹਨਾਂ ਨੂੰ ਆਪੇ ਪਾਵਰ ਚਾਣਾ ਚਾਹੀਦਾ ਤੇ ਨਹੀਂ ਇਦਾਂ ਨਹੀਂ ਨਹੀਂ ਮੇਰੇ ਅਕੋਰਡਿੰਗਲੀ ਨਹੀਂ ਓਕੇ ਪਾਵਰ ਚ ਨਹੀਂ ਆਣਾ ਚਾਹੀਦਾ ਕਿਉਂਕਿ ਪੋਲਿਟਿਕਸ ਬਹੁਤ ਗੱਦੀ ਚੀਜ਼ ਹੈ ਹੂੰ ਪਰ ਸਾਨੂੰ ਲੱਗਦਾ ਕਿ ਇੱਕ ਇੱਕ ਫਿਲਮ ਦੇਖੀ ਸੀ ਮੈਂ ਕਹਿੰਦੇ ਜੇ ਇਹ ਇੱਕ ਗਟਰ ਹੈ ਤੇ ਗਟਰ ਚ ਕਿਸੇ ਨੂੰ ਤਾਂ ਉਤਰਨਾ ਪੈਣਾ ਨਾ ਇਹਨੂੰ ਸਾਫ਼ ਕਰਨ ਵਾਸਤੇ ਪਰ ਗਟਰ ਚ ਵਿੱਚ ਅਗਰ ਕੋਈ ਸਾਫ਼ ਕਰਦਾ ਨਾ ਇਹ ਗਟਰ ਐਸਾ ਗਟਰ ਹੈ ਜਿਹਦੇ ਵਿੱਚ ਜਾ ਕੇ ਫਿਰ ਬੰਦਾ ਵਾਪਸ ਨਹੀਂ ਆਉਂਦਾ ਆਪ ਗੰਦਾ ਹੋ ਜਾਂਦਾ ਆਪ ਗੰਦਾ ਹੋ ਜਾਂਦਾ ਹੂੰ ਇਹ ਗਟਰ ਐਸਾ ਗਟਰ ਮਤਲਬ ਪੋਲਿਟਿਕਲ ਪਾਰਟੀ ਨਹੀਂ ਮੇਰੇ ਖਿਆਲ ਨਾਲ ਪੋਲਿਟਿਕਲ ਦੇਖੋ ਜਿਹੜਾ ਬੰਦਾ ਕਿਸਾਨੀ ਇੱਕ ਜਿਹਦਾ ਕੰਮ ਉਹਨੂੰ ਹੀ ਸਾਜੇ ਹੂੰ ਠੀਕ ਹੈ ਜੋ ਜਿਹਦਾ ਕੰਮ ਆ ਉਹ ਉਹਨੇ ਵਧੀਆ ਲੱਗਦਾ ਹੈ ਤੇ ਕਿਸਾਨ ਜਿਹੜੇ ਹੈਗੇ ਆ ਇਹਨਾਂ ਨੂੰ ਉਹ ਮਤਲਬ ਕਰਨ ਅਨਦਾਤਾ ਹੈਗੇ ਆ ਠੀਕ ਹੈ ਉਹਨਾਂ ਨੂੰ ਆਪਾਂ ਸਪੋਰਟ ਪੂਰਾ ਕਰਾਂਗੇ ਬਟ ਪੋਲੀਟੀਕਲ ਪਾਰਟੀ ਉਹਨਾਂ ਨੂੰ ਨੇ ਬਣਨੀ ਚਾਹੀਦੀ ਮਤਲਬ ਜੇ ਬਣਨੀ ਹੁੰਦੀ ਹੁਣ ਤੱਕ ਬਣ ਗਈ ਹੁਣ ਗਈ ਹੁਣ ਤੱਕ ਬਣ ਗਈ ਠੀਕ ਹੈ ਹਾਂ ਇਹ ਹੈ ਕਿ ਅਗਰ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਪੋਰਟ ਦੀ ਜਿੱਦਾਂ ਦੀ ਲੋੜ ਹੈਗੀ ਆ ਤੇ ਆਪਾਂ ਖੜੇ ਹਾਂ ਨਾਲ ਕਿਸਾਨਾਂ ਦੇ ਠੀਕ ਹੈ ਆਮ ਜਨਤਾ ਯਾਰ ਆਮ ਜਨਤਾ ਦੇ ਵਿੱਚੋਂ ਇਹ ਜਿਹੜੇ ਲੀਡਰ ਬਣੇ ਹੋਏ ਆ ਜਿਹੜੇ ਇਸ ਟਾਈਮ ਪੋਲੀਟੀਕਲ ਪਾਰਟੀਆਂ ਹੈਗੀਆਂ ਇਹ ਵੀ ਤਾਂ ਆਮ ਜਨਤਾ ਹੀ ਸੀਗੀ ਜਿਹੜੇ ਹੁਣ ਲੀਡਰ ਬਣ ਗਏ ਆ ਠੀਕ ਹੈ ਇਹਨੂੰ ਕਹਿੰਦੇ ਚਾਹੇ ਵਾਲਾ ਚਾਹੇ ਵਾਲਾ ਚਾਹੇ ਵਾਲਾ ਕਹਿੰਦੇ ਆ ਤਾਂ ਗੱਲ ਇਹ ਹੈ ਕਿ ਚਾਹੇ ਵਾਲਾ ਮੁੱਖ ਮੰਤਰੀ ਬਣਿਆ ਉਹ ਸੌਰੀ ਪ੍ਰਧਾਨ ਮੰਤਰੀ ਬਣਿਆ ਹੋਇਆ ਹੈ ਤਾਂ ਹੈ ਕਿ ਇੱਕ ਆਮ ਇਨਸਾਨ ਨੂੰ ਇਹਦੇ ਬਣਾਇਆ ਠੀਕ ਹੈ ਇਹ ਚੀਜ਼ ਤੁਸੀਂ ਅਗਰ ਤਾਂ ਕਿ ਕਿਸੇ ਨੂੰ ਹੋਰ ਨੂੰ ਬਿਠਾ ਦੋਗੇ ਪੋਲੀਟਿਕਸ ਦੇ ਵਿੱਚ ਤੁਹਾਨੂੰ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ ਹਮ ਇੱਕ ਚੀਜ਼ ਨਹੀਂ ਤੇ ਤੁਸੀਂ ਕਿਸੇ ਇਸ ਸਾਰੀ ਕਮਿਊਨਿਟੀਜ਼ ਨੂੰ ਖੋਜ ਨਹੀਂ ਕਰ ਸਕਦੇ ਪਰ ਪੋਰ ਪੋਲਿਟਿਕਸ ਦੇ ਵਿੱਚ ਬਿਲਕੁਲ ਗੈਸ ਕਰਕੇ ਜੋ ਜਿਸ ਜਗ੍ਹਾ ਤੇ ਹੈ ਉਹ ਉੱਥੇ ਜਿਵਾਕੀ ਅਸੀਂ ਆਪਣੇ ਮੈਂ ਕਹਿੰਦਾ ਕਿ ਜੋ ਇਹਨਾਂ ਦੇ ਮੈਨੀਫੈਸਟੋ ਚ ਜਾਂ ਜੋ ਸਪੀਚਿਸ ਦੇ ਵਿੱਚ ਵਰਡਸ ਹੁੰਦੇ ਆ ਹਾਂ ਮੈਨੀਫੈਸਟੋ ਦੇਖੋ ਹਰ ਪੋਲਿਟੀਕਲ ਪਾਰਟੀ ਜਿਹੜੀ ਆ ਉਹਨਾਂ ਦਾ ਮੈਨੀਫੈਸਟੋ ਆਏਗਾ ਉਹਨੇ ਵਾਦੇ ਜ਼ਰੂਰ ਕਰਨੇ ਇਹ ਤੁਹਾਡੇ ਉੱਤੇ ਹੈਗਾ ਕਿ ਤੁਸੀਂ ਉਹ ਜੋ ਕਹਿ ਰਹੇ ਆ ਉਹਨਾਂ ਦਾ ਬਾਡੀ ਲੈਂਗੁਏਜ ਕੀ ਹੈ ਕਹਿਣ ਦਾ ਠੀਕ ਹੈ ਉਹ ਕਿੱਦਾਂ ਉਸ ਗੱਲ ਨੂੰ ਕਹਿ ਰਹੇ ਆ ਉਹਦੇ ਵਿੱਚ ਕੋਈ ਲੂਪ ਹੋਂਤਾ ਨਹੀਂ ਹੈ ਕਹਿਣ ਨੂੰ ਤਾਂ ਮੈਂ ਮੈਂ ਅਮਰੀਕਾ ਇੱਥੇ ਲੈ ਆਈ ਆਪਾਂ ਹਾਂ ਹਾਂ ਆ ਜਾਊਗਾ ਨਹੀਂ ਆ ਸਕਦਾ ਨਹੀਂ ਆ ਸਕਦਾ ਨਹੀਂ ਆ ਸਕਦਾ ਚਲੋ ਭਾਜੀ ਵਧੀਆ ਲੱਗਾ ਤੁਹਾਡੇ ਦੋਹਾਂ ਨਾਲ ਗੱਲਬਾਤ ਕਰਕੇ ਉੱਥੇ ਦਾ ਗਰਾਊਂਡ ਐਕਸਪੀਰੀਅੰਸ ਕੀ ਸੀਗਾ ਸਾਰਾ ਤੁਸੀਂ ਦੱਸੋ ਪਹਿਲਾਂ ਤੁਹਾਡੇ ਤੁਹਾਡੇ ਅਕੋਰਡਿੰਗਲੀ ਤੁਹਾਨੂੰ ਕੀ ਲੱਗਦਾ ਮੇਰਾ ਤੇ ਮੈਨੂੰ ਸਭ ਤੋਂ ਖੂਬਸੂਰਤ ਗੱਲ ਇਹੀ ਲੱਗੀ ਕਿ ਜੋ ਇੰਨੇ ਸਾਲਾਂ ਦਾ ਅਸੀਂ ਵੰਡੇ ਪਏ ਸੀਗੇ ਯਾਰ ਉਹ ਉਹਨੇ ਪੱਗ ਬੰਨੀ ਤੇ ਉਹ ਮੋਨਾ ਉੱਥੇ ਇਦਾਂ ਦਾ ਨਹੀਂ ਕੁਝ ਲੱਭਾ ਮੈਨੂੰ ਮੈਨੂੰ ਜਿਹੜੀ ਸਭ ਤੋਂ ਸੋਹਣੀ ਗੱਲ ਲੱਗੀ ਜਿਸ ਜਿਹੜੀ ਚੀਜ਼ ਨੇ ਮੈਨੂੰ ਖਿੱਚ ਲਿਆ ਇਕੱਠ ਕਰਤਾ ਉੱਥੇ ਸਾਰੇ ਇਕੱਠ ਜਿਹੜਾ ਕਿਉਂਕਿ ਦੇਖੋ ਕਹਿੰਦੇ ਨਾ ਕਿ ਕਈ ਵਾਰੀ ਕਿਸੇ ਦਾ ਮਾੜਾ ਚਾਹ ਰਹੇ ਹੁੰਨੇ ਹੋ ਚੰਗਾ ਰਿਹਾ ਹੁੰਦਾ ਸਰਕਾਰਾਂ ਨੇ ਮਾੜਾ ਚਾਹਿਆ ਕਿ ਡਿਵਾਈਡ ਐਂਡ ਰੂਲ ਖੇਡ ਲਈਏ ਪਰ ਉਹ ਵੀ ਇਕੱਠ ਹੋਰ ਵੱਧ ਗਿਆ ਉਹ ਗੇਮ ਦੀ ਬਾਹਰ ਚੱਲ ਗਈ ਉਹ ਆਈ ਨਹੀਂ ਸਾਡੇ ਕੋਲ ਇਹ ਸਭ ਤੋਂ ਸੋਹਣੀ ਗੱਲ ਲੱਗੀ ਕਿ ਅਸੀਂ ਹੈ ਇਕੱਠੇ ਭਜੀ ਅਸੀਂ ਹੈ ਇਕੱਠੇ ਆ ਤੇ ਜੇ ਸਾਨੂੰ ਬਾਰ-ਬਾਰ ਵੱਖਰੇ ਕਰੋਗੇ ਤੇ ਯਾਰ ਤੁਸੀਂ ਕੀ ਕਰ ਲੂਗੇ ਫਿਰ ਤੇ ਆਹ ਸੋਹਣੀ ਗੱਲ ਲੱਗੀ ਮੈਨੂੰ ਜਾਂਦੇ ਬਾਕੀ ਮੈਨੂੰ ਘਰ ਵਾਲਾ ਸਾਸਰਿਆ ਉੱਥੇ ਕਿ ਜਿੱਦਾਂ ਘਰ ਸੀਗਾ ਖਾਣ ਪੀਣ ਨੂੰ ਕਿਉਂਕਿ ਜੇ ਮੇਰੇ ਘਰ ਮੇਰੀ ਇੱਕ ਮਾਂ ਆਇਆ ਤਾਂ ਉੱਥੇ ਕਿੰਨੀਆਂ ਮਾਂਵਾਂ ਲੱਗ ਗਈਆਂ ਕਿੰਨੇ ਮੈਨੂੰ ਦੋਸਤ ਲੱਗ ਗਏ ਕਿੰਨੇ ਭਰਾ ਲੱਗ ਗਏ ਕਿ ਜੋ ਖਿੱਚ ਖਿੱਚ ਕੇ ਜਿੱਦਾਂ ਆਪਣੇ ਹੁੰਦੇ ਨੇ ਨਾ ਆਪਣੇ ਦੋਸਤਾਂ ਦੇ ਵਿੱਚ ਕਹਿੰਦੇ ਨੇ ਨਹੀਂ ਤੂੰ ਖਾ ਕੇ ਜਾਣਾ ਤੂੰ ਖਾ ਕੇ ਜਾਣਾ ਇਹ ਹੋਰ ਹੀ ਚੀਜ਼ ਸੀਗੀ ਨਹੀਂ ਤੂੰ ਭਾਈ ਜਾਣਾ ਹੀ ਨਹੀਂ ਇਦਾਂ ਉਹ ਤਾਂ ਕਹਿੰਦੇ ਤੇ ਫਿਰ ਸੀਗੇ ਕਹਿੰਦੇ ਮੋਤੀ ਸਾਹਿਬ ਆਪ ਆ ਜਾਣਗੇ ਆਪਾਂ ਉਹਨਾਂ ਨੂੰ ਵੀ ਲੱਗਾ ਸ਼ਿਕਾਵਾਂਗੇ ਬੈਠਣ ਸਾਡੇ ਨਾਲ ਅੱਛਾ ਉਹ ਵੀ ਉਹ ਵੀ ਉਹਨਾਂ ਨੇ ਜੇ ਆ ਗਏ ਨਾ ਇੱਥੇ ਮੈਂ ਕਿ ਮੁੱਖ ਮੰਤਰੀ ਇਹ ਵੇਲੇ ਪ੍ਰਧਾਨ ਮੰਤਰੀ ਇੱਥੇ ਆ ਗਏ ਮੋਦੀ ਸਾਹਿਬ ਤੇ ਉਹ ਆਦਾਸ਼ੋ ਖਾ ਪੀ ਲੋ ਪਹਿਲਾਂ ਫਿਰ ਆਪਾਂ ਗੱਲ ਕਰਦੇ ਬਹਿ ਗਏ ਰਹਾਂ ਹਾਂ ਮਤਲਬ ਇਹ ਸਾਰੇ ਐਕਸਪੀਰੀਅੰਸ ਸਾਨੂੰ ਉੱਥੇ ਜਾ ਕੇ ਮਿਲੇ ਇੱਕ ਮੈਨੂੰ ਉਹ ਚੀਜ਼ ਆ ਗਈ ਮੇਰੇ ਦਿਮਾਗ ਦੇ ਵਿੱਚ ਨਾ ਮੈਂ ਇਹ ਸੋਚਦਾ ਬੈਠਾ ਸੀਗਾ ਕਿ ਜਿੱਦਾਂ ਆਪਣੇ ਬਜ਼ੁਰਗ ਜਦੋਂ ਆਜ਼ਾਦੀ ਦੀ ਲੜਾਈ ਵਾਸਤੇ ਲੜਦੇ ਹੋਣੇ ਆ ਠੀਕ ਹੈ ਜੋ ਵੀ ਹੈਗਾ ਆਜ਼ਾਦੀ ਦੀ ਲੜਾਈ ਵਾਸਤੇ ਉਹਨਾਂ ਚ ਕਿੱਦਾਂ ਦਾ ਜੋਸ਼ ਕਿੰਨੀ ਐਨਰਜੀ ਹੋਣੀ ਆ ਉਹ ਇਸ ਪ੍ਰੋਟੈਸਟ ਦੇ ਵਿੱਚ ਜਾ ਕੇ ਉੱਥੇ ਗਰਾਉਂਡ ਰਿਐਲਿਟੀ ਦੇ ਵਿੱਚ ਜਾ ਕੇ ਪਤਾ ਲੱਗਾ ਕਿ ਅੱਛਾ ਇਦਾਂ ਅੱਛਾ ਉਹੀ ਬਜ਼ੁਰਗ ਨੇ ਜਿਨ੍ਹਾਂ ਨੇ ਉਹ ਲੜਾਈਆਂ ਦੇਖੀਆਂ ਦੇਖਿਆ 47 ਦੀਆਂ ਲੜਾਈਆਂ ਦੇਖੀਆਂ 72 ਦੀਆਂ ਦੇਖੀਆਂ ਉਹੀ ਬਜ਼ੁਰਗ ਨੇ ਜਿਹੜੇ ਸ਼ਾਂਤ ਬੈਠੇ ਨੇ ਤੁਸੀਂ ਦੇਖੋ ਇੱਕ ਬਦਲਾ ਕਿੰਨਾ ਉਹ ਉਸ ਵੇਲੇ ਤਾਂ ਮੱਥਾ ਲੈ ਸਕਦੇ ਸੀ ਕਿਉਂਕਿ ਉਹ ਸਾਡੇ ਲੋਕ ਕਿਤੇ ਨਾ ਕਿਤੇ ਨਹੀਂ ਸੀਗੇ ਪਰ ਬਜ਼ੁਰਗਾਂ ਦੀ ਕਿੰਨੀ ਸਿਆਣਪ ਹੈ ਕਿ ਇਹ ਤੇ ਸਾਡੇ ਨੇ ਇਹਨਾਂ ਨੂੰ ਲੜਨਾ ਨਹੀਂ ਇਹਨਾਂ ਨੇ ਹੱਥ ਜੋੜ ਕੇ ਬੇਨਤੀ ਕਰਨੀ ਹੈ ਤੇ ਇੱਕ ਇਨਸਾਨ ਤਾਂ ਬੇਨਤੀ ਕਰ ਰਿਹਾ ਹੈ ਕਿਸਾਂ ਦਾ ਲੜਿਆ ਤੇ ਉਹ ਬੈਠੇ ਹੋ ਯਾਰ ਉੱਥੇ ਬੈਠੇ ਸੋਚੋ ਜਿੰਨੇ ਵੀ ਪ੍ਰੋਟੈਸਟ ਹੋਏ ਨਾ ਕੋਈ ਨਾ ਕੋਈ ਜਿੱਦਾਂ ਗੱਡੀਆਂ ਜਲਾਤੀਆਂ ਇਹ ਉਹ ਬੜੇ ਬੜਾ ਕੁਛ ਹੁੰਦਾ ਪਬਲਿਕ ਪ੍ਰੋਪਰਟੀ ਦਾ ਕਿੰਨਾ ਨੁਕਸਾਨ ਹੋਇਆ ਇਹਦੇ ਵਿੱਚ ਇੱਕ 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 ਨਿਊਜ਼ ਨਹੀਂ ਆਈ ਇੱਕ ਨਿਊਜ਼ ਨਹੀਂ ਆਈ ਇਦਾਂ ਦੀ ਮਤਲਬ ਕਿ ਇੱਕ ਮਾੜਾ ਜਿਹਾ ਵੀ ਏ ਵੀ ਨਹੀਂ ਸੁਣਨ ਨੂੰ ਮਿਲੇਗਾ ਕਿ ਕਿਸੇ ਦੀ ਲੜਾਈ ਹੋ ਗਈ ਜਾਂ ਫਿਰ ਕਿਸੇ ਨੇ ਮਾਰਿਆ ਜਾਂ ਫਿਰ ਕੋਈ ਜਾਂ ਪੁਲਿਸ ਵਾਲੇ ਨੂੰ ਕੁੱਟਿਆ ਆ ਜਾਂ ਫਿਰ ਕੁਛ ਇਦਾਂ ਸਿੱਧਾ ਸਿੱਧਾ ਮੈਸੇਜ ਹੈ ਮਤਲਬ ਜਾਂਦੇ ਜਾਂਦੇ ਹੁਣ ਇਹ ਕਹਾਂਗੇ ਕਿ ਕੀ ਇੱਕਠੇ ਆਪਾਂ ਬਹੁਤ ਕੁਝ ਕਰ ਸਕਦੇ ਆ ਵੱਖਰੇ ਹੋ ਕੇ ਨਹੀਂ ਕਰ ਸਕਦੇ ਇਹ ਐਗਜ਼ਾਮਪਲ ਉੱਥੇ ਜਾ ਕੇ ਮਿਲਦੀ ਮਿਲਦੀ ਇਕਤਾ ਮੇ ਬਲ ਵਾਲੀ ਬਹੁਤ ਪੜੀਆਂ ਸਗੀਆਂ ਗੱਲਾਂ ਜਾ ਕੇ ਦੇਖੀਆਂ ਵੀ ਇਸ ਵੀਡੀਓ ਦੇ ਨਾਲ ਅਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਆਪਣੇ ਜੋ ਵੀ ਸਾਡੀ ਫੀਲਿੰਗ ਸੀ ਉੱਥੇ ਜਾ ਕੇ ਬਣੀ ਉਹ ਸਾਰੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਮਕਸਦ ਸਿਰਫ ਇਹੀ ਹੈ ਕਿ ਜੇ ਤੁਸੀਂ ਉੱਥੇ ਜਾ ਸਕਦੇ ਹੋ ਤਾਂ ਜ਼ਰੂਰ ਜਾਓ ਨਹੀਂ ਜਾ ਸਕਦੇ ਤਾਂ ਸਪੋਰਟ ਹਮੇਸ਼ਾ ਰਾਈਟ ਚੀਜ਼ ਨੂੰ ਕਰੋ ਫੈਕਟਸ ਦੇ ਨਾਲ ਹਮੇਸ਼ਾ ਜਾਣੂ ਰਹੋ ਜਿੱਦਾਂ ਭਾਜੀ ਨੇ ਫੈਕਟਸ ਦੇ ਨਾਲ ਹੀ ਗੱਲ ਕੀਤੀ ਹੈ ਤਾਂ ਫੈਕਟਸ ਦੇਖੋ ਆਪਣੇ ਦੇਸ਼ ਨੂੰ ਜੇ ਪਿਆਰ ਕਰਦੇ ਹੋ ਤਾਂ ਸਹੀ ਚੀਜ਼ਾਂ ਦਾ ਸਾਥ ਜ਼ਰੂਰ ਦਿਓ ਇਹ ਕਹਿ ਕੇ ਹੁਣ ਮੈਂ ਅਸੀਂ ਇਜਾਜ਼ਤ ਲਵਾਂਗੇ ਤੁਹਾਡੇ ਕੋਲ ਐਂਡ ਥੈਂਕ ਯੂ ਸੋ ਮੱਚ ਸ਼ੰਪੀ ਬਾਜੀ ਰਮਨੀਤ ਤਾਂ ਅਗਲੀ ਵਾਰੀ ਫੇਰ ਮਿਲਾਂਗੇ ਰਾਈਟ ਲੋੜ ਨਾ ਪਵੇ ਕੀ ਕੁਝ ਐਦਾਂ ਦੀ ਵੀਡੀਓ ਦੁਬਾਰਾ ਬਣਾਈ ਜੀ ਬਣਾ ਲਾਂਗੇ ਕੁਝ ਹਾਸੇ ਮਖੌਲ ਦੀ ਗੱਲਾਂ ਅਸੀਂ ਨੈਕਸਟ ਟਾਈਮ ਜ਼ਰੂਰ ਕਰਾਂਗੇ ਟਿਲ ਦੈਨ ਗੁੱਡ ਬਾਏ ਟੇਕ ਕੇਅਰ ਥੈਂਕ ਯੂ